ਬੋਲੀ ਦੀ ਮਹੱਤਤਾ ਦੱਸਣ ਵਾਲੇ ਬੰਦੇ ਕਹਿੰਦੇ ਨੇ ਵੀ ਇੱਕ ਸ਼ਬਦ ਨੂੰ ਬਚਾਉਣ ਲਈ ਲੱਖਾਂ ਸਿਰ ਦੇਣੇ ਪੈਣ ਤੇ ਵਿਚਾਰਨਾ ਚਾਹੀਦਾ। ਅਲੈਦਗੀ ਕਿਹੜੀਆਂ ਗੱਲਾਂ ਤੇ ਹੋ ਸਕਦੀ ਹੈ ਅੱਡ ਮੁਲਖ ਮੰਗਣਾ ਉਹ ਕਹਿੰਦੇ ਜੇ ਪਿਜੇ ਦਾ ਵੀ ਫਰਕ ਪੈ ਗਿਆ ਨਾ ਸਾਡਾ ਪਿਜਾ ਬਣਾਉਣ 'ਚ ਵੀ ਜੇ ਤੁਸੀਂ ਚਾਰਜ ਜਿੰਨਾ ਪਿਜੇ ਦੇ ਵੱਧ ਪਾਉਂਦੇ ਅਸੀਂ ਘੱਟ ਪੋਣੇ ਇਸ ਗੱਲ ਤੇ ਅਸੀਂ ਵੱਖਰਾ ਮੁਲਖ ਮੰਗਾਂਗੇ ਕੋਈ ਸੰਸਾਰ ਤੇ ਸਵਾਲ ਨਹੀਂ ਕਰ ਸਕਦਾ। ਬਬੂ ਮਾਨ ਦਾ ਇੱਕ ਬਿਆਨ ਆਇਆ ਹੁਣੇ ਥੋੜੇ ਤੋਂ ਪਹਿਲਾਂ ਵੀ ਲੰਗਰ ਸ਼ਕੂਰ ਨਾਮ ਜਪੋ ਵੀ ਸ਼ਸਤਰਾਂ ਵਾਲੀ ਗੱਲ ਜਿਹੜੀ ਹੈਗੀ ਹੈ ਇਹਦਾ ਕੋਈ ਮਤਲਬ ਨਹੀਂ ਹੈਗਾ ਜਿਸ ਬੰਦੇ ਨੇ ਤਾਂ ਉਮਰ ਸਾਰੀ ਉਮਰ ਔਰਤਾਂ ਦੇ ਉੱਤੇ ਗੀਤ ਗਾਏ ਹੋਣ ਜਿਸ ਬੰਦੇ ਨੇ ਸਾਰੀ ਉਮਰ ਕਿ ਕਬਜਾ ਲੈਣ ਦਾ ਉਹ ਕੰਮ ਕੀਤਾ ਹੋਵੇ ਜੇ ਕਿਸੇ ਨੂੰ ਧਮਕੀ ਆਉਂਦੀ ਹੈ ਤੇ ਧਮਕੀ ਜਦੋਂ ਮਿਲਦੀ ਪਿੱਛੇ ਜ ਇਹਨਾਂ ਨੂੰ ਵੀ ਮਿਲੀ ਸੀ ਜਿਹੜੇ ਕਲਾਕਾਰ ਦੀ ਆਪਾਂ ਗੱਲ ਕਰਦੇ ਹਾਂ ਫਿਰ ਕੀ ਹੋਇਆ ਵੀ ਆਪਾਂ 10 ਬੰਦੇ ਕਿਤਾਬਾਂ ਨੇ ਇਕੱਠੇ ਕੀਤੇ ਲੰਗਰ ਵਾਲੇ ਇਕੱਠੇ ਕੀਤੇ ਤੇ ਅੱਗੇ ਭੇਜਦੇ ਤੇ ਉਹਨੂੰ ਸਮਝਾ ਕਿਉਂ ਜਿਹੜੇ ਗੁਲਾਮ ਨੇ ਜਿੰਨਾ ਮੜਾ ਮੋਟਾ ਲੜਨਾ ਗਾਣੀ ਸਲਾਹ ਉਹਨਾਂ ਨੂੰ ਦਿੱਤੀ ਜਾਂਦੀ ਉਹ ਤੁਸੀਂ ਸ਼ਸਤਰ ਛੱਡ ਦਿਓ ਫਿਰ ਕੀ ਹੁਣ ਉਹਨੂੰ ਪੁੱਛਿਓ ਕੋ ਫੁਲਕਾ ਮਾਰਦੀ ਹੈ ਕਿਸਦੇ ਆਏ ਲੋ ਅੱਜ ਕੱਲ ਵੀਡੀਓ ਆਈ ਆ ਫਤਿਹਗੜ ਸਾਹਿਬ ਹਾਂ ਇੱਕ ਭਈਆ ਉੱਠ ਕੇ ਕਹਿ ਰਿਹਾ ਵੀ ਪੰਜਾਬ ਨੂੰ ਸ਼ਮਸ਼ਾਨ ਬਣਾ ਦੇਗੇ ਕੀ ਉਹਨਾਂ ਨੇ ਪੰਜਾਬ ਦੇ ਇੱਕ ਦੋ ਮੰਦਬੁੱਧੀ ਚ ਬੰਦੇ ਬਿਠਾਏ ਉੱਥੇ ਔਰ ਉਹਨਾਂ ਨੇ ਗੱਲ ਕੀ ਕਹਿੰਦੇ ਵੀ ਭਾਈ ਅਮਰਪਾਲ ਸਿੰਘ ਜੀ ਖਲਸਾ ਦੀ ਗੱਲ ਕਰਦੇ ਆ ਇਨਦਰ ਰੋਡ ਮੈਪ ਕੀ ਹੈ ਮੈਂ ਉਹਨਾਂ ਨੂੰ ਸਵਾਲ ਹੀ ਕਰਨਾ ਚਾਹੁੰਨਾ ਸੀ ਵੀ ਜੇ ਮੈਂ ਰੋਡ ਮੈਪ ਦੱਸਦਾ ਫਿਰ ਸਹਿਮਤ ਹੋ ਜੂਗੇ ਉਹਨਾਂ ਕਹਿੰਦਾ ਵੀ ਨਾ ਤੇ ਫਿਰ ਮੈਨੂੰ ਪੁੱਛਣ ਕਿਉਂ ਡਾ ਜੀ ਪੂਤਾ ਪੰਜਾਬ ਦੇ মিডিਆ ਵਾਲੇ ਜਿਹੜੇ ਨੇ ਉਹ ਚਾਵੇਂ ਚੁੱਲੇ ਆ ਉਹਨਾਂ ਨੂੰ ਜਿੱਥੇ ਮਰਜ਼ੀ ਚੋਕ ਕੇ ਜਿੱਧਰ ਨੂੰ ਮਰਜ਼ੀ ਮੂੰਹ ਕਰਦੇ ਉਹ ਪੱਕਾ ਨਹੀਂ ਹੁੰਦਾ ਉਹਨਾਂ ਦਾ ਕੰਮ ਕੋਈ ਵੀ ਸੂ ਸਾਈਡ ਦੇ ਰੇਟ ਚੈੱਕ ਕਰ ਲਓ ਉੱਥੇ ਮਾਸ ਸ਼ੂਟਿੰਗ ਚੈੱਕ ਕਰ ਲਓ ਅਮਰੀਕਾ ਕੈਨੇਡਾ ਦੇ ਵਿੱਚ ਤੇ ਮੈਨੂੰ ਇੱਕ ਆਪਣਾ ਸਿੱਖ ਪਿੱਛੇ ਜਿਹਾ ਆਇਆ ਮੈਨੂੰ ਕਹਿੰਦਾ ਵੀ ਆਪਣੇ ਬੱਚਿਆਂ ਨੂੰ ਕਿੱਥੇ ਰੱਖਣਾ ਚਾਹੀਦਾ ਤੇ ਮੈਂ ਕਿਹਾ ਆਈਡਲੀ ਤੇ ਸਰੀਆ ਦੇ ਵਿੱਚ ਬੱਚੇ ਵੱਡੇ ਕਰਨੇ ਚਾਹੀਦੇ ਆ ਜੀ ਸੰਸ ਵਿੱਚ ਜਿਨ੍ਹਾਂ ਨੇ ਦੁਨੀਆ ਦੇ ਉੱਤੇ ਰੰਗ ਦੇ ਆਧਾਰ ਤੇ ਵਿਤਕਰਾ ਕੀਤਾ ਹੋਵੇ ਢਾਈ ਢਾਈ ਲੱਖ ਬੱਚਿਆਂ ਨਾਲ ਕੋਈ ਛੋਟੀ ਜੀ ਗੱਲ ਢਾਈ ਲੱਖ ਬੱਚਿਆਂ ਨਾਲ ਸ਼ਰੀਰਕ ਸ਼ੋਸ਼ਣ ਹੋ ਜਾਵੇ ਯੂਰਪ ਦੇ ਵਿੱਚ ਉਹ ਬੰਦੇ ਇੱਥੇ ਆਣ ਕੇ ਕਹਿੰਦੇ ਵੀ ਅਸੀਂ ਤੁਹਾਨੂੰ ਬਰਾਬਰਤਾ ਦੇਵਾਂਗੇ ਮੈਂ ਐਲਾਨੀ ਤੌਰ ਤੇ ਗੱਲ ਕਹਿਣਾ ਕੋਈ ਸਿੱਖ ਚ ਜਾਤ ਦਾ ਹੰਕਾਰ ਤਹੀਨਤਾ ਦੋਵੇਂ ਮਾੜੀ ਹੈ ਜਿਹੜਾ ਕੋ ਸਾਡੇ ਸਾਹਮਣੇ ਵਿਤਕਰਾ ਕਰੂ ਅਸੀਂ ਤੋਂ ਦਾ ਇਲਾਜ ਕਰਾਂਗੇ ਹੈ ਤੇ ਜਿਹੜਾ ਵਿਤਕਰਾ ਸਹੂਗਾ ਉਹਦਾ ਵੀ ਕਰਨਾ ਚਾਹੀਦਾ ਤੁਹਾਨੂੰ ਕੀ ਘਟ ਬਖਸ਼ਿਆ ਮਹਾਰਾਜ ਇੱਕ ਪਾਸੇ ਸਾਡੇ ਨੌਜਵਾਨ ਪੀ ਐਚ ਡੀਆ ਕਰਕੇ ਐਮ ਬੀਏ ਕਰਕੇ ਮਾਸਟਰਸ ਡਿਗਰੀਆਂ ਕਰਕੇ ਛੜਕਾਂ ਦੇ ਕੋਟ ਖਾ ਰਹੇ ਨੇ ਸਰਕਾਰਾਂ ਕੋ ਰੋਜ ਪੱਗਾਂ ਲਵਾ ਰਹੇ ਨੇ ਆਪਣੀਆਂ ਭੈਣਾਂ ਚੁੰਨੀਆਂ ਆਪਣੀ ਗਲਾਂ ਚ ਭਾਗ ਦਰੀ ਫਿਰਦੀਆਂ ਨੇ ਦੂਜੇ ਪਾਸੇ ਪੰਜਾਬ ਦੇ ਵਿੱਚ ਗੁਰਗੋਬਨ ਸਿੰਘ ਦੇ ਨਾਂ ਤੇ ਰਫਾਇਨਰੀ ਹੋਵੇ ਤੇ ਉੱਥੇ ਕਿਸੇ ਸਿੱਖ ਨੂੰ ਮੌਕਾ ਦਿੱਤਾ ਜਾਵੇ ਪੰਜਾਬੀ ਨੂੰ ਮੌਕਾ ਦਿੱਤਾ ਜਾਵੇ ਅੱਜ ਜਿਹੜੇ ਸਮਝੋ ਸ਼ਰਾਬ ਦੀ ਫੈਕਟਰੀ ਨੂੰ ਸੱਚਾ ਸਾਬਤ ਕਰਨ ਲਈ ਚੈਨਲ ਅੰਦਰ ਜਾ ਜਾ ਰਿਪੋਰਟਿੰਗ ਕਰ ਰਿਹਾ ਵੀ ਦੇਖੋ ਜੀ ਕਿੰਡੀ ਸੋਹਣੀ ਫੈਕਟਰੀ ਹੈ ਤੇ ਕਾਨੂੰਨ ਉਹ ਉੱਥੇ ਜਿਹੜਾ ਬੰਦਾ ਗਾੜੀ ਸਾਰਾ ਕੁਝ ਦੱਸ ਰਿਹਾ ਉਹ ਬੰਦਾ ਪੰਜਾਬ ਦਾ ਨਹੀਂ ਉਹ ਬੰਦਾ ਹਿੰਦੀ ਜੇ ਦੱਸ ਰਿਹਾ ਹੈ ਦੇਸ਼ ਬਾਦ ਦੇਖ ਰਹੇ ਹਾਂ ਸਾਰੇ ਮੈਂ ਅੱਜ ਮਾਝੇ ਦੀ ਧਰਤੀ ਪਰਾਂ ਮਾਝਾ ਜਿਸ ਨੇ ਸਿੱਖ ਇਤਿਹਾਸ ਦੇ ਵਿੱਚ ਸ਼ਹਾਦਤ ਕਈ ਬਹੁਤ بڑے ਬੁਰਜ ਮਨਾਰੇ ਖੜੇ ਕਰੇ ਅੱਜ ਪੰਜਾਬ ਨਾ ਸਮਾਂ ਦੇ ਵਿੱਚ ਨੂੰ ਲੰਘ ਰਿਹਾ ਜਿੱਥੇ ਅੱਜ ਫੇਰ ਇੱਕ ਵਾਰ ਇਸ ਦੀ ਜ਼ਬਾਨ ਇਸ ਦੀ ਪਛਾਣ ਸਾਰਾ ਕੁਝ ਬਹੁਤ بڑے ਸੰਕਟਾਂ ਦੇ ਵਿੱਚ ਹੈ ਮੈਂ ਇਸ ਟਾਈਮ ਜੱਲੂ ਖੜੇ ਕੇ ਵਿੱਚਾਂ ਭਾਈ ਅਮਰਤਪਾਲ ਸਿੰਘ ਮੇਰੀ ਗੈਲ ਹੈ ਅੱਜ ਉਹਨਾਂ ਗੱਲੇ ਨਾਲ ਸਾਰੀਆਂ ਚੀਜ਼ਾਂ ਬਰਬਾਦ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚਲੋ ਮੈਂ ਕਿਹਾ ਵੀ ਅੱਜ ਮਾਜੇ ਦੇ ਵਿੱਚ ਆਪਣੀ ਬੋਲੀ ਵੀ ਸੁਣਾਇਆ ਵਾ ਹੂੰ ਤੇ ਮਾਰੇ ਲੋਕਾਂ ਨੂੰ ਬਹੁਤ ਘਟਿਆਪਣ ਆਇਆ ਨਾ ਚੀਜ਼ਾਂ ਦਾ ਜਦ ਕੇ ਮਾਰੀ ਬੋਲੀ ਗੁਰਗੋਬ ਸਿੰਘ ਮਹਾਰਾਜ ਕੇ ਨਾਨਕੇ ਨੌਰ ਸਾਹਿਬ ਦੀ ਬੋਲੀ ਹੈ ਅੱਛਾ ਕਿਵੇਂ ਲੱਗਾ ਭਾਈ ਸਾਹਿਬ ਤੁਹਾਨੂੰ ਸਾਰਾ ਕੁਝ ਤੁਹਾਨੂੰ ਬਾਤ ਕਰਦੇ ਰਾਂ ਹਮੇਸ਼ਾ ਕਿ ਇਸ ਧਰਤੀ ਪਰ ਹੁਣ ਮਹਾਰਾ ਜਿਹੜਾ ਪਛਾਣ ਹੈ ਜ਼ੁਬਾਨ ਹੈ ਪੰਜਾਬ ਹੈ ਇੱਕ ਉਹਨੂੰ ਇੱਕ ਵੱਖਰਾ ਉਹ ਚਾਹੀਦਾ ਉਹਦੇ ਬਿਨਾ ਇਸ ਦਾ ਮਤਲਬ ਹੈ ਕਿ ਉਹ ਛੜੀਆਂ ਰਔਰ ਇਤਾਂ ਸਾਰੀਆਂ ਸਿੱਖ ਉਸ ਤਰ੍ਹਾਂ ਜਿਉਂਦੀ ਨਹੀਂ ਰਹਿ ਸਕਦੀਆਂ ਇਹ ਸਾਰੇ ਸਿਸਟਮ ਦੇ ਵਿੱਚ। ਹੂੰ। ਸਾਨੂੰ ਕਿਸ ਤਰ੍ਹਾਂ ਲੱਗਦਾ ਇਹ ਸਾਰਾ ਕੁਝ ਇੱਕ ਮਾਰਾ ਬਖਰਾ ਉਹ ਹੋਣਾ ਚਾਹੀਦਾ। ਅ ਦੇਖੋ ਹਰ ਧਰਤੀ ਦੇ ਉੱਤੇ ਕਿਉਂਕਿ ਇਹ ਕੋਈ ਰਾਤੋਂ ਰਾਤ ਪੈਦਾ ਹੋਈ ਚੀਜ਼ ਨਹੀਂ ਹੈਗੀ। ਇਦਾਂ ਨਹੀਂ ਆ ਵੀ ਆਪਾਂ ਦੋ ਜਣੇ ਬੈਠੇ ਕੋਈ ਸਲਾਹ ਕੀਤੀ ਤੇ ਕੋਈ ਬੋਲੀ ਖੜੀ ਕਰ ਲਈਏ ਜਾਂ ਕੋਈ ਆਪਾਂ ਬੋਲਣ ਦਾ ਤਰੀਕਾ ਖੜਾ ਕਰ ਲਈਏ। ਲੈ ਜਾ। ਇਹ ਸਦੀਆਂ ਇਹ ਇਹਦੇ ਤੇ ਲੱਗ ਜਾਂਦੀਆਂ। ਹਜ਼ਾਰਾਂ ਸਾਲਾਂ ਦੇ ਵਿੱਚ ਇਹ ਸਭ ਕੁਝ ਵਿਕਸਿਤ ਹੁੰਦਾ ਹੈ। ਇਹ ਓਵਰਨਾਈਟ ਕੁਝ ਨਹੀਂ ਹੋ ਸਕਦਾ। ਸੋ ਮੈਨੂੰ ਐ ਲੱਗਦਾ ਵੀ ਡਾਇਵਰਸਿਟੀ ਜਦੋਂ ਆਪਾਂ ਇੱਕ ਪਾਸੇ ਦੁਨੀਆ ਸੈਲੀਬ੍ਰੇਟ ਕਰਦੀ ਆ ਵੀ ਮੈਨੂੰ ਤਾਂ ਹੈਰਾਨੀ ਹੁੰਦੀ ਵੀ ਜਦੋਂ ਕੋਈ ਜਾਨਵਰ ਜਾਂ ਕਿਸੇ ਪੰਛੀ ਦੀ ਕਿਸਮ ਕੋ ਮਰਨ ਵਾਲੀ ਹੁੰਦੀ ਨਾ ਤੇ ਬੜੇ 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 ਕਰੋੜਾਂ ਅਰਬਾਂ ਡਾਲਰ ਖਰਚ ਕੇ ਤੇ ਉਹਨਾਂ ਨੂੰ ਬਚਾਉਣ ਦੇ ਯਤਨ ਕੀਤੇ ਜਾਂਦੇ ਦੂਜੇ ਪਾਸੇ ਇਨਸਾਨਾਂ ਦੀਆਂ ਬੋਲੀ ਦੀਆਂ ਨਸਲਾਂ ਤੋਂ ਲੈ ਕੇ ਬੋਲੀਆਂ ਤੜਾ ਤੜ ਖਤਮ ਕੀਤੀਆਂ ਜਾ ਰਹੀਆਂ ਕੋਈ ਪਰਵਾਹ ਨਹੀਂ ਕਰਦਾ ਸੋ ਅੱਜ ਦੇ ਸਮੇਂ ਦੇ ਵਿੱਚ ਇਹ ਜ਼ਰੂਰੀ ਹੋ ਗਿਆ ਵੀ ਆਪਾਂ ਇਹਨਾਂ ਚੀਜ਼ਾਂ ਦੀ ਪਛਾਣ ਨੂੰ ਬਚਾਉਣ ਲਈ ਇੱਕ ਸੰਘਰਸ਼ ਲੜੀਏ ਹੋਰ ਮੈਂ ਅੱਗੇ ਵੀ ਗੱਲ ਕੀਤੀ ਉਹ ਰਾਜ ਭਾਗ ਕਿ ਕਿਤੇ ਅਸੀਂ ਗੱਦੀ ਦੇ ਬਹਿਣ ਨੂੰ ਥੋੜੀ ਚਾਹੀਦੀ ਸਾਨੂੰ ਆ ਜਾ ਕੇ ਅਕਸਰ ਇਹਨਾਂ ਚੀਜ਼ਾਂ ਨੂੰ ਬਜਾਉਣ ਦੇ ਲਈ ਇਹਨਾਂ ਚੀਜ਼ਾਂ ਨੂੰ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਇਹ ਲਹਿਜਿਆਂ 'ਚ ਬੋਲ ਸਕਣ ਉਹ ਆਪਣਾ ਮਾਣ ਮਹਿਸੂਸ ਕਰ ਸਕਣ ਕੋਈ ਸ਼ਰਮ ਕੋ ਹੀਣਤਾ ਨਾ ਹੋਵੇ ਹੁਣ ਹੀਣਤਾ ਹੀ ਸਾਰੇ ਪਾਸੇ ਤੁਰ ਹੀ ਫਿਰਦੀ ਹੈ ਸਾਡੇ 'ਚ ਵੀ ਆਈ ਸੀ ਇੱਕ ਮੌਕੇ ਦੇ ਉੱਤੇ ਸਾਨੂੰ ਇਹ ਲੱਗਦਾ ਹੁੰਦਾ ਹੈ ਵੀ ਪਤਨੀ ਜਿਹੜੀ ਇੱਕ ਅੱਜ ਨਾ ਇੱਕ ਜ਼ਮਾਨਾ ਆ ਗਿਆ ਕਿਤੇ ਯੂਨੀਵਰਸਲ ਕੌਮ ਖੜੀ ਕਰਨ ਦਾ ਪਈ ਸਾਰੇ ਬੰਦਿਆਂ ਦਾ ਖਾਣ ਦਾ ਪਹਿਨਣ ਦਾ ਤਰੀਕਾ ਇੱਕੋ ਜਿਹਾ ਹੋ ਜੇ ਉਹਨਾਂ ਦਾ ਚੰਗਾ ਕੀ ਆ ਮਾੜਾ ਕੀ ਆ ਇੱਕੋ ਤਰੀਕਾ ਹੋ ਜੇ ਔਰ ਦੁਨੀਆ ਭਰ ਦੇ ਉੱਤੇ ਇਹ ਫੀਨੋਮੈਨਾ ਚੱਲੀ ਜਾਂਦਾ ਹੈ ਔਰ ਉਹਦੀ ਦੌੜ 'ਚ ਅਸੀਂ ਇਹ ਸਭ ਤੋਂ ਗੁਨਾਮਾਂ ਸਭ ਤੋਂ ਅੱਗੇ ਹੁੰਦੀਆਂ ਹੁਜੇ ਮਸਲੇਾਂ 'ਚ ਆਪਣਾ ਘਰ ਫੂਕਣ ਦੇ ਮਸਲੇ 'ਚ ਤੇ ਆਪਣਾ ਘਰ ਫੂਕ ਕੇ ਤਮਾਸ਼ਾ ਵੇਖਣ ਦੇ ਮਸਲੇ ਦੇ ਵਿੱਚ ਗੁਨਾਮਾਂ ਦੀ ਸਭ ਤੋਂ ਜ਼ਿਆਦਾ ਸ਼ਮੂਲੀਅਤ ਹੁੰਦੀ ਹੈ ਸਾਡੇ ਨਾਲ ਵੀ ਇਦਾਂ ਹੋਇਆ ਜਦੋਂ ਸੰਸਾਰ ਦੇ ਉੱਤੇ ਆਧੁਨਿਕਤਾ ਆਈ ਮਾਡਰਨਾਈਜੇਸ਼ਨ ਦਾ ਪ੍ਰਭਾਵ ਪਿਆ ਹੈ ਔਰ ਲਾਜਮ ਜੀ ਗੱਲ ਸੀ ਵੀ ਉਹਨਾਂ ਨੇ ਇੱਕ ਸੰਕਲਪ ਲੈ ਕੇ ਆਂਦਾ ਵੀ ਆਪਾਂ ਦੇ ਵਨ ਨੇਸ਼ਨ ਕਹਿੰਦੇ ਆਂ ਇੰਡੀਆ ਦੇ ਕਨਸੈਪਟ ਦੇ ਵਿੱਚ ਉਹਨਾਂ ਨੇ ਦੁਨੀਆ ਭਰ ਦੇ ਉੱਤੇ ਇੱਕ ਕੌਮ ਖੜੀ ਕਰਨ ਦਾ ਸੁਪਨਾ ਲੈ ਲਿਆ ਹੁਣ ਇੱਕ ਨੂੰ ਇੱਕੋ ਜੀ ਸੋਚ ਵਾਲੇ ਬੰਦੇ ਨੂੰ ਕੰਟਰੋਲ ਕਰਨਾ ਕਿੱਡਾ ਸੌਖਾ ਹੈ ਉਹ ਵੀ ਉਹਨਾਂ ਨੂੰ ਜਿਨ੍ਹਾਂ ਨੂੰ ਤਿਆਰ ਉਹਨਾਂ ਨੇ ਕੀਤਾ ਬਿਲਕੁਲ ਤੇ ਜਿਹੜੀ ਡਾਈਵਰਸਿਟੀ ਆ ਨਾ ਡਾਈਵਰਸਿਟੀ ਦੇ ਵਿੱਚੋਂ ਹੀ ਵਿਲੱਖਣਤਾ ਦੇ ਵਿੱਚੋਂ ਹੀ ਵੱਡੇ ਵੱਡੇ ਜਿਹੜੇ ਆਪਾਂ ਇਹ ਕਹਿੰਦੇ ਆਂ ਵੀ ਸੰਘਰਸ਼ ਯੁੱਧ ਪੈਦਾ ਹੁੰਦੇ ਆ ਹੋਰ ਕੌਮਾਂ ਕਾਤੋਂ ਲੜਦੀਆਂ ਬੋਲੀਆਂ ਦੇ ਆਧਾਰ ਤੇ ਲੜਨਗੀਆਂ ਬકરી ਪਛਾਣ ਨੂੰ ਲੜਨ ਗਈਆਂ ਕੋਈ ਨਸਲ ਨੂੰ ਲੈ ਕੇ ਲੜੂਗਾ ਕੋਈ ਧਰਮਾਂ ਨੂੰ ਲੜੂਗਾ ਪਰ ਜਦੋਂ ਸਾਰਾ ਕੁਝ ਖਤਮ ਕਰ ਦਿੱਤਾ ਫਿਰ ਲੜਾਈ ਕਾਦੀ ਰਹਿਣੀ ਹੈ ਫਿਰ ਇੱਕ ਬੰਦਾ ਉੱਤੇ ਖੜ ਕੇ ਸਾਰਿਆਂ ਨੂੰ ਕੰਟਰੋਲ ਕਰ ਸਕਦਾ ਹੈ ਔਰ ਇਹੋ ਹੀ ਗੱਲ ਜਾ ਕੇ ਨਿਊ ਵਰਲਡ ਆਰਡਰ ਨਾਲ ਜੁੜ ਜਾਂਦੀ ਹੈ ਕਿ ਇੱਕ ਤਰ੍ਹਾਂ ਦੀ ਨਸਲ ਤਿਆਰ ਕਰ ਦੋ ਉਹਦੇ ਚ ਨਾ ਇੱਕ ਕਹਾਵਤ ਹੈ ਉਹ ਕਹਿੰਦੇ ਵੀ ਦੁਨੀਆ ਤੇ ਇੱਕ ਰਾਜਾ ਹੋਣ ਲਈ ਇੱਕ ਪਰਜਾ ਜ਼ਰੂਰੀ ਹੈ ਰਾਜੇ ਦੀ ਇੱਕ ਪਰਜਾ ਹੁੰਦੀ ਹੈ ਤੇ ਰਾਜਾ ਇੱਕ ਜੇ ਬਣਾਉਣਾ ਤੇ ਪਹਿਲਾਂ ਪਰਜਾ ਇੱਕ ਕਰ ਲਓ ਪਰਜਾ ਇੱਕ ਕਰਨ ਲਈ ਸਭ ਤੋਂ ਵੱਧ ਨੁਕਸਾਨ ਉਹਨਾਂ ਲੋਕਾਂ ਦਾ ਹੁੰਦਾ ਹੈ ਜਿਹੜੇ ਗੁਲਾਮ ਨੇ ਜਿਨ੍ਹਾਂ ਦਾ ਅੱਗੇ ਸਾਰਾ ਕੁਝ ਸੰਘਰਸ਼ ਚ ਲੰਘ ਰਿਹਾ ਹੈ ਤੇ ਉਹਨਾਂ ਦੀਆਂ ਬੋਲੀਆਂ ਉਹਨਾਂ ਦੇ ਲਹਿਜੇ ਉਹਨਾਂ ਦੇ ਖਾਣ ਪੀਣ ਪਹਿਨਣ ਪਹਿਰਾਵਾ ਸਭ ਤੋਂ ਪਹਿਲਾਂ ਅਗਰ ਸੁੱਟੇ ਜਾਂਦੇ ਅਸੀਂ ਜਿਸ ਤਰ੍ਹਾਂ ਤੁਸੀਂ ਮੈਂ ਬਾਤ ਕਰ ਰਿਹਾ ਵੀ ਜਿਹੜਾ ਹੈਗਾ ਸਾਰਾ ਕੁਝ ਬਚਾਉਣੇ ਵਾਸਤੇ ਜਿਹੜੀ ਬਨਸਵੰਤਾ ਮੈਂ ਕਈ ਵਾਰ ਸੋਚਾਂ ਮੈਂ ਜਾ ਕੇ ਵੀ ਆਇਆ ਪਾਕਿਸਤਾਨ ਦੀ ਬਾਤ ਕਰਾਂ ਆਪਾਂ ਪਾਕਿਸਤਾਨ ਬਣਿਆ ਕਿ ਉਹੀ ਮੁੱਦਾ ਤਾਂ ਕਿ ਹਮੇਂ ਇਸ ਹਿੰਦੂ ਰਜਵਾੜਾशाही ਤੇ ਮੁਕਤੀ ਹਾਸਲ ਕਰਨੀ ਹੈ ਸਾਰੇ ਕਾਸੀ ਦੀ ਇੱਕ ਵੱਖਰਾ ਉਨਾਂ ਦਾ ਆਪਣਾ ਜੋ ਵੀ ਹੈ ਤਾਂ ਪਰ ਪਾਕਿਸਤਾਨ ਮਾ ਉਹਨਾਂ ਨੇ ਪੰਜਾਬੀ ਪਰ ਬਲਡੋਜ਼ਰ ਚਲਾ ਕੇ ਉਹ ਅੱਜ ਉਹ ਪੂਰੀ ਤਰ੍ਹਾਂ ਗੁਲਾਮ ਬਣਾ ਲਏ ਗਏ ਇੱਕ ਬਖਰੇ ਦੇਸ਼ ਕੇ ਵਿੱਚ ਵੀ ਧਰਮ ਵੀ ਹੁੰਦੇ ਹੋਏ ਇਹ ਕਹਿੰਦੇ ਹੋਏ ਅਫਜਲ ਸਾਇਰ ਲਿਖ ਰਿਹਾ ਕਿ ਸੱਜਾ ਹੱਥ ਵਿਖਾ ਕੇ ਸਾਨੂੰ ਮਾਰੀ ਸੁਖਬੀ ਅਸੀਂ ਜੰਨਤ ਵੱਲ ਨੂੰ ਨਾਠ ਪਏ ਤੇ ਦੋਜ ਕ ਲੱਭੀ ਮਤਲਬ ਇੱਕ ਬਖਰੇ ਦੇਸ਼ ਕੇ ਵਿੱਚ ਵੀ ਉਹ ਬੋਲੀ ਨਹੀਂ ਬਚਾ ਸਕੀ ਉਥੇ ਮੈਂ ਗਿਆ ਤੇ ਉਹ ਮੈਨੂੰ ਪੁੱਛੇ ਤੇ ਵੀ ਆਪ ਕਹਾਂ ਸੇ ਆਏ ਹੈ ਹੂੰ ਹੂੰ ਸੋ ਜੇਕਰ ਇਹ ਸਾਰਾ ਹਾਲਾਤ ਮਤਲਬ ਕਿ ਉਰੇ ਵੀ ਆਪਾਂ ਸੋਚੇ ਵੀ ਇਸ ਤਰ੍ਹਾਂ ਕਰ ਲੂਗਾ ਹੈ ਵੀ ਉਰੇ ਬਹੁਤ ਰੌਲਾ ਪੈਂਦਾ ਜੀ ਗਲੋਬਲ ਲੈਂਗੁਏਜ ਹੈ ਅੰਗਰੇਜ਼ੀ ਦਾ ਹੂੰ ਉਹ ਸਾਰੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਾਂ ਫਿਰ ਜੇਕਰ ਇਹ ਜਾ ਕੋਈ ਮਸਲਾ ਦੇਖੋ ਮੇਰੇ ਨਾਲ ਪਾਕਿਸਤਾਨੀਆਂ ਦੇ ਨਾਲ ਮੈਂ ਰਿਹਾ ਹਾਂ ਦੁਬਈ ਦੇ ਵਿੱਚ ਬਹੁਤ ਨੌਜਵਾਨ ਕੰਮ ਕਰਦੇ ਨੇ ਜਿਹੜੇ ਟਰਾਂਸਪੋਰਟਾਂ ਦੇ ਵਿੱਚ ਖਾਸ ਕਰਕੇ ਤੇ ਉਹਨਾਂ ਦੇ ਅੰਦਰ ਨਾ ਇੱਕ ਪਦਾਇਸ਼ੀ ਰੂਪ ਚ ਕਹੀਣਤਾ ਹੈ ਉਹ ਇਹ ਕਹੇ ਉਥੇ ਪਾਕਿਸਤਾਨ ਚ ਇੱਕ ਕਹਾਵਤ ਹੈ ਉਹ ਕਹਿੰਦਾ ਵੀ ਪਾਕਿਸਤਾਨ ਦਾ ਪੰਜਾਬੀਆਂ ਦਾ ਇਨਾ ਮੜਾ ਹਾਲ ਹੈ ਉਹ ਹੱਸਦੇ ਕਹਿੰਦੇ ਹੁੰਦੇ ਤੇ ਇਹ ਹਾਸੇ 'ਚ ਬੜਾ ਵੱਡਾ ਦਖਾਂਤ ਹੈ ਉਹ ਕਹਿੰਦੇ ਵੀ ਅਸੀਂ ਜੰਮਦੇ ਆ ਪੰਜਾਬੀ ਬੋਲਦੇ ਘਰਾਂ 'ਚ ਸਾਡੇ ਪੰਜਾਬੀ ਬੋਲੀ ਜਾਂਦੀ ਸਕੂਲੇ ਜਾਂਦੇ ਆ ਤੇ ਮਾਸਟਰ ਨੇ ਕਹਿੰਦੀ ਵੀ ਉਰਦੂ ਬੋਲੋ ਤੇ ਹਾਬ ਜਾ ਕੇ ਅੱਲਾ ਨੂੰ ਅਰਬੀ 'ਚ ਦੇਣਾ ਪੈਂਦਾ ਉਹ ਕੌਮ ਹੈ ਜਿਹਦਾ ਕੋਈ ਪਤਾ ਨਹੀਂ ਕਿੱਧਰ ਨੂੰ ਤੁਰੇ ਫਿਰਦੀ ਹੈ ਅੱਜ ਆ ਜਾ ਕੇ ਬੋਲੀ ਬਣਾ ਲਈ ਉਥੇ ਇੱਕ ਤਕੀਆ ਕਲਾਮ ਚੱਲ ਰਿਹਾ ਵੀ ਜਾਹਲਾਂ ਦੀ ਬੋਲੀ ਹੈ ਪੰਜਾਬੀ ਜਿਹੜਾ ਕੋ ਬੰਦਾ ਚਾਰਜ ਮਾਤਾ ਪੜ ਜਾਂਦਾ ਉਹ ਪੰਜਾਬੀ ਬੋਲਣ ਦੇ ਲਾਗੇ ਨਹੀਂ ਖੜਨਾ ਚਾਹੁੰਦਾ ਤੇ ਮੈਂ ਉਹਨਾਂ ਨੂੰ ਅਕਸਰ ਪੁੱਛਦਾ ਹੁੰਨਾ ਵੀ ਇਹ ਸਾਰਾ ਕੁਝ ਤਾਮਝਾਮ ਇਨਾ ਕਤਲੇਆਮ ਇਨੀ ਵੱਡ ਟੁਕ ਉਹ ਤੇ ਬਾਅਦ ਪੰਜਾਬ ਦੇ ਇਨੇ ਟੁਕੜੇ ਇਹ ਸਾਰਾ ਕੁਝ ਕਿਹਦੇ ਲਈ ਤੁਸੀਂ ਕੀਤਾ ਭਈ ਜਿਹਦੇ ਸਲਾਮ ਦੀ ਗੱਲ ਸੀ ਤੇ ਉਹ ਇੱਧਰ ਵੀ ਮਾੜਾ-ਮੋਟਾ ਅੱਜ ਵੀ ਚੱਲੀ ਜਾਂਦਾ ਹੈ ਇਸਲਾਮ ਮੁਸਲਮਾਨਾਂ ਦਾ ਉਹ じゃ ਤੁਹਾਡਾ ਉਹ じゃ ਉਹਨਾਂ ਦਾ ਚੱਲੀ ਜਾਂਦਾ ਤੇ ਅਸਲ 'ਚ ਨਾ ਇਹ ਦੋ ਜਿਹੜੇ ਮੁਲਕ ਬਣੇ ਆ ਹਿੰਦੁਸਤਾਨ ਤੇ ਪਾਕਿਸਤਾਨ ਇਹ ਐਕਸੀਡੈਂਟਲ ਮੁਲਕ ਹੈ ਇਹ ਜਿਵੇਂ ਫਰਜ ਕਰੋ ਇੱਕ ਸੋਹਣੇ ਜੰਗਲ ਨੂੰ ਤਬਾਹ ਕਰਕੇ ਦੋ ਬਗੀਚੇ ਖੜੇ ਕਰ ਦिए ਬਗੀਚਿਆਂ ਦੇ ਵਿੱਚ ਕੀ ਪੈਦਾ ਕਰਨਾ ਕੀ اگਾਉਣਾ ਕੀ ਵਧਣਾ ਇਹ ਸਭ ਮਾਲੀਆਂ ਦੇ ਉੱਤੇ ਨਿਰਭਰ ਹੁੰਦਾ ਬਗੀਚੇ ਦੇ ਵਿੱਚ ਕੁਦਰਤ ਮਰ ਜਾਂਦੀ ਸੋ ਅੱਜ ਉਹਨਾਂ ਲੋਕਾਂ ਦੀ ਗੁਲਾਮੀ ਇੱਕ ਵੱਖਰੇ ਕਿਸਮ ਦੀ ਗ੍ਰਾਮ ਪੰਜਾਬ ਸਭ ਤੋਂ ਵੱਡਾ ਸੂਬਾ ਪਾਕਿਸਤਾਨ ਚ ਬਿਲਕੁਲ ਤੇ ਪੰਜਾਬ ਦੇ ਮੁੱਖ ਮੰਤਰੀ ਜੇ ਕਿਤੇ ਉੱਥੋਂ ਦਾ ਪੰਜਾਬ ਦਾ ਪੰਜਾਬੀ ਜੀ ਸੌ ਚੁੱਕਲੇ ਤੇ ਉਹਨੂੰ ਜਲੀਲ ਕੀਤਾ ਜਾਂਦਾ ਖੜ ਕੇ ਇਹ ਇਹ ਹਾਲਾਤ ਨੇ ਤੇ ਜੇ ਉੱਥੇ ਇੱਥੇ ਦੌੜ ਲੱਗੀ ਪੰਜਾਬ ਦੇ ਵਿੱਚ ਨਾ ਕਿਉਂ ਸਿੱਖਾਂ ਦਾ ਦਾਵਾ ਕਿਉਂ ਰਹਿ ਗਿਆ ਇਕੱਲਾ ਇਹਦੇ ਪਿੱਛੇ ਇੱਕ ਬੜਾ ਵੱਡਾ ਕਾਰਨ ਪੰਜਾਬ ਦੇ ਹਿੰਦੂ ਚ ਇੱਕ ਦੌੜ ਲੱਗੀ ਹੈ ਵੀ ਅਸੀਂ ਜਮਨਾਪਾਰ ਵਾਲੇ ਨੂੰ ਖੁਸ਼ ਕਰਨਾ ਹੈ ਉਹਦੀ ਬੋਲੀ ਬੋਲਣੀ ਹੈ ਔਰ ਇਸ ਇਸੇ ਚੱਕਰ 'ਚ ਆਪਾਂ ਨੂੰ ਸਾਰਾ ਪਤਾ ਸੂਬਿਆਂ ਦੀ ਵੰਡ 'ਚ ਕੀ ਕੁਛ ਹੋਇਆ ਕਿੰਨੇ ਕਿਹੜੀ ਬੋਲੀ ਲਖਾਤੀ ਹੈ ਨਾ ਪੰਜਾਬ ਦੇ ਮੁਸਲਮਾਨਾਂ 'ਚ ਇੱਕ ਦੌੜ ਹੈ ਵੀ ਅਸੀਂ ਉਰਦੂ ਬੋਲਣੀ ਹੈ ਉਰਦੂ ਅਰਬੀ ਨਾਲ ਮਿਲਦੀ ਜੁਲਦੀ ਭਾਸ਼ਾ ਅਸੀਂ ਉਹ ਬੋਲਣੀ ਹੈ ਪੰਜਾਬ ਅੱਜ ਉਹ ਤੇ ਛੱਡ ਦਿਓ ਉੱਥੇ ਦੇ ਘਹਾਵਤ ਦਾ ਵੀ ਜੱਟ ਮੁਸਲਮਾਨ ਨਹੀਂ ਹੋ ਸਕਦਾ ਉੱਥੇ ਜੱਟ ਨੂੰ ਕੋਈ ਮੌਲਵੀ ਨਹੀਂ ਬਣਾਉਂਦਾ ਪਾਕਿਸਤਾਨ ਦੇ ਵਿੱਚ ਸਾਡੇ ਨਾਲ ਉੱਥੇ ਰਹੇ ਹੈ ਜੱਟ ਤੇ ਜਟਨ ਨੂੰ ਕਹਿੰਦੇ ਵੀ ਨਹੀਂ ਇਹ ਮੁ슬ਮਾਨ ਹੋਈ ਨਹੀਂ ਸਕਦੇ ਪੰਜ ਨਮਾਜ਼ਾਂ ਸੱਤ ਪੜ੍ਹ ਲੈਣ ਇਹਨਾਂ ਨੂੰ ਮੰਨਦੇ ਨਹੀਂ ਅਸੀਂ ਇੱਥੇ ਵੇਖ ਲਓ ਪੰਜਾਬ ਦੇ ਮੁ슬ਮਾਨ ਨੇ ਮਸੀਤਾਂ ਦੇ ਜਾਓ ਤੇ ਮੌਲਵੀ ਯੂਪੀ ਦਾ ਆਣ ਕੇ ਬੈਠਾ ਬਿਲਕੁਲ ਬਹੁਤ ਇਹ ਸਮੱਸਿਆ ਬਹੁਤ ਇੱਕ ਗੁਲਾਮੀ ਦੀ ਨਿਸ਼ਾਨੀ ਹੈ ਵੀ ਜਿਹੜੇ ਧਰਮ ਦੇ ਵਿੱਚ ਪਹਿਲੀ ਤੁਹਾਡੇ ਕੋਲ ਮੰਗੇ ਕੀਤੀ ਜਾ ਰਹੀ ਵੀ ਤੁਹਾਡੀ ਬੋਲੀ ਦਾ ਤੁਸੀਂ ਕਤਲ ਕਰਨਾ ਹੈ ਇਸਲਾਮ ਦੀ ਥੋੜੀ ਮੰਗ ਹੈ ਇਸਲਾਮ ਕਿੱਥੇ ਮੰਗ ਕਰਦਾ ਹੈ ਇਸਲਾਮ ਦੇ ਵਿੱਚ ਇਹ ਮੰਗ ਹੋਈ ਨਹੀਂ ਸਕਦੀ ਸੋ ਇਸ ਕਰਕੇ ਇਹਨਾਂ ਨੇ ਇੱਕ ਉਹ ਹੁੰਦਾ ਨਾ ਵੀ ਵਨ ਨੇਸ਼ਨ ਵਨ ਲੈਂਗੁਏਜ ਉਹ ਥਿਉਰੀ ਦੇ ਉੱਤੇ ਚੱਲਣ ਦੀ ਇੱਧਰ ਹਿੰਦੂਆਂ ਦੀ ਸੁਪਰੀਮਸੀ ਕਾਇਮ ਕਰ ਲਈ ਸਾਰਾ ਕੁਝ ਹੋਇਆ ਉਧਰ ਮੁਸਲਮਾਨਾਂ ਦੀ ਔਰ ਉਹਦੇ ਚ ਇਹ ਭੁੱਲ ਗਏ ਵੀ ਬੰਗਲਾਦੇਸ਼ ਵਾਲਾ ਕੀ ਮਸਲਾ ਬਣਿਆ ਹੁਣ ਬੰਗਾਲੀ ਮੁਸਲਮਾਨ ਨਹੀਂ ਹੈਗਾ ਉਹਦੀ ਬੋਲੀ ਬੰਗਾਲੀ ਸੀ ਉਹ ਚੱਕਰ ਚ ਪਾਕਿਸਤਾਨੀ ਉੱਥੋਂ ਵੀ ਨਹੀਂ ਸਿੱਖਿਆ ਪਾਕਿਸਤਾਨ ਨੂੰ ਉੱਥੋਂ ਸਿੱਖਿਆ ਲੈਣੀ ਚਾਹੀਦੀ ਸੀ ਵੀ ਅਸੀਂ ਜਦੋਂ ਢਾਕਾ ਯੂਨੀਵਰਸਿਟੀ ਚ ਗਏ ਬਿਲਕੁਲ ਜਾ ਕੇ ਇਹੋ ਜੇ ਬਿਆਨ ਦੇਣੇ ਵੀ ਉਰਦੂ ਸੁਪੀਰੀਅਰ ਲੈਂਗੁਏਜ ਆ ਬੰਗਾਲੀ ਐਵੇਂ ਹੀ ਆ ਬੰਗਾਲੀ ਹਜ਼ਾਰਾਂ ਸਾਲ ਪੁਰਾਣੀ ਬੋਲੀ ਹੈ ਉਹਨਾਂ ਨੂੰ ਇਹ ਗੱਲ ਕਹੀ ਇਸ ਆਧਾਰ ਦੇ ਉੱਤੇ ਮੁਲਕ ਟੁੱਟ ਗਿਆ ਅੱਜ ਪੰਜਾਬ ਦੇ ਵਿੱਚ ਪਾਕਿਸਤਾਨ 'ਚ ਜੋ ਕੁਝ ਕੀਤਾ ਜਾ ਰਿਹਾ ਉਹ ਇਸ ਗਾਣਾ ਸੁਣਨਾ ਹੋਵੇ ਪੰਜਾਬੀ ਚੀਕਾਂ ਝਾੜਾ ਪਾਉਣਾ ਹੋਵੇ ਗਾਲ੍ਹਾਂ ਮੰਦਾ ਕਰਨਾ ਹੋਵੇ ਫੇਰ ਪੰਜਾਬੀ ਹੱਸਣਾ ਹੋਵੇ ਪੰਜਾਬੀ 'ਚ ਰੋਣਾ ਪੰਜਾਬੀ 'ਚ ਹੈ ਤੇ ਜਦੋਂ ਕੋਈ ਉਦਾਂ ਆ ਜਵੇ ਤੇ ਫੇਰ ਸਾਹਮਣੇ ਜੀ ਉਹ ਉਰਦੂ ਤਾਂ ਨਿਕਲ ਆਉਂਦੀ ਹੈ ਤੇ ਮੈਨੂੰ ਇੱਕ ਪਾਕਿਸਤਾਨੀ ਪੰਜਾਬੀ ਹੱਸਦਾ ਹੁੰਦਾ ਸੀ ਮੇਰਾ ਮਿੱਤਰ ਸੀ ਉਹ ਕਹਿੰਦਾ ਵੀ ਉਹ ਭਾਈਆ ਕਹਿੰਦੇ ਆ ਗੱਲਬਾਤ ਕਰਦੇ ਉਹ ਕਹਿੰਦਾ ਭਾਈਆ ਸਾਨੂੰ ਨਾ ਉਰਦੂ ਬੋਲਣਗੇ ਸਾਹ ਚੜ ਜਾਂਦਾ ਤੇਨਕ ਮੈਂ ਟੁੱਟ ਦੋ ਬੋਲਦੀ ਹੈ ਨਾ ਤੇ ਵੇਖਿੰਦਾ ਸਾਹ ਲੈਣਾ ਪੈਂਦਾ ਪਾਣੀ ਦਾ ਗਲਾਸ ਪੈਣ ਪੰਜਾਬੀ ਕਿੰਦਾ ਸਾਢਾੜੀ ਬੋਲੀ ਜਾਂਦੀ ਸੋ ਉਹਨਾਂ ਦਾ ਲਹਿਜਾ ਇਹ ਗੱਲ ਕਰਦਾ ਉਥੇ ਇੱਕ ਬਹੁਤ ਵੱਡਾ ਡਿਫਰੈਂਸ ਹੀ ਰਹਿ ਗਿਆ ਵੀ ਮਾਡਰਨਾਈਜੇਸ਼ਨ ਘਟ ਹੋਣ ਕਰਕੇ ਪਿੰਡਾਂ ਦਾ ਲਹਿਜਾ ਬਚਿਆ ਪੂਰਾ ਭਾਵੇਂ ਉਹ ਸਾਹਮਣੇ ਆਣ ਕੇ ਉਰਦੂ ਨਾਲ ਪੰਗਾ ਲੈ ਲੀਂਦੇ ਨੇ ਤੇ ਸ਼ਹਿਰਾਂ ਦਾ ਬਿਲਕੁਲ ਹੀ ਪੰਜਾਬੀ ਦਾ ਖਤਮ ਹੋ ਗਿਆ ਸਾਡੇ ਥੋੜਾ ਜਿਹਾ ਮਿਕਸ ਆਪ ਜਾ ਹੋ ਗਿਆ ਕੰਮ ਅਸੀਂ ਬੋਲੀ ਨੂੰ ਇੱਕ ਨਵੇਂ ਪਲੇਟਫਾਰਮ ਤੇ ਜਾ ਕੇ ਖੜਾ ਕਰਤਾ ਜਿੱਥੇ ਬੋਲੀ ਦੀ ਪ੍ਰਾਤਨਤਾ ਖਤਮ ਕਰਕੇ ਨਵੀਨਤਾ ਹੀ ਲੈਣ ਦਾ ਯਤਨ ਕੀਤਾ ਤੁਸੀਂ ਉਸ ਦਿਨ ਆਪਣੇ ਫਤਿਹਗੜ੍ਹ ਸਾਹਿਬ ਬਾਤ ਕਰ ਰਹੇ ਤੇ ਕੋਈ ਮੁੰਡਾ ਬੈਠਾ ਦਾ ਅਕਾਲ ਅਕੈਡਮੀ ਸ਼ਾਇਦ ਬਾਤਸੂ ਹੂੰ ਬਹੁਤ سارے ਸਿੱਖਾਂ ਦੇ ਸਕੂਲ ਆਪਾਂ ਦਾ ਵੀ ਬੋਲੀ ਵਾਸਤੇ ਨਾ ਸਿੱਖਣ ਬਹੁਤ ਇੱਕ ਸੰਜੰਗ ਲੜੀ ਹੈ ਕੋਈ ਸ਼ੱਕ ਨਹੀਂ ਤੇ ਬਹੁਤ ਸਾਰੇ ਸਕੂਲ ਆ ਜਿੱਥੇ ਪੰਜਾਬੀ ਪਰ ਜਰਮਾਨਾ ਹੁਣ ਮੋਹਾਲ ਹੀ ਹੈ ਮੋਹਾਲ ਹੀ ਕਹਿੰਦੇ ਵੀ ਸਿੱਖਾਂ ਵੀ ਬਹੁ ਗਿਣਤੀ ਵਾਲਾ ਇੱਕੋ ਹੀ ਕਹਾ ਜਾ ਸ਼ਹਿਰ ਹੈ ਜਿੱਥੇ ਸਿੱਖਾਂ ਦੀ ਬਹੁ ਗਿਣਤੀ ਹੈ ਹੁਣ ਤਾਂ ਪ੍ਰਵਾਸੀ ਜਨ ਘੇਰਾ ਪਾ ਲਿਆ ਉੱਥੇ ਬਹੁਤ ਖਤਰਨਾਕ ਖੇਡ ਹੋ ਰਹੀ ਹੈ ਪਰ ਕਿਸੇ ਕੇ ਘਰ ਕੇ ਮੂਰੇ ਥਵੇਂ ਪੰਜਾਬੀ ਲਿਖੀ ਨਹੀਂ ਦੇਖ ਸਕਦੇ ਹੂੰ ਤੂੰ ਉਹਨਾਂ ਸਮੇਂ ਦੇ ਵਿੱਚ ਮਨ ਤਾਂ ਲਗਾ ਵੀ ਸਿੱਖਾਂ ਨੇ ਵੀ ਤैयार ਕਰ ਲਿਆ ਵੀ ਹੁਣ ਬਾਕੀ ਤੇ ਛੱਡ ਗਏ ਤੇ ਹਮੇ ਵੀ ਜਿਹੜਾ ਹੈਗਾ ਇਸ ਕੀ ਹੁਣ ਪੂਰਾ ਖਤਮਾ ਕਰਾਂ ਨਹੀਂ ਸਾਡੇ ਦੇ ਅੱਡੀਆਂ ਚੋਕ ਕੇ ਭਾ ਲਿਆ ਨਾ ਬਾਕੀ ਤੇ ਛੱਡ ਗਏ ਉਹਨਾਂ ਕੋਲ ਕੋਈ ਨਾ ਕੋਈ ਵਜ੍ਹਾ ਨਜ਼ਰ ਆਉਂਦੀ ਸੀ ਹੈ ਬਹਾਨਾ ਬਣਾ ਲੀਂਦੀ ਸੀ ਕੋਈ ਨਾ ਕੋਈ ਸਾਡੇ ਕੋਲ ਕੀ ਬਹਾਨਾ ਸੀ ਸਾਡੇ ਜੇ ਗੁਰੂ ਨੇ ਜੇ ਕੋਈ ਬੋਲੀ ਨੂੰ ਮਾਨ ਬਖਸ਼ਿਆ ਤੇ ਉਹ ਪੰਜਾਬੀ ਨੂੰ ਬਖਸ਼ਿਆ ਸਾਡੀ ਸਾਧੀਆਂ ਤਾਂ ਬੋਲੀ ਇਹੋ ਸੀ ਸਾਨੂੰ ਕੁਝ ਨਹੀਂ ਸੀ ਸਾਨੂੰ ਤੇ ਸਗੋਂ ਜੇ ਕੋ ਠਕੇ ਨਾ ਸਾਨੂੰ ਦੂਜੀ ਬੋਲੀ ਬੁਲਾਉਂਦਾ ਤੇ ਅਸੀਂ ਸੰਘਰਸ਼ ਕੀਤੇ ਉਹਦੇ ਮਸਲੇ 'ਚ ਹਾਂ ਅੱਜ ਸਿੱਖਾਂ ਦੇ ਵਿੱਤੇ ਪ੍ਰਭਾਵ ਇਸ ਗੱਲ ਦਾ ਹੈ ਗੁਲਾਮ ਰਹਿਣ ਦਾ ਕਰਕੇ ਬਹੁਤ ਲੰਮਾ ਸਮਾਂ ਗੁਲਾਮੀ ਭੋਗਣ ਦਾ ਕਰਕੇ ਸਾਡੇ 'ਚ ਹੀਣਤਾ ਪੈਦਾ ਹੋ ਗਈ ਔਰ ਮੈਂ ਨਾ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਗਿਆ ਮੈਂ ਦੋ ਚੀਜ਼ਾਂ ਜ਼ਰੂਰ ਵੇਖੀਆਂ ਜਿਹੜੀ ਤਾਂ ਕਾਮ ਗੁਲਾਮ ਹੈ ਉਹ ਨਕਲ ਕਰਨਾ ਸ਼ੁਰੂ ਕਰ ਦਿੰਦੀ ਹੈ ਉਹਨਾਂ ਲੋਕਾਂ ਦੀ ਜਿਹੜੇ ਗੁਲਾਮ ਨਹੀਂ ਹੁੰਦੇ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਗੁਲਾਮ ਕੀਤਾ ਹੁੰਦਾ ਔਰ ਉਹ ਨਕਲ ਦੇ ਵਿੱਚ ਹੁੰਦਾ ਕਿ ਆਕਸਰ ਦੇ ਵਿੱਚ ਵੀ ਤੁਸੀਂ ਇਹਦੇ ਨਾਲ ਇੱਕ ਸਾਈਕੋਲੋਜੀ ਦੇ ਪੱਖ ਤੋਂ ਮਨੋਵਿਗਿਆਨ ਦੇ ਪੱਖ ਤੋਂ ਕਹਿੰਦੇ ਵੀ ਬੰਦਾ ਟਕਣਾ ਚਾਹੁੰਦਾ ਆਪਣੀ ਮੁਸ਼ਕਲ ਨੂੰ ਵੇਖਣਾ ਨਹੀਂ ਚਾਹੁੰਦਾ ਜਿਵੇਂ ਕੋ ਆਪਣਾ ਬੈਂਕ ਅਕਾਊਂਟ ਵੇਖਣਾ ਨਹੀਂ ਚਾਹੁੰਦਾ ਹੁੰਦਾ ਤੇ ਪੈਸੇ ਘਟ ਜਾਂਦੇ ਨਾ ਉਹ ਮੈਸੇਜ ਜੇ ਵੀ ਆਵੇ ਤੇ ਐ ਕਰ ਦਿੰਦਾ ਵੀ ਚਲੋ ਕੋਈ ਨਹੀਂ ਪਿੱਛੇ ਹੀ ਚਲ ਜAVE ਕੰਮ ਹੈ ਸਚਾਈ ਤੋਂ ਭਜਦਾ ਬੰਦਾ ਸਚਾਈ ਸਾਡੀ ਇਹ ਵੀ ਜਦੋਂ ਅਸੀਂ ਬੋਲੀ ਬੋਲਦੇ ਹਾਂ ਇੱਕ ਤੇ ਸਾਡੇ ਆਲੇ-ਦੁਆਲੇ ਇਹ ਬੋਲੀ ਬੋਲਣ ਦੀ ਆਜ਼ਾਦੀ ਨਹੀਂ ਹੈਗੀ ਇੱਕ ਸਾਡੇ ਬੱਚਿਆਂ ਨੂੰ ਟੀਵੀ ਦੇ ਥਰੂ ਹਰ ਚੀਜ਼ ਦੇ ਥਰੂ ਉਹਦੇ ਮਾਧਿਅਮ ਦੇ ਜ਼ਰੀਏ ਸਾਨੂੰ ਪੰਜਾਬੀ ਬੋਲੀ ਤੋਂ ਦੂਰ ਕਰਕੇ ਬੋਲੀ ਦਾ ਵਿਗੜਿਆ ਰੂਪ ਸਾਨੂੰ ਸਿਖਾਇਆ ਜਾ ਰਿਹਾ ਔਰ ਮੈਨੂੰ ਐ ਲੱਗਦਾ ਵੀ ਇਸ ਨੂੰ ਠੀਕ ਕਰਨ ਲਈ ਇੱਕ ਬੜੇ ਵੱਡੇ ਸੰਘਰਸ਼ ਦੀ ਲੋੜ ਹੈ ਲਊਡੋਲਵਾਂ ਸੰਘਰਸ਼ ਜਿਹਨੂੰ ਕਹਿੰਦੇ ਆਪਾਂ ਵੀ ਇਹ ਆਰਪਰ ਦੀ ਲੜਾਈ ਹੋ ਬੋਲੀ ਦੇ ਉੱਤੇ ਹੀ ਕੱਲੀ ਉਹ ਤੋਂ ਬਚਣ ਲਈ ਬੰਦੇ ਬਹਾਨੇ ਬਣਾ ਕੇ ਬੈਠੇ ਆ ਵੀ ਫਿਰ ਕੀ ਹੋ ਗਿਆ ਜੀ ਇਹ ਕਿੱਡਾ ਕ ਮਸਲਾ ਦੁਨੀਆ ਗਾਂ ਨੰਗੀ ਹੈ ਆਪਾਂ ਇੱਥੇ ਅੜ ਜਾਗੇ ਦੁਨੀਆ ਗਾਂ ਨੰਗੀ ਹੈ ਮੈਨੂੰ ਇਹ ਨਹੀਂ ਸਮਝਦਾ ਯੂਰਪ ਗੋਰੀ ਨਸਲ ਦਾ ਮੁਲਖ ਹੈ ਯੂਰਪ ਦੇ ਵਿੱਚ ਉਹ ਕਹਿੰਦੇ ਵੀ ਅਲੈਦਗੀ ਕਿਹੜੀਆਂ ਗੱਲਾਂ ਤੇ ਹੋ ਸਕਦੀ ਐ ਅੱਡ ਮੁਲਖ ਮੰਗਣਾ ਉਹ ਕਹਿੰਦੇ ਜੇ ਪਿਜੇ ਦਾ ਵੀ ਫਰਕ ਪੈ ਗਿਆ ਨਾ ਸਾਡਾ ਪਿਜਾ ਬਣਾਉਣ ਚ ਵੀ ਜੇ ਤੁਸੀਂ ਚਾਰ ਚੀਜ਼ਾਂ ਪਿਜੇ ਦੇ ਵੱਧ ਪਾਉਂਦੇ ਅਸੀਂ ਘੱਟ ਪਾਉਂਦੇ ਇਸ ਗੱਲ ਤੇ ਅਸੀਂ ਵੱਖਰਾ ਮੁਲਖ ਮੰਗਾਂਗੇ ਕੋਈ ਸੰਸਾਰ ਤੇ ਸਵਾਲ ਨਹੀਂ ਕਰ ਸਕਦਾ ਕੀ ਬਾਤ ਯੂਰਪ ਦੇ ਵਿੱਚ ਫਰੈਂਚ ਫਰਾਂਸ ਦੇ ਵਿੱਚ ਪੁਜ ਬੋਲੀ ਬੋਲੀ ਜਾਂਦੀ ਐ ਪੁਰਤਗਾਲ ਚ ਕਿਹੜੀ ਬੋਲੀ ਜਾਂਦੀ ਇਟਲੀ ਚ ਕਿਹੜੀ ਬੋਲੀ ਜਾਂਦੀ ਆ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਕੋਈ ਬੰਦਾ ਉਹਨਾਂ ਨੂੰ ਉੱਠ ਕੇ ਕਹਿੰਦਾ ਵੀ ਇਹ ਤਾਂ ਅਨਪੜ ਲੋਕ ਨੇ ਜਾਪਾਨ ਦੇ ਲੋਕਾਂ ਨੇ ਆਪਣੀ ਬੋਲੀ ਬੋਲੀ ਚੀਨੀਆਂ ਨੇ ਆਪਣੀ ਬੋਲੀ ਬੋਲੀ ਔਰ ਉਹਨਾਂ ਨੇ ਆਪਣੀ ਬੋਲੀ ਦੇ ਵਿੱਚ ਦੁਨੀਆ ਨੂੰ ਇਹ ਨਹੀਂ ਗੱਲ ਕਹੀ ਵੀ ਭਾਈ ਅਸੀਂ ਆਪਣੀ ਦੀ ਬੋਲੀ ਸਾਡੀ ਮੁਸ਼ਕਲ ਇਹ ਆ ਗਈ ਬੇਕਾਰ ਹੋਣ ਤੋਂ ਬਾਅਦ ਜਦੋਂ ਸਾਡਾ 1849 ਚ ਜੋ ਕੁਝ ਹੋਇਆ ਉਸ ਤੋਂ ਬਾਅਦ ਸਾਡੇ ਲੋਕ ਅੱਜ ਤੱਕ ਪਟਕਣਾ 'ਚ ਨੇ ਦਰਦ ਦਰਦੀ ਖਾਕਸ਼ਾਲ ਨੇ ਜਿੱਥੇ 10 ਦਿਨ ਸਾਨੂੰ ਖੈਰ ਪੈਂਦੀ ਹੈ ਉਹਨਾਂ ਦੀ ਬੋਲੀ ਬੋਲਣ ਲੱਗ ਜਾਈਦਾ ਜਿੱਥੋਂ ਉਹ ਧੱਕਾ ਪੈਂਦਾ ਫਿਰ ਉਹਨਾਂ ਵਾਲੇ ਉਲਟ ਹੋ ਕੇ ਦੂਜੇ ਪਾਸੇ ਜਾ ਖੜ ਜਾਈਦਾ ਤੇ ਜਿਨ੍ਹਾਂ ਦਾ ਘਰ ਨਾ ਹੋਵੇ ਆਪਣਾ ਉਹਨਾਂ ਦੀ ਹਾਲਤ ਸਦਾ ਇਹ ਰਹਿੰਦੀ ਹੈ ਇਸੇ ਕਰਕੇ ਜਦੋਂ ਕੋ ਬੰਦਾ ਗੱਲ ਕਰਦਾ ਨਾ ਵੀ ਤੁਹਾਡਾ ਰੋਡ ਮੈਪ ਮੈਂ ਕੱਲ ਇੱਕ ਦਾ ਪ੍ਰਿੰਟ ਵਾਲਿਆਂ ਦੀ ਸੁਣਦਾ ਸੀ ਮੈਨੂੰ ਕਿਸੇ ਨੇ ਭੇਜ ਦਿੱਤਾ ਵੀ ਤੁਹਾਡੇ ਤੇ ਡੇ ਆ ਮਜਮਾ ਲਾ ਕੇ ਬੈਠੇ ਤੇ ਮੈਂ ਕਿਹਾ ਵੀ ਸੁਣ ਲਈਨੇ ਚਲੋ ਕੀ ਆ ਉਹਨਾਂ ਨੇ ਪੰਜਾਬ ਦੇ ਇੱਕ ਦੋ ਮੰਦ부ਧੀ ਚ ਬੰਦੇ ਬਿਠਾਏ ਉੱਥੇ ਔਰ ਉਹਨਾਂ ਨੇ ਗੱਲ ਕੀ ਕਹਿੰਦੇ ਵੀ ਭਾਈ ਅਮਰਪਾਲ ਸਿੰਘ ਜੀ ਖਲਸਾ ਦੀ ਗੱਲ ਕਰਦੇ ਆ ਇਹਨਾਂ ਦਾ ਰੋਡ ਮੈਪ ਕੀ ਹੈ ਮੈਂ ਉਹਨਾਂ ਨੂੰ ਸਵਾਲ ਹੀ ਕਰਨਾ ਚਾਹੁੰਨਾ ਸੀ ਵੀ ਜੇ ਮੈਂ ਰੋਡ ਮੈਪ ਦੱਸਦਾ ਮੈਂ ਸਹਿਮਤ ਹੋ ਜਾਗੇ ਉਹਨਾਂ ਕਹਿੰਦਾ ਵੀ ਤਾਂ ਫਿਰ ਮੈਨੂੰ ਪੁੱਛਣ ਕਿ ਉਹ ਡਾ ਜੀ ਸਾਡਾ ਮਸਲਾ ਅਸੀਂ ਜਿਠੀਏ ਨਾਲ ਜਿਠੀਏ ਔਰ ਮੈਂ ਸਭ ਤੋਂ ਵੱਡੀ ਗੱਲ ਕਹਿਣਾ ਵੀ ਜਿਹੜਾ ਬੋਲੀ ਦੀ ਗੱਲ ਹੈ ਮੈਂ ਕਹਿਣਾ ਵੀ ਜੇ ਇੱਕ ਪਿੰਡ ਦੀ ਬੋਲੀ ਹੈ ਉਹਦੇ ਚ ਕੋਈ ਅਲੈਦਗੀ ਹੈ ਉਹਦੇ ਚ ਕੋਈ ਵੱਖਰਾਪਣ ਹੈ ਉਹਨੂੰ ਬਚਾਉਣ ਲਈ ਉਸ ਪਿੰਡ ਨੂੰ ਵੱਖਰੇ ਮੁਲਕ ਦਾ ਰੂਪ ਦਿੱਤਾ ਜਾਵੇ ਤੇ ਇਹ ਬੜੀ ਪਵਿੱਤਰ ਗੱਲ ਹੈ ਇਹ ਤੋਂ ਵੱਡੇ ਪਵਿੱਤਰ ਤਾਂ ਕੋਈ ਨਹੀਂ ਵੀ ਅਸੀਂ ਸੈਂਕੜੇ ਸਾਲ ਹਜ਼ਾਰਾਂ ਸਾਲਾਂ ਤੋਂ ਤੁਰ ਹੀ ਆਉਂਦੀ ਇੱਕ ਸੱਭਿਆਤ ਨੂੰ ਸੰਭਲਿਆ ਇੱਕ ਸ਼ਬਦ ਨੂੰ ਬਚਾਉਣ ਲਈ ਜੰਗ ਲੜੀ ਜਾਵੇ ਨਾ ਬੋਲੀ ਦੀ ਮਹੱਤਤਾ ਦੱਸਣ ਵਾਲੇ ਬੰਦੇ ਕਹਿੰਦੇ ਨੇ ਕਿ ਇੱਕ ਸ਼ਬਦ ਨੂੰ ਬਚਾਉਣ ਲਈ ਲੱਖਾਂ ਸਿਰ ਦੇਣੇ ਪੈਣ ਤੇ ਬਚਾ ਲੈਣਾ ਚਾਹੀਦਾ ਕਿਉਂਕਿ ਸਿਰ ਤੇ ਦੂਰੇ ਆ ਜਾਂਦੇ ਨੇ ਸ਼ਬਦ ਨਹੀਂ ਵਜਦਾ ਮੰਨਦਾ ਦੂਰੇ ਗਵਾਚਾ ਸ਼ਬਦਾਂ ਦੀ ਬਾਤ ਚਲਾ ਰਣਾ ਮੰਨੂ ਅਮੇ ਮਾਰੀ ਬੋਲੀ ਦੇ ਵਿੱਚ ਸ਼ਬਦ ਇਹ ਕਿਹਨਾਂ ਗਾਇ ਗਾਇ علاوہ ਮਹਾਰਾਜ ਨੇ ਬਾਣੀ ਮੇ ਬਹੁਤ ਵਰਤਿਆ ਤੇ ਭਟ ਪਈਆਂ ਮੈਂ ਤਾਂ ਇੰਨਾ ਲਿਖਿਆ ਗਿਆ ਹੂੰ ਤੇ ਉਹ ਮੈਨੂੰ ਬਹੁਤ ਕਈ ਵਾਰ ਲੱਗਦਾ ਵੇ ਗੁਰੂ ਸਾਹਿਬ ਨੇ ਉਹ ਸ਼ਬਦ ਵਰਤੇ ਜਿਹੜੇ ਉੱਥੇ ਬੋਲੇ ਜਾ ਰਹੇ ਤੇ ਹੂੰ ਹੂੰ ਤੇ ਇਹ ਕਿੱਡੀਆਂ ਮਤਲਬ ਇਹ ਕਮਾਲ ਚੀਜ਼ਾਂ ਜਦ ਕੇ ਹੁਣ ਕਾ ਸ਼ਬਦ ਹੈ ਜਿਹੜਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਪੰਜਾਬੀ ਦਾ ਸਿੱਧਾ ਜਿਹਾ ਸ਼ਬਦ ਦਾ ਵੀ ਹੈ ਸਾਡੇ ਦਾ ਦਾ ਵਰਤਦੇ ਨੇ ਪਰ ਮਹਾਰਾਜ ਨੇ ਇਹ ਕਿਉਂਕਿ ਉਦੋਂ ਨਾ ਇੱਕ ਗ੍ਰਾਮਰ ਵਾਲਾ ਪੰਗਾ ਨਹੀਂ ਸੀ ਹੁੰਦਾ ਵੀ ਜਿਹੜੀ ਆ ਵਿਆਕਰਨ ਵਾਲਾ ਪੰਗਾ ਖੜਾ ਕੀਤਾ ਬਾਅਦ ਚ ਹੁਣ ਮੈਨੂੰ ਤੇ ਹੈਰਾਨੀ ਹੁੰਦੀ ਵੀ ਜਦੋਂ ਪਹਿਲਾਂ ਕਿਸੇ ਬੰਦੇ ਦੀ ਲਿਖਤ ਪੜ੍ਹ ਕੇ ਦੱਸ ਸਕਦੇ ਸੀ ਵੀ ਆਹ ਫਲਾਣੇ ਇਲਾਕੇ ਦੇ ਫਲਾਣੇ ਪਿੰਡ ਦੇ ਨੇੜੇ ਦਾ ਹੋ ਸਕਦਾ ਹੈ ਲਿਖਤ ਦੇ ਵਿੱਚ ਹੀ ਇਹ ਫਰਕ ਪੈਂਦਾ ਹੁਣ ਗਦਾਫੂਰੀਆਂ ਦੇ ਨਾ ਬੋਲੀ ਦੇ ਵਿੱਚ ਇੰਨਾ ਕ ਫਰਕ ਹੈ ਵੀ ਸਾਨੂੰ ਮਾਝੇ ਦੇ ਵਿੱਚ ਹੁੰਦੇ ਵੀ ਪਤਾ ਹੋਵੇ ਵੀ ਇਹਨਾਂ ਦੀ ਵੱਖਰੀ ਹੈ ਹੈ ਉਹ ਬਹੁਤੀ ਥਾਂ ਦੇ ਅੜਾੜਾ ਨਹੀਂ ਕਹਿੰਦੇ ਰਾਰਾ ਕਹਿ ਦਿੰਦੇ ਨੇ ਹੈ ਇਸੇ ਤਰੀਕੇ ਦੇ ਨਾਲ ਇਹ ਚੀਜ਼ ਅਗਲੀ ਨਸਲ 'ਚ ਮਰਦੀ ਜਾ ਰਹੀ ਕਿਉਂਕਿ ਇੱਕ ਕਿਸਮ ਦਾ ਸਿਲੇਬਸ ਇੱਕ ਕਿਸਮ ਦੇ ਪ੍ਰੋਗਰਾਮ ਵੇਖ-ਵੇਖ ਕੇ ਬੰਦਿਆਂ ਦੀ ਜਿਹੜੀ ਆਪਾਂ ਕਹਿੰਦੇ ਨੇ ਵੀ ਉਹਨਾਂ ਦਾ ਵਿਕਾਸ ਇਸ ਤਰੀਕੇ ਦਾ ਹੋ ਗਿਆ ਵੀ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕਿੱਡੀ ਸੋਹਣੀ ਗੱਲ ਸੀ ਵੀ ਭਾਈ ਮੈਂ ਤੁਹਾਡੀ ਬੋਲੀ ਸੁਣ ਕੇ ਦੱਸ ਦਿੱਤਾ ਵੀ ਹਾਂਜੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਪਈ ਕਿਹੜਾ ਇਲਾਕਾ ਹੈ ਤੁਹਾਡਾ ਹੈ ਸਾਨੂੰ ਦੱਸਣ ਦੀ ਲੋੜ ਨਹੀਂ ਪਈ ਕਿਹੜਾ ਇਲਾਕਾ ਹੈ ਤੇ ਜੇ ਦੱਸਣਾ ਹੀ ਪੈ ਗਿਆ ਇਹਦਾ ਮਤਲਬ ਹੈ ਵੀ ਆਪਾਂ ਉਹ ਬੋਲੀ ਬੋਲ ਰਹੇ ਹਾਂ ਜਿਹੜੀ ਕੋ ਰਾਤੋਂ ਰਾਤ ਪੈਦਾ ਕੀਤੀ ਜਿਵੇਂ ਉਰਦੂ ਹੈ ਉਰਦੂ ਕਰਾਚੀ 'ਚ ਵੀ ਉਹੋ ਜਿਹੀ ਬੋਲੀ ਜਾ ਰਹੀ ਹੈ ਤੇ ਇਧਰ ਯੂਪੀ ਵਾਲ ਵੀ ਉਹੋ ਜਿਹੀ ਗਾਜੀਆਬਾਦ 'ਚ ਵੀ ਉਹੋ ਜਿਹੀ ਬੋਲੀ ਜਾ ਰਹੀ ਹੈ ਕਿੱਡੀ ਦੂਰ ਇਲਾਕਾ ਹੈ ਹੁਣ ਇਹਦਾ ਮਤਲਬ ਇਹ ਆ ਵੀ ਉਰਦੂ ਉੱਥੇ ਪੈਦਾ ਨਹੀਂ ਹੋਈ ਇਹ ਬਣਾਈ ਗਈ ਹੈ ਹੁਣ ਪੰਜਾਬ ਦੇ ਵਿੱਚ ਤੁਸੀਂ ਉਧਰ ਚਲ ਜਓ ਲਾਹੌਰ ਤੋਂ ਪਰੇ ਲੰਗ ਜੋ ਮਸਾ ਉਹਨਾਂ ਦੀ ਬੋਲੀ ਦੇ ਵਿੱਚ ਪੰਜਾਬੀ ਬੋਲੀ ਦੇ ਵਿੱਚ ਬੜਾ ਅੰਤਰ ਹੈ ਸਾਡੇ ਨਾਲੋਂ ਬਿਲਕੁਲ ਇੱਥੇ ਸਾਡਾ ਫਰਕ ਹੈ ਮਾਲਵੀ ਨੂੰ ਚਲ ਜੀ ਹੋਰ ਬੜਾ ਫਰਕ ਪੈ ਜਾਂਦਾ ਸੋ ਕਿਤੇ ਨਾ ਕਿਤੇ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਵੀ ਮਹਾਰਾਜ ਨੇ ਇਸ ਗੱਲ ਦੇ ਉੱਤੇ ਡਿਕਟੇਟ ਨਹੀਂ ਕੀਤਾ ਵੀ ਆਹ ਕੋਈ ਉੱਚੀ ਆ ਕੋਈ ਨੀਵੀਂ ਹੈ ਇਹ ਲੜਾਈ ਨੂੰ ਮਾਝੇ ਮਾਲਵੇ ਚ ਨਹੀਂ ਪਾਉਣਾ ਚਾਹੀਦਾ ਪਰ ਮੈਂ ਇੱਕ ਗੱਲ ਕਹਿਣਾ ਵੀ ਇਸ ਲੜਾਈ ਨੂੰ ਇਹ ਨਹੀਂ ਕਰਨਾ ਚਾਹੀਦਾ ਵੀ ਇਹ ਜੇ ਆਪਾਂ ਇੱਕ ਇਕਵਲਟੀ ਜਾਂ ਇਕਤਾ ਲੈ ਕੇ ਆਉਣੀ ਤੇ ਡਾਇਲੈਕਟ ਖਤਮ ਕਰਨ ਤੋਂ ਪਾਓ ਵੀ ਨਹੀਂ ਜੀ ਇੱਕੋ ਜੀ ਬੋਲੀ ਤਿਆਰ ਕਰ ਲਓ ਫਰਕ ਹੈ ਟਿਚਰਾਂ ਵੀ ਹੋਣੀਆਂ ਚਾਹੀਦੀਆਂ ਨੇ ਇਲਾਕਿਆਂ ਦੇ ਹਿਸਾਬ ਨਾਲ ਉਹ ਸਾਨੂੰ ਕਹਿੰਦੇ ਹੁੰਦੇ ਵੀ ਤੁਸੀਂ ਗੀੜਿਆਂ ਡਿਆਂ ਕਰਨ ਦੇਜੋ ਤੇ ਆਹੀ ਵਧੀਆਂ ਨੂੰ ਪਤਾ ਲਾਵਾਂਗੇ ਕੀ ਕਰੀਏ ਇੱਕ ਕਕੂਨ ਦਾ ਨਹੀਂ ਕੂਣਾ ਉਹ ਬਹੁਤ ਕਮਾਲ ਦਾ ਸ਼ਬਦ ਹੈ ਤੇ ਉਹ ਮੈਨੂੰ ਕੋਈ ਪੁਲਿਸ ਵਾਲੇ ਨਾਲ ਗੱਲ ਸੁਣਾ ਰਹੇ ਤੇ ਬੜੀ ਹਾਸੇ ਵਾਲੀ ਕਹਿੰਦਾ ਵੀ ਉੱਥੇ ਗੱਡੀ ਖਰਾਬ ਹੋ ਗਈ ਪੁਲਿਸ ਵਾਲਿਆਂ ਦੀ ਤੇ ਵਿੱਚ ਕੋਈ ਦੂਜੇ ਇਲਾਕੇ ਦਾ ਸੀ ਤੇ ਜਦੋਂ ਉਹ ਹੀ ਸਟਾਰਟ ਮਤਲਬ ਧੱਕਾ ਲਾ ਰਹੇ ਸੀ ਪੁਰਾਣੀ ਗੱਲ ਹੈ ਉਹ ਕਹਿੰਦਾ ਇੱਕ ਵਿੱਚੋਂ ਭਾਉ ਸੀ ਕਹਿੰਦਾ ਕੂਪੀ 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 ਉਹ ਕਹਿੰਦਾ ਯਾਰ ਇਹ ਕੀ ਕੂਪੀ ਕੂਪੀ ਹੈ ਉਹ ਕਹਿੰਦਾ ਸਮਝ ਨਹੀਂ ਆਵੇ ਮੈਨੂੰ ਬਾਅਦ ਫਤ ਲੱਗਿਆ ਵੀ ਇਹ ਸਟਾਰਟ ਹੋਣ ਤੋਂ ਬੋਲ ਦੀ ਆਵਾਜ਼ ਆ ਗਈ ਨੀ ਹੁ ਕੁੰਦਾ ਨਹੀਂ ਹੁਣ ਗਾੜੀ ਗਾੜੀ ਹੋ ਜਾਮ ਸਰ ਹਾਂ ਉਹ ਬੜੇ ਗੱਲ ਤੋਂ ਕਈ ਕਹਿੰਦੇ ਵੀ ਤੁਸੀਂ ਗਾੜੀ ਕੋ ਕਹਿੰਦੇ ਅੱਗੇ ਕਿਉਂ ਨਹੀਂ ਜਾਂਦੇ ਕਹਿਣ ਲੱਗ ਪਏ ਬਹੁਤ ਸਾਨੂੰ ਯਾਦ ਤੇ ਪੈ ਗਈ ਸਾਡੀ ਵੀ ਮੁਸ਼ਕਲ ਹੈ ਮੈਂ ਇਸ ਚੀਜ਼ ਨੂੰ ਬਹੁਤ ਅਪਹਾਗਾ ਮੰਨਦਾ ਆਪਣੇ ਆਪ ਨੂੰ ਸਭ ਤੋਂ ਵੱਡੇ ਮੰਦੇ ਭਾਗ ਕਿਸੇ ਵੀ ਕੌਮਲੀ ਕਿਸੇ ਮਨੁੱਖਲੀ ਹੋ ਸਕਦੇ ਵੀ ਜੋ ਉਹਨਾਂ ਨੂੰ ਸਿਖਾਉਣਾ ਨਹੀਂ ਸੀ ਚਾਹੀਦਾ ਮਤਲਬ ਜੋ ਉਹਨਾਂ ਨੂੰ ਸਿੱ ਉਹ ਅੱਜ ਸਾਨੂੰ ਧਿਆਨ ਕਰਨਾ ਪੈਂਦਾ ਕਈ ਇਹੋ ਜਿਹੇ ਸ਼ਬਦ ਆ ਜਿਨ੍ਹਾਂ ਦੀ ਪੰਜਾਬੀ ਨਹੀਂ ਪਤਾ ਨਹੀਂ ਅੰਗਰੇਜ਼ੀ ਚ ਬੋਲਦੇ ਨੇ ਬਿਲਕੁਲ ਔਰ ਮੈਨੂੰ ਇਹ ਗੱਲ ਤੋਂ ਖੁਦ ਖੁਦ ਨਾ ਕਰਨਾ ਹੁੰਦਾ ਪੈਂਦੀ ਵੀ ਕਿਹੜੀ ਆਪਾਂ ਲੜਾਈ ਲੜ ਰਹੇ ਆ ਵੀ ਜੇ ਕੋ ਆਪਣੀ ਬੋਲੀ ਸਾਡੇ ਕੋ ਬੋਲਣ ਦੀ ਜੋਰ ਲਾਉਣਾ ਪੈ ਰਿਹਾ ਤੇ ਕਿੰਨੀ ਗਲਾਮੀ ਗਹਿਰੀ ਹੈ ਤੋਂ ਇਹ ਤੋਂ ਵੱਡੀ ਗਲਾਮੀ ਦੀ ਨਿਸ਼ਾਨੀ ਕੀ ਹੋ ਸਕਦੀ ਤਾਂ ਮੈਂ ਆਪਣੇ ਸੰਘਰਸ਼ ਦੀ ਬਾਤ ਕਰਾਂ ਤੇ ਸ਼ਾਸਤਰਾਂ ਕੀ ਮਹਾਰਾਜ ਨੇ ਵੀ ਸ਼ਾਸਤਰਾਂ ਦੇ ਵਿੱਚ ਸਾਰਾ ਕੁਝ ਖਾਲਸਾ ਸਾਜਿਆ ਲੜਾਈਆਂ ਜੰਗਾਂ ਲੜੀਆਂ ਬਬੂਮਾਨ ਦਾ ਇੱਕ ਬਿਆਨ ਆਇਆ ਹੁਣੇ ਥੋੜੇ ਤੋਂ ਪਹਿਲਾਂ ਵੀ ਲੰਗਰ ਛਕੋ ਰਾਮ ਜਪੋ ਵੀ ਸ਼ਾਸਤਰਾਂ ਵਾਲੀ ਗੱਲ ਜਿਹੜੀ ਹੈਗੀ ਹੈ ਦਾ ਕੋਈ ਮਤਲਬ ਨਹੀਂ ਹੈਗਾ ਤੇ ਬਹੁਤ ਸਾਰਾ ਜਿਹੜਾ ਮੀਡੀਆ ਹੈ ਉਹ ਚੀਜ਼ ਨੂੰ ਬਹੁਤ ਤੋਂ ਕਰ ਰਿਹਾ ਕਿ ਬਹੁਤ ਇੱਕ ਵੱਡਾ ਬਿਆਨ ਹੈ ਇੱਕ ਵੱਡੇ ਕਾਇਕ ਦਾ ਹੂੰ ਤਾਂ ਨੂੰ ਕਿਸ ਤਰ੍ਹਾਂ ਲਗਾ ਸਾਰਾ ਕੁਝ ਮੈਂ ਇਸ ਗੱਲ ਨੂੰ ਇਦਾਂ ਬਹਿਣਾ ਹੈ ਵੀ ਅੱਜ ਦੇ ਸਮੇਂ 'ਚ ਨਾ ਬੰਦੇ ਨੂੰ ਬਿਆਨ ਦੇਣ ਲਈ ਕੁਝ ਪ੍ਰਾਪਤੀ ਕਰਨ ਦੀ ਲੋੜ ਨਹੀਂ ਉਹ ਮਸ਼ਹੂਰ ਹੋਵੇ ਭਾਵੇਂ ਕੰਜਰਖਾਨਾ ਕਰਕੇ ਮਸ਼ਹੂਰ ਹੋਇਆ ਭੀ ਤੇ ਬਿਆਨ ਉਹਨੇ ਕਰਦੇ ਦੇਣਾ ਧਰਮ ਦੇ ਉੱਤੇ ਜਿਸ ਬੰਦੇ ਨੇ ਤਾਂ ਉਮਰ ساری ਉਮਰ ਔਰਤਾਂ ਦੇ ਉੱਤੇ ਗੀਤ ਗਾਏ ਹੋਣ ਜਿਸ ਬੰਦੇ ਨੇ ساری ਉਮਰ ਵੀ ਕਬਜਾ ਲੈਣ ਦਾ ਉਹ ਕੰਮ ਕੀਤਾ ਹੋਵੇ ਉਹ ਕਨਕਲੂਜਨ ਆਣ ਕੇ ਕੱਢ ਦਵੇ ਵੀ ਸ਼ਸਤਰਾਂ ਦੀ ਉਸ ਮਤ ਕਿੰ ਨੂੰ ਦਵੇ ਜੇ ਮੈਂ ਸਮਝਦਾ ਵੀ ਜੇ ਕਿਸੇ ਗੈਂਗਸਟਰ ਨੂੰ ਉੱਠ ਕੇ ਕਹੇ ਵੀ ਤੁਸੀਂ ਧਾਰਨਾ ਚੱਕੋ ਕੋਈ ਗੱਲ ਰਿਲੇਵੈਂਟ ਹੋ ਸਕਦੀ ਹੈ ਉਹਨਾਂ ਨੇ ਕਿਹੜੇ ਕੰਮ ਨਹੀਂ ਚੱਕੇ ਨੇ ਕਿਹੜੇ ਨਹੀਂ ਉਹ ਬੰਦਾ ਸਰਕਾਰ ਕੋ ਸਿਕਿਉਰਟੀ ਲਵੇ ਤੇ ਲੰਗਰ ਸ਼ਸ਼ਤਰ ਵਾਲੇ ਲੈ ਲੈ ਨਹੀਂ ਨਾ ਸ਼ਸ਼ਤਰ ਵਾਲੇ ਲੈ ਆ ਨਾ ਬੰਦੇ ਸਰਕਾਰ ਕੋ ਸਿਕਿਉਰਟੀ ਹੋਵੇ ਸ਼ਸ਼ਤਰਾਂ ਵਾਲੇ ਬੰਦੇ ਚਾਹੀਦੇ ਮੈਨੂੰ ਐਂ ਲੱਗਦਾ ਵੀ ਅੱਜ ਦੇ ਸਮੇਂ 'ਚ ਓਪੀਨੀਅਨ ਕੌਣ ਬੰਦਾ ਦੇਣ ਦੇ ਕਾਬਿਲ ਹੈ ਇਹ ਸਭ ਤੋਂ ਵੱਡਾ ਸਵਾਲ ਹੋ ਗਿਆ ਬੰਦੇ 4 ਦਿਨ ਕਿਸੇ ਪਾਸਿਓ ਮਸ਼ਹੂਰੀ ਖੱਟ ਕੇ ਤੇ ਹਰ ਮਸਲੇ ਤੇ ਬੋਲਣ ਨੂੰ ਆਪਣੇ ਆਪ ਨੂੰ ਕੇਪੇਬਲ ਸਮਝਣ ਲੱਗ ਪੈਂਦੇ ਸ਼ਸ਼ਤਰ ਦੀ ਮਹੱਤਤਾ ਕੀ ਆਸ ਕਿਰਪਾਨ ਖੰਡੋ ਖੜਗ ਤਬਕ ਤਬਰ ਅਰ ਤੀਰ ਸੈਭ ਸਰੋਹੀ ਸਾਥੀ ਇਹ ਹਮਾਰੇ ਪੀਰ 사ਤਗੁਰ ਨੇ ਬੇਨਤੀਆਂ ਕੀਤੀਆਂ ਸਾਰੀਆਂ ਇਹ ਮੋਰ ਆ ਗਿਆ ਸੁਨੋ ਪਿਆਰੇ ਬਿਨ ਸ਼ਾਸਤਰਨ ਕੇ ਸੰਦੀ ਉਹਨਾਂ ਦੇਦਾਰੇ ਹੁਣ ਸਤਗੁਰ ਕਹਿੰਦੇ ਵੀ ਇਹ ਮੇਰੀ ਆਗਿਆ ਹੁਕਮ ਹੈ ਮੇਰਾ ਬਾਕੀ ਬੇਨਤੀਆਂ ਕਬੇ ਉਹ ਬਾਜ ਬੇਨਤੀ ਚੋਪਈ ਹਨਾ ਬੇਨਤੀਆਂ ਕੀਤੀਆਂ ਖਾਲਸੇ ਨੂੰ ਥਾਂ ਥਾਂ ਦਿੱਤੇ ਤੇ ਇੱਕ ਥਾਂ ਦੇਣ ਕੇ ਹੁਕਮ ਦੇ ਦਿੱਤਾ ਯਾਨੀ ਸੰਸਕ ਮਸਕੀਨ ਦੀ ਕਥਾ ਸੁਣ ਲਓ ਉਹ ਕਹਿੰਦੇ ਇੱਕ ਥਾਂ ਦੇਣ ਕੇ ਹੁਕਮ ਦੇ ਦੇ ਦਿੱਤਾ ਹੁਕਮ ਕੀ ਦਿੱਤਾ ਵੀ ਸ਼ਾਸਤਰ ਤੇ ਕੇਸਾ ਤੋਂ ਬਿਨਾ ਮੇਰੇ ਨਾ ਸਾਹਮਣੇ ਆ ਜਾਓ ਕਦੇ ਨਾ ਮੈਂ ਦਿਦਾਰ ਹੀ ਦੇਣੀ ਹੁਣ ਸਤਗੁਰ ਦਾ ਗੁੱਸਾ ਵੀ ਝਲਕਦਾ ਇਸ ਗੱਲ 'ਚ ਬੀਰਤਾ ਵੀ ਝਲਕਦੀ ਹੈ ਪ੍ਰੇਮ ਵੀ ਝਲਕਦਾ ਕਿਨਾਂ ਨਾਲ ਪ੍ਰੇਮ ਸਾਡੇ ਨਾਲ ਨਹੀਂ ਸ਼ਸਤਰਾਂ ਦੇ ਨਾਲ ਤੇ ਆਪਣਾ ਕੇਸਾਂ ਦੇ ਨਾਲ ਪ੍ਰੇਮ ਚਲਕਦਾ ਹੁਣ ਕੋਈ ਬੰਦਾ ਆਪਣੀ ਨਿੱਜੀ ਜ਼ਿੰਦਗੀ ਚ ਕੀ ਕਰਦਾ ਮੈਨੂੰ ਉਸ ਗੱਲ ਨਾਲ ਲੈਣਾ ਦੇਣਾ ਕੋਈ ਨਿੱਜੀ ਜ਼ਿੰਦਗੀ ਚ ਸ਼ਸਤਰ ਕਿਸ ਨੂੰ ਧੱਕੇ ਨਾਲ ਫੜਾਇਆ ਨਹੀਂ ਜਾ ਸਕਦਾ ਇਹ ਤਾਂ ਸਤਿਗੁਰੂ ਨੇ ਜਦੋਂ ਇਕੱਠਾਂ ਚ ਆਵਾਜ਼ ਮਾਰੀ ਸੀ ਉਦੋਂ ਵੀ ਪੰਜ ਹੀ ਉੱਠੇ ਸੀ ਵੀ ਸ਼ਸਤਰ ਵਾਲੇ ਉਹਨਾਂ ਨੇ ਵੀ ਸਵਾਲ ਨਹੀਂ ਕੀਤਾ ਸੋ ਅੱਜ ਜਿਹੜਾ ਸੰਸਾਰ ਦੀ ਜਦੋਂ ਦੋਗਲਾਪਨ ਮੈਨੂੰ ਪਰੇਸ਼ਾਨ ਇਸ ਕਰਕੇ ਕਰਦਾ ਹੈ ਦੁਨੀਆ ਦੇ ਉੱਤੇ ਇੱਕ ਤੰਤਰ ਦਿਖਾ ਦਿਓ ਜਿਹਨੂੰ ਜਦੋਂ ਫੋਲਦੇ ਜਾਈਏ ਫੋਲਦੇ ਜਾਈਏ ਤੇ ਅਖੀਰ ਤੇ ਹਥਿਆਰ ਨਾ ਖੜਾ ਹੋਵੇ ਕੋਰਟ ਰੂਮ ਦੇ ਵਿੱਚ ਹਥਿਆਰ ਨਹੀਂ ਹੁੰਦਾ ਜੱਜ ਨੇ ساری ਉਮਰ ਹਥਿਆਰ ਨੂੰ ਹੱਥ ਨਹੀਂ ਲਾਇਆ ਹੁੰਦਾ ਜੱਜ ਦੇ ਹੱਥ 'ਚ ਕੀ ਹੋਰ ਥੋੜਾ ਜਿਹਾ ਹੁੰਦਾ ਐ ਮਾਰਦਾ ਪੈਨ ਹੁੰਦਾ ਪੈਨ ਨਾਲ ਲਿਖ ਦਿੰਦਾ ਪਰ ਮੈਨੂੰ ਦੱਸੋ ਵੀ ਜੇ ਜੱਜ ਦੇ ਪਿੱਛੇ ਇੱਕ ਪੁਲਿਸ ਫੋਰਸ ਨਾ ਖੜੀ ਹੋਵੇ ਤੇ ਲਿਖੀ ਜਾਵੇ ਸਾਰੀ ਦਿਹਾੜੀ ਪੈਨ ਨਾਲ ਉਹ ਦੁੱਕੀ ਦਾ ਕ੍ਰਿਮੀਨਲ ਉਹਦੀ ਗੱਲ ਨਹੀਂ ਸੁਣਦਾ ਸੰਮਣ ਭੇਜੀ ਜਾਵੇ ਟਨਾਂ ਦੇ ਟਨ ਘਰ 'ਚ ਰੱਦੀ ਵਾਂਗ ਪੈ ਰਹਿਣਗੇ ਅਖੀਰ ਨੂੰ ਜੱਜ ਦੀ ਕਈ ਗੱਲ ਲਿਖੀ ਗੱਲ ਨੂੰ ਲਾਗੂ ਕਰਾਉਣ ਲਈ ਹਥਿਆਰਾਂ ਵਾਲੀ ਜਾਂਦੇ ਨੇ ਪੁਲਿਸ ਜਾਂਦੀ ਹੈ ਪੁਲਿਸ ਕੋ ਵੀ ਨਾਂ ਬਣੇ ਤੇ ਫੇ ਫੌਜ ਤੁਰ ਪੈਂਦੀ ਹੈ ਹੈ ਤੇ ਹੁਣ ਜਿਹੜੇ ਬੰਦੇ ਸਾਰੇ ਤੰਤਰ ਦੀ ਜੜ ਹਥਿਆਰਾਂ ਦੇ ਰੱਖ ਕੇ ਬੈਠੇ ਆ ਦੁਨੀਆ ਦਾ ਕੋਈ ਮੁਲਕ ਇਹ ਤੋਂ ਬਚਿਆ ਨਹੀਂ ਸਾਰੇ ਦੁਨੀਆ ਦੇ ਰੈਵੋਲੂਸ਼ਨ ਜਿਹੜੇ ਹੋਏ ਆ ਉਹ ਇਹਦੇ ਤੇ ਚਲੇ ਚੱਲੇ ਆ ਸਾਰਾ ਕੁਝ ਤਾਮ ਜਾਂ ਮੇਤੇ ਚੱਲ ਰਿਹਾ ਜੇ ਸਰਕਾਰੀ ਬੰਦਾ ਤੁਰਦਾ ਉਹ ਨਾਲ 100 ਬੰਦਾ ਕਿਤਾਬਾਂ ਨਾਲ ਲੈ ਕੇ ਨਹੀਂ ਤੁਰਦਾ ਉਹ ਨਾਲ ਹਜ਼ਾਰ ਬੰਦਾ ਹਥਿਆਰਾਂ ਨਾਲ ਲੈ ਕੇ ਤੁਰ ਰਿਹਾ ਜੇ ਮੁੱਖ ਮੰਤਰੀ ਨਿਕਲਦਾ ਕਰੋ ਬਾਹਰ ਉਹ ਬਖਤਰਬੰਦ ਗੱਡੀਆਂ ਤੇ ਹਥਿਆਰ ਲੈ ਕੇ ਨਿਕਲਦਾ ਜੇ ਕਿਸੇ ਨੂੰ ਧਮਕੀ ਆਉਂਦੀ ਹੈ ਤੇ ਧਮਕੀ ਜਦੋਂ ਮਿਲਦੀ ਪਿੱਛੇ ਜ ਇਹਨਾਂ ਨੂੰ ਵੀ ਮਿਲੀ ਸੀ ਜਿਹੜੇ ਕਲਾਕਾਰ ਦੀ ਆਪਾਂ ਗੱਲ ਕਰਦੇ ਆਂ ਫਿਰ ਕੀ ਹੋਇਆ ਵੀ ਆਪਾਂ 10 ਬੰਦੇ ਕਿਤਾਬਾਂ ਨੇ ਇਕੱਠੇ ਕੀਤੇ ਲੰਗਰਾਂ ਵਾਲੇ ਇਕੱਠੇ ਕੀਤੇ ਤੇ ਅੱਗੇ ਭੇਜਦੇ ਤੇ ਉਹਨੂੰ ਸਮਝਾ ਕੇ ਹੁਣ ਸੰਸਾਰ ਦੀ ਇਹ ਸਚਾਈ ਹੈ ਦੁਨੀਆ ਨੂੰ ਜਿੰਨਾ ਮਰਜ਼ੀ ਪਾਲਿਸ਼ ਕਰ ਲੋ ਦੁਨੀਆ ਨੂੰ ਜਿੰਨਾ ਮਰਜ਼ੀ ਚੰਗਾ ਰੂਪ ਦੇ ਲੋ ਵੈਸਟ ਨੇ ਦਿੱਤਾ ਪਿਆ ਵੈਸਟ ਦੇ ਵਿੱਚ ਕੀ ਹੈ ਇੱਕੋ ਥਿਉਰੀ ਚੱਲ ਰਹੀ ਹੈ ਡਸਟ ਅੰਡਰ ਦਾ ਕਾਰਪਟ ਉਹ ਥਿਊਰੀ ਦਾ ਅਰਥ ਕੀ ਹੈ ਵੀ ਜੋ ਜੋ ਦਿਖਦਾ ਹੋ ਉਹ ਸਾਫ਼ ਕਰਦੇ ਹੋ ਪਿੱਛੇ ਜਿੰਨਾ ਮਰਜ਼ੀ ਗੰਦ ਰਹੇ ਜੇ ਹੁਣ ਉਹਦਾ ਨਤੀਜਾ ਕੀ ਨਿਕਲਿਆ ਇੱਕ ਪਾਸੇ ਆਪਾਂ ਨੂੰ ਲੱਗਦਾ ਵੀ ਬਹੁਤ ਸਾਫ਼ ਸਪਾਈ ਹੈ ਸੜਕਾਂ ਦੇ ਉੱਤੇ ਬੜਾ ਡਿਸਪਲਿਨ ਹੈ ਜੀ ਲੋਕ ਨਿਸ਼ਾਸ਼ਣ ਚੱਲਦੇ ਨੇ ਲਾਲ ਬੱਤੀ ਖੜ ਜਾਂਦੇ ਨੇ ਦੂਜੇ ਪਾਸੇ ਉਸੇ ਸਮਾਜ ਦੇ ਵਿੱਚ ਸਭ ਤੋਂ سنگੀਨ ਜੁਰਮ ਹੁੰਦੇ ਨੇ ਸੀਰੀਅਲ ਕਿਲਿੰਗ ਤੋਂ ਲੈ ਕੇ ਇਹੋ ਜਿਹੇ ਜੁਰਮ ਜਿਹੜੇ ਬਿਆਨੇ ਨਹੀਂ ਜਾ ਸਕਦੇ ਇਹਦਾ ਮਤਲਬ ਕੀ ਹੈ ਵੀ ਸੋਸਾਇਟੀ ਨੂੰ ਦਿਖਾ ਦਿੱਤਾ ਗਿਆ ਵੀ ਬਹੁਤ ਸੋਹਣੀ ਸੋਸਾਇਟੀ ਹੈ ਪਰ ਉਹਦੀ ਮੁਸ਼ਕਲ ਠੀਕ ਨਹੀਂ ਹੋਈ ਮੁਸ਼ਕਲ ਆਤਮਾ ਤੋਂ ਠੀਕ ਹੁੰਦੀ ਸਾਨੂੰ ਅੱਜ ਇਹ ਸਮਝਣ ਦੀ ਲੋੜ ਹੈ ਕਿ ਸ਼ਸਤਰ ਜਿਹੜਾ ਜਿਹਦੇ ਹੱਥ 'ਚ ਤਾਕਤ ਹੈ ਉਹਦੇ ਹੱਥ 'ਤੇ ਹੈਗਾ ਉਹ ਤੇ ਉਹਨੂੰ ਲੀਗਲੀ ਉਹਨੇ ਆਪਣੇ ਅਧਿਕਾਰ 'ਚ ਲੈ ਲਿਆ ਵਰਦੀ ਪਵਾ ਲਈ ਹੈ ਸਾਰਾ ਕੁਝ ਕਰ ਲਿਆ ਕਾਗਜ਼ ਪੱਤਰ ਬਣਾ ਲਿਆ ਵੀ ਉਹਨਾਂ ਨੂੰ ਕੋਈ ਸਵਾਲ ਨਹੀਂ ਕਰ ਸਕਦਾ ਟੈਂਕ ਵੀ ਲਈ ਫਿਰਨ ਸੜਕਾਂ ਤੇ ਉਹਨੂੰ ਕੋਈ ਪੁੱਛਦਾ ਨਹੀਂ ਬਿਲਕੁਲ ਜਿਹੜੇ ਗ람 ਨੇ ਜਿੰਨਾ ਮੜਾ ਮੋਟਾ ਲੜਨਾ ਗਾਣੀ ਸਲਾ ਉਹਨਾਂ ਨੂੰ ਦਿੱਤੀ ਜਾਂਦੀ ਉਹ ਤੁਸੀਂ ਸ਼ਸਤਰ ਛੱਡ ਦਿਓ ਫਿਰ ਕੀ ਹੁਣ ਉਹਨੂੰ ਪੁੱਛੀਏ ਕੋ ਫੁਲਕਾ ਮਾਰਦੀ ਹੈ ਕਿਸਦੇ ਆਏ ਦੇ ਕੋਈ ਆਊਗਾ ਚੜ ਕੇ ਤੇ ਉਹਦੇ ਸ਼ਸਤਰ ਹੀ ਵਰਤਾਂਗੇ ਨਾ ਤੇ ਉਹ ਤਾਂ ਸਾਡੇ ਤੇ ਕਹਿੰਦੇ ਵੀ ਜਿਹੜਾ ਨੀਵਾ ਹੋ ਕੇ ਆਵੇ ਉਹਨੂੰ ਦੇਖ ਵੀ ਮਿਲਦੀ ਜਿਹੜਾ ਚੜ ਕੇ ਆਵੇ ਉਹਨੂੰ ਤੇਕ ਵੀ ਮਿਲਦੀ ਹੈ ਉਹ ਸਿੱਖੀ ਨੂੰ ਡਿਫਾਈਨ ਕਰਨਾ ਕਿਸੇ ਕਲਾਕਾਰ ਦੇ ਬਸ ਦੀ ਗੱਲ ਨਹੀਂ ਨਾ ਹੀ ਸਾਡੇ ਬਸ ਦੀ ਗੱਲ ਇਹ ਮਹਾਰਾਜ ਨੇ ਕਰ ਦਿੱਤਾ ਮਰਿਆਦਾ ਬਣ ਗਈ ਹੈ ਮਹਾਰਾਜ ਨੇ ਹੁਕਮ ਲਾਗੂ ਕਰ ਦਿੱਤਾ ਬਾਣੀ ਅਟਲ ਸਚਾਈ ਹੈ ਉਹ ਬਦਲਦੀ ਨਹੀਂ ਇਹ ਨਹੀਂ ਵੀ ਪਹਿਲਾਂ ਆਪਾਂ ਹਥਿਆਰਾਂ ਦਾ ਗੀਤ ਗਾ ਲਿਆ ਤੇ ਅੱਜ ਤੌਬਾ ਕਰ ਦਿੱਤੀ ਹੈ ਤੌਬਾ ਤੇ ਬਾਬਾ ਬੰਦਾ ਸਿੰਘ ਬਹਾਦਰ ਕਰ ਸਕਦਾ ਜਦੋਂ ਫੜਿਆ ਗਿਆ ਗ੍ਰਿਫਤਾਰੀ ਹੋ ਗਈ ਤਲਵਾਰਾਂ ਖੁੰਡੀਆਂ ਕੋ ਤੀਰ ਨਾ ਬਚਿਆ ਤੇ ਕਰ ਦਿੰਦਾ ਹਥਿਆਰਾਂ ਦੀ ਤੌਬਾ ਕਿਹਨੇ ਕੀ ਕਹਦਣਾ ਉਹਨੇ ਨਾ ਉਹਨੇ ਉਹਨੇ ਕਿਹਾ ਵੀ ਜਿਹੜਾ ਤੇਰਾ ਕੀ ਹੈ ਜੋ ਦੇਵੇਂਗਾ ਦਾਨ ਸ਼ਾਹ ਉਹ ਕਹਿੰਦਾ ਵੀ ਜੇ ਸ਼ੇਰਾਂ ਦੇ ਪੁੱਤਿਆਂ ਨੂੰ ਪਿੰਜਰੇ ਚ ਪਾ ਕੇ ਭੱਬਕ ਛੜਤੀ ਨਾ ਤੇ ਸ਼ੇਰਾਂ ਦੇ ਪੁੱਤ ਨਹੀਂ ਖਵਾ ਸਕਦੇ ਸੋ ਅਸੀਂ ਉਹ ਨਹੀਂ ਆਗੇ ਵੀ ਰਾਜ ਆਇਆ ਤੇ ਸ਼ਸਤਰਾਂ ਨੂੰ ਗਲੋਰੀਫਾਈ ਕਰਨ ਦੇ ਤਰ੍ਹਾਂ ਤੇ ਰਾਜ ਗਿਆ ਤੇ ਇਥੇ ਜੰਗਲਾਂ 'ਚ ਜਾ ਕੇ ਤਪ ਕਰਨ ਦੇ ਤਰ੍ਹਾਂ ਸਾਡਾ ਧਰਮ ਜਾਂਦੇ ਬਾਗੀਆਂ ਜਾਂ ਬਾਦਸ਼ਾਹ ਦੋਹਾਂ ਦੇ ਵਿਚਕਾਰ ਕੋਈ ਨਹੀਂ ਜਿਹੜੇ ਵਿਚਕਾਰ ਤੁਰੇ ਫਿਰਦੇ ਉਹ ਮੂੰਹ ਕਹਿ ਚੁੱਕੇ ਵੀ ਅਸੀਂ ਕਾਮਰੇਡ ਕਿਸਮ ਦੇ ਬੰਦੇ ਆ ਅਸੀਂ ਬਣਾਣੇ ਸੋ ਉਹ ਸਿੱਖਾਂ ਨੂੰ ਮਤ ਨਾ ਦੇਣ ਉਹ ਹੋਰਾਂ ਨੂੰ ਦੇਣ ਵੀ ਮਤ ਵੀ ਉਹਨਾਂ ਕੋਲੋਂ ਸਾਡੇ ਨੂੰ ਹਥਿਆਰ ਖੋਲਣ ਪੁਲਿਸ ਨੂੰ ਸਗੋ ਕਹਿਣ ਵੀ ਤੁਸੀਂ ਇਦਾਂ ਕਰੋ ਵੀ 2 ਸਾਲ ਵਾਸਤੇ ਸਾਰੇ ਹਥਿਆਰ ਛੱਡ ਦਿਓ ਦੋਵਾਂ ਸਾਲਾਂ ਦੇ ਵਿੱਚ ਤੁਸੀਂ ਕਿਤਾਬਾਂ ਫੜ ਕੇ ਜਾਓ ਲੋਕਾਂ ਦੇ ਕੋਲ ਜਿਹੜਾ ਕੋ ਬੰਦਾ ਬਹੁਤ ਭੜਾ ਕ੍ਰਿਮੀਨਲ ਹੈ ਉਹਨੂੰ ਸਭ ਤੋਂ ਵਧੀਆ ਕਿਤਾਬ ਲੈ ਕੇ ਉਹਦੇ ਕੋਲ ਚਲ ਜਓ ਉਹਨੂੰ ਸਮਝਾਓ ਤੂੰ ਸਦਾ ਸਮਝ ਜਾਵੇ ਗੱਲ ਤਾਂ ਫਾਰਮੂਲਾ ਵਰਤ ਕੇ ਵੇਖਣ ਸਮਾਜ ਨੂੰ ਜੇ ਕੋ ਸਿਖਾਉਣਾ ਹੈ ਜੇ ਸਮਾਜ ਨੂੰ ਕੋ ਸਿੱਖਿਆ ਦੇਣੀ ਕੋ ਰਵਾਇਤ ਤੋੜਨੀ ਹੈ ਭੰਣੀਆਂ ਕੋ ਰਵਾਇਤ ਤੇ ਅੱਗੇ ਲਾ ਕੇ ਆਪ ਹੋਣ ਆਪ ਅੱਜ ਜਾਨ ਨੂੰ ਖਤਰਾ ਹੈ ਛੜਕਾਂ ਤੇ ਤੁਰਨ ਵੀ ਕੋਈ ਗੱਲ ਨਹੀਂ ਜੀ ਹਥਿਆਰਾਂ ਨਾਲ ਜੇ ਮਰ ਵੀ ਜਾਵਾਂਗੇ ਤੇ ਘਟੋ ਘਟ ਅਸੀਂ ਨੈਗੇਟਿਵ ਪਬਲਿਸਿਟੀ ਤੇ ਕਰਾਂਗੇ ਨਾ ਵੀ ਦੇਖੋ ਜੀ ਹਥਿਆਰ ਬੰਦੇ ਮਾਰ ਦਿੰਦੇ ਪੰਜਾਬ ਦਾ ਜਿਹੜਾ মিডিਆ ਹੈ ਇਸ ਨੇ ਪਹਿਲਾਂ ਜਦ ਕਸਾਨੀ ਮੋਰਚਾ ਲੱਗਿਆ ਦਿੱਲੀ ਕੇ ਵਿੱਚ ਬੜਾ ਇੱਕ ਰੌਲਾ ਪਾਇਆ ਕਿ ਹਾਂ ਮੇ ਪੰਜਾਬ ਕੇ ਲੋਕਾਂ ਕੀ ਗੈਲ ਖੜੇ ਹੈ ਪੰਜਾਬ ਗੈਲ ਖੜੇ ਹੈ ਅੱਜ ਕੇ ਸਮੇਂ ਕੇ ਵਿੱਚ ਬਹੁਤ ਸਾਰਾ ਬਹੁ ਗਿਣਤੀ ਕਿਉਂਕਿ ਮੈਂ ਤਾਂ ਅੰਦਰ ਬੈਠ ਕੇ ਸਾਰਾ ਕੁਝ ਦੇਖ ਰਿਹਾ ਤੇ ਇਹ ਹੀ মিডিਆ ਜਿਹੜਾ ਹੈਗਾ ਬੜੀ ਚਲਾਕੀ ਗੈਲ ਲੋਕਾਂ ਨੂੰ ਮਤਲਬ ਕਿ ਉਹ ਸਾਰੀਆਂ ਚੀਜ਼ਾਂ ਤੇ ਪਰਾਂ ਲਾ ਜਾ ਰਿਹਾ ਹੂੰ ਤੇ ਜਿਹੜੀਆਂ ਮਤਲਬ ਕਿ ਪੰਜਾਬ ਦੀ ਹੈ ਹੀ ਨਹੀਂ ਉਹ ਸਾਰਾ ਰਾਗ ਬੰਦ ਹੋ ਚੁੱਕਿਆ ਜਿਹੜਾ ਪੰਜਾਬ ਵਾਲਾ ਵੀ ਅਸੀਂ ਪੰਜਾਬ ਦੇ ਲੋਕਾਂ ਦੇ ਜ਼ੁਲਮ ਦੇ ਖਿਲਾਫ ਮੀਡੀਆ ਕਹ ਰਿਹਾ ਤਾਂ ਨਾ ਕਿ ਮੈਂ ਪੰਜਾਬ ਦੇ ਲੋਕਾਂ ਦੇ ਗਾਇਲ ਖੜੇ ਆ ਤੇ ਦਿੱਲੀ ਦੇ ਖਿਲਾਫ ਖੜੇ ਆ ਲੇਕਿਨ ਅੱਜ ਕੀ ਤਰੀਕ ਮੋਂ ਸਾਰਾ ਤਖਤਾ ਪਲਟ ਹੋ ਗਿਆ ਤੇ ਬਿਰਲੇ ਬੰਦੇ ਬਚੇ ਆ ਕਿ ਮੈਨੂੰ ਲੱਗਦਾ ਸਾਨੂੰ ਸਾਰਾ ਕੁਝ ਦੇਖੋ ਬਗਦੇ ਗੰਗਾ ਦੇ ਵਿੱਚ ਸਾਰੀ ਹਸਤੋਂ ਲੈਂਦੇ ਉਦੋਂ ਬੜਾ ਵੱਡਾ ਸੰਘਰਸ਼ ਚੱਲਦਾ ਸੀ ਉਦੋਂ ਜਿਹਨੇ ਪਿੰਡ ਚ ਕੁੱਤੇ ਦੇ ਛੋਟੀ ਨਹੀਂ ਸੀ ਮਾਰੀ ਹੁੰਦੀ ਉਹ ਵੀ ਦਿੱਲੀ ਨੂੰ ਜਾ ਕੇ ਆ ਕੇ ਕਹਿੰਦਾ ਵੀ ਮੈਂ ਦਿੱਲੀ ਨੱਪ ਲੈਣੀ ਪੈਰ ਥੱਲੇ ਹੀ ਹੈ ਸਾਰੇ ਭਾਵੇਂ ਬਗੇਲਸਨ ਦੇ ਵਾਰਸ ਬਣ ਗਏ ਹੀ ਮੌਕੇ ਦੇ ਉੱਤੇ ਵਾਰਸ ਤੇ ਛੱਬੀ ਨੂੰ ਪਤਾ ਲੱਗ ਗਿਆ ਕਿ ਕਿੰਨੇ ਕਹਿ ਗਏ ਆ ਜਦੋਂ ਮਤਲਬ ਛੰਡਾ ਹੀ ਚਲਾਤਾ ਕੀ ਇਡੀ ਅਖਰਾਗੀ ਪਰ ਨਾ ਉਦੋਂ ਵੀ ਮਤਲਬ ਫਿਰ ਉਹ ਉਹਦੀ ਗੱਲ ਖਣੋ ਸ਼ਬਦ ਹੀ ਦੂਜੇ ਆ ਵੀ ਮੂਤ ਦੀ ਝਾਗ ਵਾਂਗੂ ਬਹਿਣ ਵਾਲਾ ਮਸਲਾ ਹੋ ਜਾਂਦਾ ਕਈਆਂ ਦਾ ਉਹਨਾਂ ਨੇ ਆ ਜਾ ਕੇ ਤਗੜੀ ਧਿਰ ਵੇਖਣੀ ਹੁੰਦੀ ਜਿੱਧਰ ਇਹ ਇਹ ਚਾਵੇਂ ਚੁੱਲੇ ਹੁੰਦੇ ਇਹਨਾਂ ਦਾ ਕੋਈ ਆਪਣਾ ਵਜੂਦ ਨਹੀਂ ਚਾਵੇਂ ਚੁੱਲੇ ਨੂੰ ਕਿ ਇੱਥੇ ਮੜ ਜਾਪ ਨੂੰ ਨਹੀਂ ਠੀਕ ਲੰਗੇ ਚੋਕੇ ਪਰੇ ਦਾ ਆ ਕੇ ਉਹ ਬੱਲ ਨਹੀਂ ਦੇਣਾ ਉਹਦੇ ਚ ਮਾਸਾ ਬਹੁਤਾ ਪੰਜਾਬ ਦੇ মিডিਆ ਵਾਲੇ ਜਿਹੜੇ ਨੇ ਉਹ ਚਾਵੇਂ ਚੁੱਲੇ ਆ ਉਹਨਾਂ ਨੂੰ ਜਿੱਥੇ ਮਰਜ਼ੀ ਚੋਕ ਕੇ ਜਿੱਦਾਂ ਨੂੰ ਮਰਜ਼ੀ ਮੂੰਹ ਕਰਦੇ ਉਹ ਪੱਕਾ ਨਹੀਂ ਹੁੰਦਾ ਉਹਨਾਂ ਦਾ ਕੰਮ ਕੋਈ ਵੀ ਅੱਜ ਦੇ ਸਮੇਂ 'ਚ ਕੀ ਆ ਉਹਨਾਂ ਦਾ ਜਿਹੜੇ ਬੰਦੇ ਕਹਿੰਦੇ ਸੀ ਵੀ ਅਸੀਂ ਗੋਦੀ মিডিਆ ਦੇ ਵਿਰੋਧ 'ਚ ਖੜੇ ਹੋਏ ਹਾਂ ਬਿਲਕੁਲ ਬਹੁਤਿਆਂ ਦਾ ਤੇ ਆਧਾਰ ਹੀ ਹੈ ਅਸੀਂ ਵੀ ਗੋਦੀ মিডিਆ ਦਿਖਾਉਂਦੇ ਹਾਂ ਮੈਂ ਕਹਿੰਨਾ ਵੀ ਸਾਡੇ ਮਸਲੇ ਦੇ ਵਿੱਚ ਮੇਰੇ ਕੱਲੇ ਦੇ ਨਹੀਂ ਬਹੁਤੇ ਐਸੀ ਮਸਲਿਆਂ ਦੇ ਵਿੱਚ ਗੋਦੀ মিডিਆ ਤੇ ਸਾਨੂੰ ਪਤਾ ਵੀ ਲਕੀਰ ਖੇਚੀ ਖੜਾ ਹੈ ਪਰ ਜਿਹੜਾ ਆਪਣਿਆਂ ਨੇ ਕੀਤਾ ਜੋ ਕੁਝ ਉਹ ਚਲਾਕੀ ਦੇ ਨਾਲ ਫਰੇਵ ਦੇ ਨਾਲ ਪਿੱਠ ਛੁਰਾ ਮਾਰਨ ਦੀ ਗੱਲ ਹੈ ਉਹ ਕਿੰਨਾ ਸਰਕਾਰ ਨੂੰ ਹੁਕਮ ਜਾਰੀ ਹੋਇਆ ਕਿ ਵਹੀਰ ਨਹੀਂ ਤੁਸੀਂ ਕਵਰ ਕਰਨੀ ਇੱਕ ਦੋ ਵਿਚਾਰੇ ਬੈਨ ਹੋ ਗਏ ਜਿੰਨਾ ਜਿਹੜੇ ਕਰਦੇ ਰਹੇ ਦੂਜੇ हट ਗਏ ਹੁਣ ਇਹਦਾ ਅਰਥ ਇਹ ਆ ਵੀ ਫਿਰ ਆਪਾਂ ਮੈਨੂੰ ਨਹੀਂ ਠੀਕ ਹੈ ਤੁਸੀਂ ਡਰਪੋਗੇ ਜੋ ਮਾੜੀ ਗੱਲ ਨਹੀਂ ਬੰਦਾ ਨਹੀਂ ਬਾਦਰ ਹੋ ਸਕਦਾ ਇਹ ਇਹ ਕੋਈ ਮਤਲਬ ਰਾਤੋਂ ਰਾਤ ਮੈਂ ਨਾ ਮੇਕੋ ਕਿ ਐਹੀ ਹੌਸ਼ ਦੀ ਆ ਵੀ ਮੈਂ ਘੋਲ ਕੇ ਕਿਸ ਦੇ ਅੰਦਰ ਪਾ ਕੇ ਉਹਨੂੰ ਬਾਦਰ ਬਣਾ ਦਵਾ ਪਰ ਘਟੋ ਘਟ ਡਰਪੋਕ ਹੋਣਾ ਕਬੂਲ ਲੋ ਤੁਸੀਂ ਕਹਿ ਦਿਓ ਵੀ ਭਾਈ ਸਾਡੇ ਵਸ ਦੀ ਗੱਲ ਨਹੀਂ ਸਾਡੇ ਹੱਥ ਘੜੇ ਅਸੀਂ ਸਟੇਟਾਂ ਨਾਲ ਪੰਗੇ ਨਹੀਂ ਲੈ ਸਕਦੇ ਤਾਂ ਫਿਰ ਤੇ ਉਹ ਉਹ ਵੀ ਆਪਣਾ ਢਾਂਚਾ ਜਾਂ ਟੁੱਟ ਜਾਏ ਨਾ ਜਿਹੜਾ ਅਡੰਬਰ ਜਾਂ ਰਚਿਆ ਹੈ ਵੀ মিডিਆ ਜੀ ਚੌਥਾ ਥੰਮਿਆ ਡੈਮੋਕ੍ਰੇਸੀ ਦਾ ਲੋਕਤੰਤਰ ਦਾ মিডিਆ ਸਰਕਾਰ ਦਾ ਚੌਥਾ ਥੰਮ ਤੇ ਹੋ ਸਕਦਾ ਅੱਜ ਦੇ ਸਮੇਂ ਵਿੱਚ ਤੇ ਜਿਹੜੇ ਵਿਰਲੇਟਾਂਵੇਂ ਕੋ ਅੜਦੇ ਨੇ ਉਹਨਾਂ ਦਾ ਆਪਾਂ ਨੂੰ ਪਤਾ ਹੀ ਕੀ ਅਸ਼ਰ ਹੈ ਡਿਜੀਟਲ ਜਮਾਨਾ ਹੈ ਉਹਨਾਂ ਨੂੰ ਕਦੀ ਬਲੈਕਲਿਸਟ ਕਰਦੇ ਹੋ ਕਦੀ ਬੈਨ ਕਰਦੇ ਹੋ ਕਦੀ ਕੁਸ਼ ਕਰਦੇ ਹੋ ਪਰ ਮੈਨੂੰ ਐ ਲੱਗਦਾ ਵੀ ਇਹ ਵੀ ਜ਼ਰੂਰੀ ਹੈ ਆ ਸਾਡੀ ਰਿਲਾਇਬਿਲਟੀ ਨਹੀਂ ਹੋਣੀ ਚਾਹੀਦੀ ਅਸੀਂ ਬਿਨਾ মিডিਆ ਤੋਂ ਅੱਜ ਤੇ ਫਿਰ ਵੀ ਮਾਣੀ ਮੋਟੀ ਗੱਲ ਕਰ ਲਈਦੀ ਹੈ 84 ਦੀ ਲੜਾਈ ਅਸੀਂ ਟੋਟਲ ਬਲੈਕਆਊਟ ਚ ਲੜੀਏ ਬਿਲਕੁਲ ਖਵਾ ਖਸ ਬਿਆਨ ਕੋਈ ਦਿੰਦੇ ਸੀ ਸਿੰਘ ਸ਼ਬਕ ਹੋ ਜਾਂਦਾ ਸੀ ਅਗਲੇ ਅਗਲੇ ਦਿਨ ਹੈ ਤੇ ਫਿਰ ਇਹ ਕਹਿੰਦੇ ਵੀ ਪੱਤਰਕਾਰਾਂ ਦੇ ਨਾਲ ਜੀ ਆ ਹੋਇਆ ਹੁਣ ਤੁਸੀਂ ਮੈਨੂੰ ਦੱਸੋ ਵੀ ਪੱਤਰਕਾਰ ਦਾ ਇੱਕ ਧਰਮ ਹੈ। ਉਹਦਾ ਧਰਮ ਹੱਦਾਂ 'ਚ ਕੈਦ ਨਹੀਂ। ਮੈਨੂੰ ਇੱਕ ਪਿੱਛੇ 'ਚ ਬੀਬੀ ਸਵਾਲ ਕਰਦੀ ਸੀ ਵੀ ਅ ਜਰਨਲਿਜ਼ਮ ਸਾਡਾ ਧਰਮ ਹੈ। ਮੈਂ ਉਹਨੂੰ ਕਿਹਾ ਤੁਸੀਂ ਸਿੱਖ ਨਹੀਂ ਉਹ ਕਿੰਦੀ ਨਹੀਂ ਸਾਡਾ ਜਰਨਲਿਜ਼ਮ ਧਰਮ ਹੈ। ਮੈਂ ਕਿਹਾ ਵੀ ਜਰਨਲਿਜ਼ਮ ਦੇ ਵਿੱਚ ਮੈਨੂੰ ਇੱਕ ਲਾਈਨ ਦਿਖਾ ਦਿਓ ਜਿਹੜੀ ਇਹ ਕਹਿੰਦੀ ਹੈ ਵੀ ਜਦੋਂ ਵਾਗੇ ਦੀ ਸਰਦ ਟਪ ਜੇ ਤੁਹਾਡੀ ਸਾਰੀ ਵਫਾਦਾਰੀ ਬਦਲ ਜਾਂਦੀ ਹੈ। ਪਰਲੇ ਲੋਕਾਂ ਨਾਲ ਤੁਹਾਡੀ ਵਫਾਦਾਰੀ ਤੁਹਾਡੀ ਵਫਾਦਾਰੀ ਸੱਚ ਨਾ ਹੀ ਹੈ ਨਾ। ਤੁਹਾਡੀ ਵਫਾਦਾਰੀ ਹੋਰ ਕਿਸ ਚੀਜ਼ ਨਾਲ ਤਾਂ ਨਹੀਂ ਧਰਮ ਜੇ ਮੰਨ ਲਿਆ ਤੁਸੀਂ ਇਹਨੂੰ। ਸੱਚ ਨਾ ਵਫਾਦਾਰੀ ਹੈ ਫਿਰ ਮੈਨੂੰ ਇਹ ਦੱਸੋ ਵੀ ਬਾਰਡਰ ਲੰਘਦਿਆਂ ਕਿਹੜਾ ਸੱਚ ਬਦਲ ਜਾਂਦਾ ਜੇ ਸਾਡਾ ਮੁਲਖ ਕਿਸੇ ਨਾ ਧੱਕੇਸ਼ਾਹੀ ਕਰਦਾ ਤੇ ਸੱਚ ਦਿਖਾਉਣਾ ਸਾਡਾ ਫਰਜ਼ ਹੈ ਬਿਲਕੁਲ ਇੱਥੇ ਸਾਡੀ ਨਸਲਾਂ ਤਬਾਹ ਕਰ ਦਿੱਤੀਆਂ ਇੱਥੇ ਸਾਡਾ ਕੀ ਆ ਸ਼ਰ ਹੋ ਰਿਹਾ ਆ ਕੋਠਿਆਂ ਜਿਹੜੇ ਨੌਜਵਾਨ ਨੇ ਜਿਹੜੇ ਟੀਗਾ ਲਾ ਕੇ ਤੇ ਆ ਤੜਫਦੇ ਵੇ ਪਤਾ ਨਹੀਂ ਕੀ ਫਟ ਇਹਨਾਂ ਤੇ ਮੈਂ ਕਿਹਾ ਸਿੱਖ ਸਭਰਾਵਾਂ ਦੇ ਮੈਦਾਨ 'ਚ ਵੱਡੇ ਟੁਕੇ ਜਾ ਕੇ ਨਹੀਂ ਤੜਫੇ ਹੋਣੇ ਕਿ ਜ਼ਿੰਦਗੀ 'ਚ ਜਿਹੜਾ ਕਿ ਨਿਗੇ ਜੀ 나ੜ 'ਚ ਸੋਈ ਲਾਉਂਦੇ ਮਰ ਜਾਂਦੇ ਨੇ ਸੈਂਕੜੇ ਨੌਜਵਾਨ ਸਾਡੇ ਰੋਜ਼ ਮਰਦੇ ਨੇ ਕਿਹੜਾ ਪੰਜਾਬ ਦਾ মিডিਆ ਜਿਹੜਾ ਉੱਠ ਕੇ ਉਹਨਾਂ ਘਰਾਂ ਚ ਜਾ ਕੇ ਕਿਆ ਹੋਵੇ ਭਈ ਹੋਰ ਕਿਹੜੀ ਗੱਲਾਂ ਵੀ ਭਾਲਦੇ ਹੋ ਤੁਸੀਂ ਗੁਲਾਮੀ ਦੀ ਹੋਰ ਕਿਹੜੀ ਨਿਸ਼ਾਨੀ ਹੁੰਦੀ ਹੈ ਨਾ ਉਹਨਾਂ ਨੇ ਧੰਦਾ ਬਣਾ ਲਿਆ ਮਸ਼ਹੂਰੀਆਂ ਲੈਣੀਆਂ ਨੇ ਔਰ ਉਹ ਮਸ਼ਹੂਰੀਆਂ ਦੇ ਚੱਕਰ ਦੇ ਵਿੱਚ ਹਾਲਾਤ ਪਤਾ ਕੀ ਪਤਾ ਹੋ ਗਏ ਮੈਂ ਪਿਛੇ ਜੇ ਬਿਆਨ ਦਿੱਤਾ ਵੀ ਦੁਨਿਆਵੀ ਪੜਾਈ ਮਨੁੱਖ ਨੂੰ ਦਲੇਰ ਨਹੀਂ ਬਣਾਉਂਦੀ ਦਲੇਰ ਕੋਲ ਨਾਲ ਅਗਲੀ ਲੈਣ ਸੀ ਵੀ ਦਲੇਰ ਬਣਨ ਆਸਤੇ ਅਧਿਆਤਮ ਗੁਰਬਾਣੀ ਪੜ੍ਹਨੀ ਪੈਣੀ ਹੈ। دنیਵੀਂ ਪੜ੍ਹਾਈ ਮਨੁੱਖ ਨੂੰ ਸਿਆਣਾ ਬਣਾ ਸਕਦੀ ਹੈ। ਸਿਆਣਾ ਕੰਮ ਹੀ ਹੁੰਦਾ। ਹੂੰ ਪਰ دنیਵੀਂ ਪੜ੍ਹਾਈ ਮਨੁੱਖ ਨੂੰ ਦਲੇਰ ਨਹੀਂ ਬਣਾਉਦੀ। ਸਾਰਾ ਕੁਝ ਭੁੱਲ ਕੇ ਤੇ ਇੱਕ ਪੜ੍ਹਾਈ ਮਨੁੱਖ ਨੂੰ ਦਲੇਰ ਨਹੀਂ ਬਣਾਉਦੀ। ਹੂੰ ਇਸ ਗੱਲ ਤੇ ਪ੍ਰਪੋਗੈਂਡਾ ਚੱਲਿਆ 15 ਦਿਨ। ਤੇ ਫਿਰ ਜਦੋਂ ਮੇਰੇ ਕੋਲ ਆਏ ਮੈਂ ਪੁੱਛਿਆ ਮੈਂ ਕਿਹਾ ਵੀ ਤੁਸੀਂ ਮੈਨੂੰ ਦੱਸੋ ਪੇ ਤੁਸੀਂ ਡਰਪੋਗ ਜੋ ਕਿਹੜੀ ਕਿਤਾਬ ਮੈਂ ਤੁਹਾਨੂੰ ਦੇ ਦੇਵਾਂ ਜਿਹੜੀ ਪੜ੍ਹ ਕੇ ਰਾਤੋ-ਰਾਤ ਤੁਸੀਂ ਦਲੇਰ ਬਣ ਜਾਓਗੇ ਹਮ ਅਸੀਂ ਨਸਲਾਂ ਪੈਦਾ ਕਰ ਲਈ ਹੁਣ ਆਪਣੇ ਆਮ ਕਹਾਵਤ ਹੈ ਜਿਹੜਾ ਬੰਦਾ ਘੱਟ ਪੜਿਆ ਲਿਖਿਆ ਹੋਵੇ ਉਹਦੇ ਜਾ ਕੇ ਇੱਥੇ ਇੱਕ ਅਨਪੜ੍ਹ ਬੰਦੇ ਦੇ ਚਪੇੜ ਮਾਰ ਲੋ ਪੜ੍ਹੇ ਲਿਖੇ ਦੇ ਮਾਰ ਲੋ ਜਿਹੜਾ ਅਨਪੜ੍ਹ ਉਹ ਗਣੀ ਦੋ ਧਰ ਦੋ ਸਾਡੇ ਪੈਂਦਿਆਂ ਹਮ ਤੇ ਜਿਹੜਾ ਪੜਿਆ ਲਿਖਿਆ ਉਹਨੇ ਫਿਰ ਉਹਦੇ ਮਾਂ ਚ ਉਸੇ ਵੇਲੇ ਥਾਣਾ ਕੋਰਟ ਕਚਹਿਰੀ ਹਾਈ ਕੋਰਟ ਸੁਪਰੀਮ ਕੋਰਟ ਘੁੰਮਣ ਲੱਗ ਪਏ ਨੇ ਤੇ ਆ ਜਾ ਕੇ ਫਿਰ ਜੀਵਨਨੋਂ ਤੱਕ ਪਹੁੰਚੂਗੀ ਜੇ ਇੱਥੇ ਉਹਨਾਂ ਨਾਲ ਗੱਲ ਬਣੀ ਚਪੇੜ ਦਾ ਇਨਸ ਇਹ ਪੜ੍ਹੇ ਲਿਖੇ ਬੰਦੇ ਦਾ ਕੰਮ ਸੀ। ਅਨਪੜਤਾ ਮਾੜੀ ਨਹੀਂ ਹੁੰਦੀ। ਮਹਾਰਾਜ ਨੇ ਪੜਿਆ ਮੂਰਖ ਆਖੀ ਐ। ਜਤਲਬ ਲੋਭ ਅਹੰਕਾਰਾ। ਹੈ? ਪੜ੍ਹ-ਪੜ ਗੱਡੀ ਲੱਦੀ ਐ। ਮਹਾਰਾਜ ਨੇ ਬਾਣੀ ਦੇ ਵਿੱਚ ਜਿਹੜਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵੀ ਕਿਹਾ। ਵਿਦਿਆ ਦੀ ਬੜੀ ਮਹਾਨਤਾ ਐ। ਪਰ ਕਿਹੜੀ ਵਿਦਿਆ? ਹੂੰ। ਮੈਂ ਅਕਸਰ ਇਹ ਗੱਲ ਕਹਿੰਨਾ ਹੈ ਕਿ ਜੇ ਤੁਹਾਡਾ ਬੱਚਾ ਉਹ ਉੱਥੇ ਬੈਠਾ ਹੋਵੇ ਹੱਥ 'ਚ ਕੋ ਖਾਣ ਵਾਲੀ ਚੀਜ਼ ਹੋਵੇ। ਤਾਨੂੰ ਪਤਨ ਹੋਵੇ ਕੀ ਆ ਤੁਸੀਂ ਭੱਜੇ ਜਾ ਕੇ ਵੇਖਣ ਜਾਓਗੇ ਵੀ ਭਾਈ ਕੋਈ ਗਲਤ ਨਾ ਖਾ ਲੇ ਕੋਈ ਜ਼ਹਿਰ ਨਾ ਖਾ ਲਵੇ ਕੋਈ ਬਿਮਾਰੀ ਨਾ ਲੱਗ ਜੇ ਨੂੰ ਤੇ ਤੁਹਾਡੇ ਹੱਥ ਚ ਉਹਤੇ ਬੱਚੇ ਦੇ ਕੋਈ ਕਿਤਾਬ ਹੋਵੇ ਤੁਸੀਂ ਵੇਖਣ ਨਹੀਂ ਜਾਂਦੇ ਵੀ ਕਿ ਕਿਤਾਬ ਤੇ ਮੈਂ ਕਹਿੰਦਾ ਢਿੱਡ ਦੀ ਬਿਮਾਰੀ ਤੇ ਠੀਕ ਹੋ ਜੂ ਖਾਧਿਆ ਕੋਈ ਜ਼ਹਿਰ ਸੀਰ ਚ ਬੈ ਨਿਕਲ ਜੂ ਜਿਹੜਾ ਮਨ ਚ ਕੋਈ ਜ਼ਹਿਰ ਕੋਈ ਗਲਤ ਚੀਜ਼ ਪੜ ਲਈ ਉਹ ਕਿਦਾਂ ਕਢਣਾ ਸੰਸਾਰ ਚ ਨਹੀਂ ਨਿਕਲ ਸਕਦਾ ਪਰ ਅੱਜ ਦੇ ਸਮੇਂ ਦੇ ਵਿੱਚ ਦੇਖੋ ਜਿਹੜਾ ਮੀਡੀਆ ਦਾ ਰੋਲ ਹੈ ਜਰਨਲਿਜ਼ਮ ਸ਼ਬਦ ਬਾਰੇ ਮੀਡੀਆ ਨੂੰ ਖੁਦ ਨਹੀਂ ਪਤਾ ਇਨਵੈਸਟੀਗੇਟਿਵ ਜਰਨਲਿਜ਼ਮ ਕੀ ਹੁੰਦਾ ਹੈ ਕਿਵੇਂ ਰਿਪੋਰਟ ਬਣਾਉਣੀ ਹੈ ਕਿਵੇਂ ਪਿੰਡਾਂ 'ਚ ਜਾਣਾ ਕਿਵੇਂ ਡਾਕੂਮੈਂਟਰੀਆਂ ਖੜੀਆਂ ਕਰਨੀਆਂ ਕਿਵੇਂ ਸਰਕਾਰ ਦੇ ਕਿਸੇ ਆਪਰੇਸ਼ਨ ਨੂੰ ਆਪਾਂ ਐਕਸਪੋਜ਼ ਕਰਨਾ ਵੀ ਇਹ ਕੀ ਹੋ ਰਿਹਾ ਕਿਵੇਂ ਇਹ ਸਾਰੇ ਤਾਮਝਾਮ ਦੇ ਵਿੱਚ ਆਪਣੀ ਇੱਕ ਐਸੀ ਹਸਤੀ ਕਾਇਮ ਕਰਨੀ ਹੈ ਜਰਨਲਿਸਟ ਮਾਰੇ ਜਾਂਦੇ ਨੇ ਬਿਲਕੁਲ ਜਰਨਲਿਸਟਾਂ ਦਾ ਇਹ ਧਰਮ ਸੀ ਉਹਨਾਂ ਨੇ ਬੜੀਆਂ-ਬੜੀਆਂ ਸਰਕਾਰਾਂ ਦੇ ਮੱਥੇ ਲਾਏ ਤੇ ਅੱਜ ਇੱਕ ਦਬਕੇ ਨਾਲ ਸਾਰੇ ਦੇ ਸਾਰੇ ਚੈਨਲ ਚੁੱਪ ਕਰ ਜਾਂਦੇ ਨੇ ਮੇਰੇ ਤੇ ਖਿਆਲ ਨਾਲ ਹੌਸਲਾ ਕਰਨ ਦੀ ਲੋੜ ਹੈ ਕੋਈ ਨਹੀਂ ਮਰਨ ਦੇ ਬੰਦੇ ਐਕਸਰ ਫਿਰ ਵੀ ਹੈ ਬਿਲਕੁਲ ਜਿਵੇਂ ਮਾਡਰਨ ਸਿੱਖਿਆ ਦੀ ਬਾਤ ਕਰਦੇ ਤੇ ਮੈਂ ਵੀ ਸਾਰਾ ਇਸ ਗੱਲ ਖਾਸੇ ਗੱਲ ਜੁੜਿਆ ਰਿਹਾ ਤੇ ਮਾਡਰਨ ਸਿੱਖਿਆ ਤੁਹਾਨੂੰ ਲੱਗਦਾ ਨਹੀਂ ਵੀ ਇਹ ਸਾਰਾ ਮੈਂ ਤਾਂ ਆਪ ਮੈਂ ਕੱਲ ਪਰਸੋਂ ਹੀ ਡਾਕਟਰ ਸਿਕੰਦਰ ਸਿੰਘ ਹੈ ਗੁਰੂਗ੍ਰਾਂਤ ਸਾਹਿਬ ਯੂਨੀਵਰਸਿਟੀ ਫਤਿਹਗੜ ਸਾਹਿਬ ਉਹਨਾਂ ਨੇ ਵੀ ਇਹ ਬਾਤ ਕਹੀ ਕਹਿੰਦਾ ਵੀ ਜਿਹੜੇ ਸਕੂਲ ਹੈ ਇਹ ਮਾਰੇ ਮੌਤ ਕੇ ਪਰਵਾਨੇ ਹੈ ਤੇ ਗੁਰਦੁਆਰੇ ਜਿਹੜੇ ਗੁਰਦੁਆਰਾ ਸਾਹਿਬ ਹੈ ਗੁਰਬਾਣੀ ਹੈ ਜੋ ਇਹੀ ਮੰਨੂ ਬਚਾਏਗੀ ਪੰਜਾਬ ਨੂੰ ਕਹਿੰਦੇ ਸਾਰਾ ਕੁਝ ਪੈਦਾ ਹੀ ਇਹਦੇ ਵਿੱਚ ਤੇ ਹੁੰਦਾ ਹੈ ਹਾਂ ਹਾਂ ਨਾ ਸਿੱਖਿਆ ਤਾਂ ਬੰਨ ਨੂੰ ਤਬਾਹੀ ਹੀ ਕ ਨਹੀਂ ਲਿਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਵੀ ਇਹ ਸਾਰਾ ਕੁਝ ਮੈਂ ਬਾਹਰ ਵੀ ਗਏ ਆ ਬੁੱਧ ਦबई ਉਧਰ ਵੀ ਰਹੇ ਦੇਖਿਆ ਸਾਰਾ ਕੁਝ ਮੈਨੂੰ ਐਂ ਲੱਗਦਾ ਵੀ ਜਿਹੜੀ ਮਾਡਰਨ ਮਾਡਰਨਿਟੀ ਆ ਜਿਹੜੀ ਆਧੁਨਿਕਤਾ ਹੈ ਆਧੁਨਿਕਤਾ ਦੇ ਵਿੱਚ ਬਹੁਤ ਕੁਝ ਆ ਆਧੁਨਿਕਤਾ ਦੇ ਵਿੱਚ ਬਹੁਤ ਕੁਝ ਐਸਾ ਹੈ ਜਿਹੜਾ ਪੋਲੀਟੀਕਲੀ ਮੋਟੀਵੇਟਿਡ ਮਨੁੱਖੀ ਅਧਿਕਾਰ ਬਿਲਕੁਲ ਆਮ ਕਹਿੰਦਾ ਵੀ ਜਿਹੜਾ ਬੰਦਾ ਪੜ੍ਹਿਆ ਲਿਖਿਆ ਉਹ ਮਨੁੱਖੀ ਅਧਿਕਾਰਾਂ ਬਾਰੇ ਜ਼ਿਆਦਾ ਜਾਣਦਾ ਪਰ ਕਿਹੜੇ ਮਨੁੱਖੇ ਤੋਂ ਕਿੰਨਾ ਮਨੁੱਖਾਂ ਦੇ ਅਧਿਕਾਰ ਗੋਰਿਆਂ ਦੇ ਅਧਿਕਾਰ ਹੈਗੇ ਆ ਕਾਲਿਆਂ ਦੇ ਨਹੀਂ ਹੈਗੇ ਮਨੁੱਖੀ ਅਧਿਕਾਰਾਂ ਦੀ ਲਿਸਟ ਦੇ ਵਿੱਚ ਇੱਥੇ ਬੰਬ ਡੇਗ ਭਵੇ ਸੀਰੀਆ 'ਚ ਰੋਜ਼ ਕੋਈ ਪਰਵਾਹ ਨਹੀਂ ਉੱਥੇ ਮੜ ਜੀ ਗੋਲੀ ਚੱਲ ਜੇ ਸ਼ੂਟ ਆਊਟ ਹੋ ਜੇ 10 ਬੰਦੇ ਮਰ ਜਾਣ ਅਮਰੀਕਾ ਦੇ ਵਿੱਚ ਸਾਰਾ ਸੰਸਾਰ ਹੀ ਉਲਜਣ 'ਚ ਪੈ ਜਾਂਦਾ ਸਾਡੀ ਪੋਜੀਸ਼ਨ ਇਹ ਹੋ ਗਈ ਵੀ ਮਾਡਰਨ ਐਜੂਕੇਸ਼ਨ ਨੇ ਸਾਡਾ ਨੁਕਸਾਨ ਕੀ ਕੀਤਾ ਵੀ ਇੱਕ ਦੇਖੋ ਜੰਗਲ ਜੰਗਲ ਦੇ ਵਿੱਚ ਕੁਝ ਵੀ ਆਰਗੇਨਾਈਜ਼ ਨਹੀਂ ਹੁੰਦਾ ਬਿਲਕੁਲ ਕੋਈ ਕਿਧਰ ਨੂੰ ਚੱਲ ਪਿਆ ਕੋਈ ਕਿਧਰ ਨੂੰ ਚੱਲ ਪਿਆ ਜੰਗਲ ਦਾ ਮੋਢਲਾ ਫਰਕ ਹੈ ਵੀ ਉਹ ਚ ਚਮਤਕਾਰ ਹੁੰਦੇ ਚਮਤਕਾਰ ਉੱਥੇ ਹੋ ਸਕਦਾ ਜਿੱਥੇ ਕੁਦਰਤੀ ਹੀ ਮਾਹੌਲ ਹੈ ਬੰਦੇ ਦੀ ਛੇੜ ਛੜ ਘਾਟ ਹੈ ਬਾਗੀਚੇ 'ਚ ਕਾਹਦਾ ਚਮਤਕਾਰ ਹੋਣਾ ਹੈ ਬਾਗੀਚੇ 'ਚ ਕੋਈ ਨਵਾਂ ਰੋਖ ਉੱਗ ਜਾਵੇ ਤੇ ਚਿੰਤਾ ਹੋ ਜਾਂਦੀ ਮਾਲੀ ਨੂੰ ਵੀ ਪਤਾ ਨਹੀਂ ਇਹਨੇ ਕੀ ਕਰ ਦੇਣਾ ਲਾਗ ਲਿਆ ਨੂੰ ਸੋ ਅੱਜ ਮਾਡਰਨਿਟੀ ਨੇ ਮਾਡਰਨ ਐਜੂਕੇਸ਼ਨ ਦੇ ਇੱਕ ਐਸਪੈਕਟ ਨੇ ਸਾਨੂੰ ਬਗੀਚੇ ਬਣਾਤਾ ਜੰਗਲਾਂ ਤੋਂ ਤਬਦੀਲ ਕਰਕੇ ਸਾਡੀ ਸ਼ੇਰ ਦਾ ਸ਼ੇਰ ਦਾ ਇੱਕੋ ਹੀ ਗੁਣ ਹੈ ਸ਼ੇਰ ਦਾ ਹੋਰ ਕੋਈ ਗੁਣ ਨਹੀਂ ਹੈਗਾ ਉਹਦਾ ਗੁਣ ਹੈ ਜੰਗਲੀ ਸੁਭਾਅ ਉਹਦੇ ਚੋਂ ਕੱਢ ਲਓ ਤੇ ਕੁੱਤੇ ਦੇ ਸ਼ੇਰ 'ਚ ਕੋਈ ਬੜਾ ਫਰਕ ਨਹੀਂ ਸ਼ੇਰ ਦਾ ਇਹ ਗੁਣ ਸਿੱਖਾਂ ਦਾ ਗੁਣ ਸੀ ਵੀ ਅਸੀਂ ਬਹੁਤ ਦੁਨੀਆ ਦੇ ਸਾਰਾ ਕੁਝ ਤਾਂ ਆਮ ਜਿਹਾ ਮਰਾਜ ਭਾਗ ਮਾਣੇ ਪਰ ਅਸੀਂ ਆਪਣਾ ਜੰਗਲੀ ਸੁਭਾਅ ਨਹੀਂ ਛੱਡਿਆ ਅਸੀਂ ਇੱਕ ਲਕੀਰ ਸਦਾ ਕਾਇਮ ਰੱਖੀ ਹੈ ਵੀ ਜਦੋਂ ਉਹ ਉਮਾਰ ਨੇ ਜਵਾਬ ਕੀਤਾ ਨਧਾਨ ਬਨੇ ਅਤ ਹੀ ਰਣ ਮੇ ਦਬਜੂਜ ਮਰੋ ਸਤਗੁਰ ਨੇ ਇਹ ਲਕੀਰ ਖਿੱਚੀ ਹੋਈ ਹੈ ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ ਹੋਈ ਹੈ ਪੜ੍ਹੇ ਲਿਖੇ ਮਨੋ ਕਿ ਲਕੀਰ ਨਹੀਂ ਖਿੱਚਦੇ ਹਮ ਉਹਨਾਂ ਲਈ ਬਹੁਤ ਕੋਸ਼ਿਸ਼ ਸੰਸਾਰ ਦੇ ਵਿੱਚ ਮੈਨੂੰ ਐ ਲੱਗਣ ਲੱਗ ਪਏ ਕਿ ਦੇਖੋ ਜੀ ਮੇਰੇ ਜਾਣ ਬਾਅਦ ਸੰਸਾਰ ਰੁਕ ਜੂ ਤੇ ਫਿਰ ਇਹ ਮੈਨੂੰ ਪੜ੍ਹਾਈ ਸਿਖਾਉਂਦੀ ਬਾਣੀ ਤੇ ਨਹੀਂ ਕਹਿੰਦੀ ਬਾਣੀ ਤੇ ਕਹਿੰਦੇ ਜਾਗ ਰਚਨਾ ਸਭ ਝੂਠ ਹੈ ਸਾਰਾ ਕੁਝ ਝੂਠ ਹੈ ਤੇ ਇੱਥੇ ਬੰਦੇ ਦਾ ਕੀ ਹੈ ਕੁਝ ਵੀ ਨਹੀਂ ਆਰਾਮ ਗਿਓ ਰਾਮਣ ਗਿਓ ਜਾਣਾ ਸਾਰਿਆਂ ਨੇ ਬੜੇ ਬੜੇ ਮਹਾਰਾਜੇ ਮਾਰਾਤੀ ਤੁਰ ਪਏ ਸੰਸਾਰ ਉਹ ਕਿਹਾ ਕਿ ਨਹੀਂ ਰੁਕਿਆ ਸੋ ਮਾਡਰਨ ਐਜੂਕੇਸ਼ਨ ਨੇ ਸਾਡੇ ਅੰਦਰ ਡਰ ਪੈਦਾ ਕਰ ਦਿੱਤਾ ਸਾਡੇ ਅੰਦਰ ਨੈਸੈਸਿਟੀ ਤੋਂ ਵੱਧ ਚੀਜ਼ਾਂ ਪ੍ਰਾਪਤ ਕਰਨ ਦੀ ਇੱਛਾ ਪੈਦਾ ਕਰ ਦਿੱਤੀ ਸਾਡੇ ਅੰਦਰ ਭੰਡਾਰ ਖੜੇ ਕਰਨ ਦੀ ਇੱਛਾ ਪੈਦਾ ਕਰ ਦਿੱਤੀ ਇੰਨਾ ਧਨ ਕਮਾ ਲੈਣ ਦੀ ਇੱਛਾ ਪੈਦਾ ਕਰ ਦਿੱਤੀ ਜਿਹੜਾ ਵਰਤਿਆ ਨਹੀਂ ਜਾ ਸਕਦਾ ਜਿਹੜਾ ਸਾਨੂੰ ਪਲੀਤ ਵੀ ਕਰ ਰਿਹਾ ਮਾਡਰਨਟੀ ਨੇ ਸਾਡੇ ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਦਿੱਤੇ ਸਾਡਾ ਪਰਿਵਾਰ ਹੁੰਦਾ ਸੀ ਪਰਿਵਾਰ ਦੇ ਵਿੱਚ ਜਦੋਂ ਇਹ ਪ੍ਰਭਾਵ ਨਹੀਂ ਸਾਡੇ ਤੇ ਆਇਆ ਪ੍ਰਾਈਵੇਸੀ ਕੋਈ ਚੀਜ਼ ਹੁੰਦੀ ਇੱਕ 15 ਸਾਲ ਦਾ ਮੁੰਡਾ ਕਵੇ ਵੀ ਮੈਨੂੰ ਪ੍ਰਾਈਵੇਸੀ ਚਾਹੀਦੀ ਹੈ ਇਹਦਾ ਮਤਲਬ ਉਹ ਕਰਾਇਮ ਕਰ ਰਿਹਾ ਇਹ ਆਮ ਕਹਾਵਤ ਸੀ ਵੀ ਗੁੰਡਾ ਤੁਸੀਂ ਕਿਹਦੀ ਗੁੰਡਾ ਲਾਇਆ ਘਰ ਚ ਵੜ ਕੇ ਆਪਣੇ ਤੇ ਗੁੰਡਾ ਲਾ ਦਾ ਮਤਲਬ ਉਦਾਂ ਹੀ ਛਤਰ ਪਾ ਜਿੰਨੇ ਸਾਨੂੰ ਵੀ ਇਹਨਾਂ ਕੋਈ ਗਲਤੀ ਕੀਤਾ ਨਾ ਗੁੰਡਾ ਲਾ ਗੁੰਡਾ ਕਾ ਤੋਣਾ ਇਸੇ ਇਹ ਜਿਹੜੀ ਪ੍ਰਾਈਵੇਸੀ ਆਈ ਹੈ ਪਹਿਲਾਂ ਪਰਿਵਾਰ ਟੁੱਟੇ ਵੱਡੇ ਚਾਚੀਤਾ ਰਿੰਦੇ ਸੀ ਇਕੱਠੇ ਇੱਕ ਸਮੇਂ ਤੱਕ ਜਦੋਂ ਨਹੀਂ ਵਾਪਸ ਚਲਦੀ ਫਿਰ ਆਡ ਹੋ ਜਾਂਦੇ ਪਹਿਲਾਂ ਉਹ ਹੁਣ ਪਹਿਲਾਂ ਹੀ ਟੁੱਟ ਗਏ ਉਹ ਤੋਂ ਅਲੱਗ ਦਾ ਵੀ ਕਮਰਿਆਂ ਚ ਵੱਖਰੇ ਵੱਖਰੇ ਕਮਰੇ ਬਣ ਗਏ ਉਹਨਾਂ ਦੇ ਵਿੱਚ ਵੱਖਰਾ ਵੱਖਰਾ ਬੰਦਾ ਬਹਿ ਗਿਆ ਜਾ ਕੇ ਉਹਨੇ ਆਪਣਾ ਵੱਖਰਾ ਧਾਮ ਜਮ ਖੜਾ ਕਰ ਲਿਆ ਉਹ ਆਪਣੇ ਪਰਿਵਾਰ ਤੋਂ ਵੱਧ ਇਸ ਫੋਨ ਦੇ ਨਾਲ ਕਿਸੇ ਬਗਾਨੇ ਬੰਦੇ ਨਾਲ ਜੁੜਿਆ ਔਰ ਉਹਦੇ ਤੋਂ ਸਾਰਾ ਕੁਝ ਗ੍ਰਹਿਣ ਕਰ ਰਿਹਾ ਹੈ ਸਿੱਖਣਾ ਕੀ ਸੀ ਆਪਾਂ ਜਦੋਂ ਗ੍ਰਹਿਣ ਕਰਦੇ ਆਂ ਚੀਜ਼ਾਂ ਨੂੰ ਪਿੰਡ ਜਿ ਦੇ ਨਿਕਲਦੇ ਪਿੰਡ ਦਾ ਇੱਕ ਵੱਖਰਾ ਮਹੌਲ ਸੀ ਪਿੰਡ ਦੇ ਵਿੱਚ ਕੋਪਰਾ ਬੰਦਾਲ ਜਾਂਦਾ ਸੀ ਉਹਨੂੰ ਇਹ ਲੋਕ ਵੰਦੇ ਸੀ ਵੀ ਕੌਣ ਆ ਗਿਆ ਪਿੰਡ ਦੇ ਵਿੱਚ ਆਣ ਕੇ ਜੁਰਮ ਕਰਨਾ ਬਹੁਤ ਔਖਾ ਸੀ ਪਿੰਡ ਦੇ ਵਿੱਚ ਆਣ ਕੇ ਚੋਰੀ ਜਕਾਰੀ ਕਰਨੀ ਔਖੀ ਇਸ ਕਰਕੇ ਸੀ ਵੀ ਹਰ ਬੰਦਾ ਇੱਕ ਸੀਸੀਟੀਵੀ ਕੈਮਰੇ ਦਾ ਕੰਮ ਕਰਦਾ ਬਿਲਕੁਲ ਬਿਲਕੁਲ ਫੋਨ ਸਾਰਾ ਕੁਝ ਖਤਮ ਹੋ ਗਿਆ ਬੰਦੇ ਆਪਾਂ ਆਪਣੀ ਜ਼ਿੰਦਗੀ ਚ ਵੜ ਗਏ ਅੱਧੇ ਫੋਨ ਚ ਵੜ ਗਏ ਔਰ ਅੱਧੇ ਘਰਾਂ ਚੋਂ ਨਹੀਂ ਨਿਕਲਦੇ ਉਹ ਟੀਵੀ ਨੇ ਸਾਰਾ ਕੁਝ ਉੱਥੇ ਉੱਥੇ ਹੀ ਪ੍ਰਦਾਨ ਕਰੀ ਜਾਂਦੇ ਔਰ ਇਹ ਇਸ ਹਾਲਾਤ ਦੇ ਵਿੱਚ ਅਸੀਂ ਜਾ ਵੜੇ ਆ ਜਿੱਥੇ ਸਾਨੂੰ ਮਰ ਜਾਣਾ ਧਰਮ ਵਾਸਤੇ ਸਿਰ ਦੇ ਦੇਣਾ ਹੈ ਇਹ ਗੱਲਾਂ ਬੇਸਲਸ ਲੱਗਣ ਲੱਗ ਪਈਆਂ ਬਹੁਤ ਸਾਰੇ ਬੰਦੇ ਕਹਾਂ ਜੀ ਉਸ ਟਾਈਮ ਕੀ ਬਾਤਾਂ ਦੀ ਅੱਜ ਨਹੀਂ ਹੈ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਸਮਾਂ ਕੀ ਹੈ ਵਿਗਿਆਨ ਇਹ ਕਹਿੰਦਾ ਵੀ ਸਮਾਂ ਐਗਜ਼ਿਸਟ ਨਹੀਂ ਕਰਦਾ ਜਿਹੜੇ ਬੰਦੇ ਵਿਗਿਆਨ ਨੂੰ ਮੰਨਦੇ ਮੈਂ ਉਹਨਾਂ ਨੂੰ ਪੁੱਛ ਲੈਂਦਾ ਵੀ ਸਮੇਂ ਦੀ ਟਾਈਮ ਦੀ ਥਿਊਰੀ ਦੱਸੋ ਰੈਲੀਵੈਂਸੀ ਦੀ ਕੀ ਇਹ ਕੁਝ ਵੀ ਨਹੀਂ ਹੈਗਾ ਉਹਦੇ ਸਮਾਂ ਤੇ ਇੱਕ ਬਣ ਗਿਆ ਹੁਣ ਉਸ ਟਾਈਮ ਦੀਆਂ ਬਾਤਾਂ ਜੇ ਫਰਜ਼ ਕਰੋ ਆਪਣਾ ਧਰਮ ਤੇ ਕਾਲ ਤੇ ਅਧਾਰਤ ਨਹੀਂ ਇਸਲਾਮ ਚੋ ਕਹਿੰਦੇ ਵੀ ਕਿਆਮਤ ਦਾ ਦਿਨ ਆਉਣਾ ਹੈ। ਕਿਆਮਤ ਦੇ ਦਿਨ ਕਬਰਾਂ ਚ ਚੁੱਕ ਲੈਣਾ ਸਾਰਿਆਂ ਨੂੰ ਉਠਾ ਕੇ ਤੇ ਉਹਨਾਂ ਦਾ ਲੇਖਾ ਜੋਖਾ ਹੋਣਾ। ਇਹੋ ਹੀ ਆ ਨਾ ਧਰਮ। ਅਸਾਈਆਂ ਚ ਵੀ ਹੋਈ। ਸਾਡੇ ਦੇ ਮਹਾਰਾਜ ਕਹਿੰਦੇ ਵੀ ਅਕਾਲ ਦਾ ਧਰਮ ਮੈਂ ਸਮੇ ਦਾ ਗੁਲਾਮ ਹੀ ਨਹੀਂ। ਸਮਾਂ ਅੱਜ ਬਦਲੇ ਕੱਲ ਬਦਲੇ ਸਿੱਖਾਂ ਨੂੰ ਕੀ ਫਰਕ ਪੈਂਦਾ ਇਸ ਗੱਲ ਨਾਲ? ਸਾਡਾ ਸਰੂਪ ਬਦਲਿਆ ਨਹੀਂ ਬਦਲਿਆ ਇਸ ਕਰਕੇ ਨਹੀਂ ਬਦਲਿਆ ਵੀ ਅਸੀਂ ਕਾਲ ਦੇ ਅੰਦਰ ਨਹੀਂ ਚੱਲਦੇ। ਕੀ ਹੋ ਰਿਹਾ ਲੋਕਾਂ ਦੇ ਨਾਲ? ਸਵੇਰੇ ਵਿਚਾਰੇ ਕੋ ਪੈਂਟ ਸਵਾ ਕੇ ਲਿਆਉਂਦੇ ਨੇ, ਸ਼ਾਮ ਨੂੰ ਫੈਸ਼ਨ ਤੋਂ ਬਾਹਰ ਹੋ ਜਾਂਦੀ ਹੈ। ਹੈ? ਚਾਂਮਾਂ ਨੂੰ ਕੋ ਨਵੀਂ ਸਮਾਧ ਨੇ ਅਗਲੇ ਦਿਨ ਨੂੰ ਨਵਾਂ ਫੈਸ਼ਨ ਆ ਜਾਂਦਾ ਸਵੇਰੇ ਇਧਰੋਂ ਦਾੜੀ ਬਣਾ ਲੈਂਦੇ ਨੇ ਅਗਲੇ ਦਿਨ ਇਧਰ ਦਰਵਾਜਾ ਆ ਜਾਂਦਾ ਬੀਬੀਆਂ ਦੇ ਉੱਤੇ ਇੰਨਾ ਜ਼ੁਲਮ ਹੋ ਰਿਹਾ ਔਰ ਇਹਨੂੰ ਮੈਂ ਜ਼ੁਲਮ ਕਹਿਣਾ ਕੀ ਜ਼ੁਲਮ ਹੈ ਬੀਬੀਆਂ ਤੇ ਵੀ ਉਹ ਵਿਚਾਰੀਆਂ ਅੱਗੇ ਉਹਨਾਂ ਦੇ ਇਹੋ ਜਿਹਾ ਦਬਾਅ ਨਹੀਂ ਸੀ ਵੀ ਐਦਾਂ ਦਾ ਸਰੀਰ ਸਾਡਾ ਹੋਣਾ ਚਾਹੀਦਾ ਐਦਾਂ ਅਸੀਂ ਦਿਖਾਵਾ ਕਰਨਾ ਹੈ ਐਦਾਂ ਦਾ ਮੂੰਹ ਤੇ ਅਸੀਂ ਮੇਕਅਪ ਕਰਨਾ ਹੈ ਇਹ ਦਬਾਅ ਆ ਉਹਨਾਂ ਦੇ ਉੱਤੇ ਔਰ ਇਹ ਮਾਨਸਿਕ ਦਬਾਅ ਚੋਂ ਲੰਘਦੀਆਂ ਮੈਂ ਇਹੋ ਜਿਹੇ ਕੇਸ ਵੇਖਿਆ ਕਿ ਬੰਦਿਆਂ ਤੇ ਜਨਾਨੀਆਂ ਦੇ ਤਲਾਕ ਪਤਾ ਕਿਉਂ ਹੋਏ ਜਨਾਨੀ ਕਹਿੰਦੀ ਵੀ ਹਾਂ ਜਾਂ ਵੀ ਤੂੰ ਮੈਨੂੰ ਮੇਕਅਪ ਤੋਂ ਮੈਨਾਂ ਵੇਖਿਆ ਆਪਣੇ ਘਰ ਘਰ ਰਹਿਣ ਦੀ ਬੱਤੀ ਨਹੀਂ ਜਗਾਈ ਜਗਾਉਣੇ ਬਾਅਦ ਜਦੋਂ ਮੈਂ ਮੇਕਅਪ ਲਾ ਦਿੱਤਾ ਮਤਲਬ ਆਪਣੀ ਕੁਦਰਤ ਨੇ ਜੋ ਰਚਨਾ ਬਣਾਈ ਹੈ ਉਹਨੂੰ ਵੇਖਣ ਚ ਇੰਨੀ ਹਿੰਟ ਆ ਗਈ ਵੀ ਇਸ ਗੱਲ ਦੇ ਉੱਤੇ ਤਲਾਕ ਹੋਣੇ ਸ਼ੁਰੂ ਹੋ ਗਏ ਸੋ ਅੱਜ ਅੱਜ ਵੀ ਮੈਂ ਗੱਲ ਕਹਿੰਦਾ ਸਮੇਂ ਨਾਲ ਬਦਲਾ ਹਰ ਚੰਗਾ ਨਹੀਂ ਹੁੰਦਾ ਇਹਦੀ ਉਦਾਹਰਣ ਹੈ ਅੱਜ ਤੋਂ 300 ਸਾਲ ਪਹਿਲਾਂ ਵਾਤਾਵਰਣ ਬਹੁਤ ਵਧੀਆ ਸੀ ਅੱਜ ਨਹੀਂ ਹੈਗਾ ਹੁਣ ਆਪਾਂ ਅੱਜ ਕਿ ਵੀ ਨਹੀਂ ਸਮੇਂ ਨਾਲ ਵਾਤਾਵਰਨ ਖਰਾਬ ਹੋਇਆ ਸਮੇਂ ਨਾਲ ਹਰ ਚੀਜ਼ ਠੀਕ ਹੀ ਹੁੰਦੀ ਹੈ ਆਪਾਂ ਇਹ ਮੰਨੇ ਵੀ ਸਮੇਂ ਦੇ ਨਾਲ ਇਹ ਜਿਹੜਾ ਬਦਲਾਅ ਆਇਆ ਇਹ ਮਾੜਾ ਆਇਆ ਫਿਰ ਇਹ ਮੰਨਣ ਚ ਕੀ ਹਰਜਾ ਹੈ ਕਿ ਸਮੇਂ ਦੇ ਨਾਲ ਜਿਹੜਾ ਅਸੀਂ ਤਾਮਝਮ ਸ਼ੁਰੂ ਕਰ ਲਿਆ ਬੇਲੋੜਾ ਸਮੇਂ ਦੇ ਨਾਲ ਜਿਹੜੀ ਅਸੀਂ ਆਪਣੇ ਅੰਦਰ ਡਰ ਪੈਦਾ ਕਰ ਲਈਨੇ ਵਕਾਰਾਂ ਦੇ ਕਾਮ ਕਰੋ ਲੋਭ ਮੋਹ ਹੰਕਾਰ ਚ ਫਸ ਗਏ ਇਹ ਮਾੜਾ ਇਹਨੂੰ ਛੱਡਣਾ ਚਾਹੀਦਾ ਔਰ ਸਾਡੇ ਨਾਲ ਉਹ ਚੰਗੇ ਨਹੀਂ ਸੀ ਜਿਨ੍ਹਾਂ ਦੇ ਤੇੜੇ ਕਿਸ਼ਹਰਾ ਸੀ ਘੋੜੇ ਦੀ ਕਾਠੀ ਤੇ ਬੈਠੇ ਪੂਰੀਆਂ ਵਾਲੇ ਰਾਜੇ ਕੀਤੇ ਬਸ ਮੀਲਾਂ ਦੇ ਮੀਲ ਇਧਰ ਨੂੰ ਮੀਲਾਂ ਦੇ ਮੀਲ ਉਧਰ ਨੂੰ ਰਾਂਝ ਨਹੀਂ ਤੁਸੀਂ ਸੁਣਿਆ ਕੋਈ ਬੰਦਾ ਡਿਪਰੈਸ਼ਨ ਦਾ ਮਰੀਜ਼ ਸੀ ਕਤਲੇਆਮਾਂ ਚੋਂ ਲੰਘਦੇ ਸੀ ਤੇ ਖਿੜਦੇ ਐ ਚਿਹਰੇ ਆ ਸਾਡੇ ਮਾਝੇ ਚ ਕੀ ਕੁਝ ਵਾਪਰਿਆ ਬਹੁਤ ਇੰਨਾ ਕੁਝ ਵਾਪਰਿਆ ਮੈਨੂੰ ਸਾਡੇ ਦੇ ਨਹੀਂ ਕਦੀ ਬੰਦੇ ਕਹਿੰਦੇ ਆਤਮ ਹੱਤਿਆ ਕੀਤੀ ਅਜ ਤੱਕ ਹੈਰਾਨੀ ਤੁਸੀਂ ਡਾਟਾ ਕੱਢ ਕੇ ਵੇਖ ਲਓ ਮਾਲਵੇ ਦੇ ਵਿੱਚ ਇੰਨੇ ਕਿਸਾਨਾਂ ਨੇ ਆਤਮ ਹੱਤਿਆ ਕਰ ਲਈ ਮਾਝੇ ਦੇ ਵਿੱਚ ਜ਼ਮੀਨਾਂ ਵੀ ਘਟਾ ਇੱਥੇ ਕਤਲਿਆਂ ਬਹੁਤ ਵੱਡਾ ਵਾਪਰਿਆ ਮਾਝੇ ਦੇ ਵਿੱਚ ਪੁਲਿਸ ਵੱਲੋਂ ਹਿੰਦੂਸਤਾਨ ਦੀ ਹਕੂਮਤ ਵੱਲੋਂ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਪਰ ਹਰਾਨੀ ਦੀ ਗੱਲ ਅਸੀਂ ਆਪਣੀ ਹੋਸ਼ ਚ ਨਹੀਂ ਸੁਣਿਆ ਵੀ ਕਿਸੇ ਬੰਦੇ ਨੇ ਆਤਮ ਹੱਤਿਆ ਕਰ ਲਈ ਹੋਈ ਯੋਧ ਦਾ ਇੰਨਾ ਫਰਕ ਹੁੰਦਾ ਜਿਹੜੀਆਂ ਕੌਮਾਂ ਸੰਘਰਸ਼ਾਂ ਲੰਗਦੀਆਂ ਉਹਨਾਂ ਦੇ ਆਤਮਕ ਬਲ ਇੰਨਾ ਤਗੜਾ ਹੋ ਜਾਂਦਾ ਸੋ ਅੱਜ ਸਾਡੇ ਜੀਵਨ ਚ ਨਿਰਾਸ਼ਾ ਜਿਨ੍ਹਾਂ ਦੇ ਪਿੱਛੇ ਲੱਗੇ ਆ ਉਹ ਸਾਰਾ ਸੰਸਾਰ ਗੋਲੀਆਂ ਤੇ ਚੱਲ ਰਿਹਾ ਵੈਸਟ ਡਿਪਰੈਸ਼ਨ ਦੀ ਗੋਲੀਆਂ ਇੱਥੇ ਮੇ ਕੋਈ ਸਿੰਘ ਆਇਆ ਚੰਗਾ ਕਬੱਡੀ ਦਾ ਪਲੇਅਰ ਹੈ ਉਹਨੂੰ ਨਾ ਉਹਨੇ ਕਿਹਾ ਤਾਂ ਵੀ ਤੈਨੂੰ ਡਿਪਰੈਸ਼ਨ ਹੈ ਹੋਰ ਤਾਂ ਚਾਰ ਬਿਮਾਰੀਆਂ ਗਿਣਾਂਦੀਆਂ 12 ਗੋਲੀਆਂ ਹੁੰਦੀ ਦਿਹਾੜੀ ਨਹੀਂ ਲਾਦੀ ਉਹ ਗੋਲੀ ਨਹੀਂ ਖਾਂਦਾ ਤੇ ਉਹਦੇ ਹੱਥ ਕੰਮਣ ਲੱਗ ਪੈਂਦੇ ਉਹਦੇ ਵੀ ਹਿਰਚ ਆ ਗਿਆ ਉਹ ਕਹਿੰਦਾ ਵੀ ਤੁਹਾਡੇ ਨਾਲ ਜਾਣਾ ਮੈਂ ਕਿਹਾ ਠੀਕ ਮੈਂ ਵੀ ਇੱਕ ਵਾਦਾ ਕਰਨਾ ਵੀ ਦਵਾਈ ਘਟਾਉਣੀ ਆ ਤੈਨੂੰ ਬੰਦ ਕਰ ਦੇਣਾ ਆਪਾਂ ਉਹ ਜਿੰਨਾ ਚਿਰ ਵਹੀਰ ਚ ਰਹਿੰਦਾ ਸੀ ਉਹਨਾਂ ਚਿਰ ਉਹਨੂੰ ਦਵਾਈ ਦੀ ਲੋੜ ਨਹੀਂ ਪੈਂਦੀ ਜਦੋਂ ਘਰ ਜਾਂਦਾ ਫਿਰ ਦਵਾਈ ਦੀ ਲੋੜ ਪੈ ਜਾਂਦੀ ਹੁਣ ਹਾਲਾਤ ਇਹ ਆ ਇਹ ਇਰਤਕੜੇ ਅਸੀਂ ਟੋਨਿਕ ਦੇ ਰਹੇਗੇ ਸਾਨੂੰ ਉਹ ਸੰਗਤ ਦਾ ਹੀ ਆ ਸਾਰਾ ਔਰ ਵੈਸਟ ਨੇ ਇੱਕ ਗੱਲ ਡਿਨਾਈ ਕਰ ਦਿੱਤੀ ਉਹਨਾਂ ਨੇ ਆਤਮਾ ਨੂੰ ਮੰਨਿਆ ਨਹੀਂ ਜਦੋਂ ਆਤਮਾ ਨੂੰ ਨਹੀਂ ਮੰਨਿਆ ਤੇ ਅਧਿਆਤਮ ਨੂੰ ਨਹੀਂ ਮੰਨਿਆ ਅਧਿਆਤਮ ਨੂੰ ਨਹੀਂ ਮੰਨਿਆ ਤੇ ਜਿਹੜਾ ਅਧਿਆਤਮ ਦੇ ਉੱਤੇ ਆਪਾਂ ਪ੍ਰਭਾਵ ਦੇ ਨਾਲ ਬਾਣੀ ਦੇ ਨਾਲ ਆਪਾਂ ਬਦਲ ਸਕਦੇ ਹਾਂ ਕੁਝ ਜੀਵਨ 'ਚ ਉਹ ਉਹਨਾਂ ਨੇ ਡਿਨਾਈ ਕਰਤਾ ਉਹ ਸਾਰੀ ਗੱਲ ਰਿਸਰਚ ਤੇ ਆਣ ਕੇ ਖੜੀ ਹੋ ਗਈ ਉਹਦੇ 'ਚ ਉਹਨਾਂ ਦਵਾਈਆਂ ਪੈਦਾ ਕਰ ਲੀਆਂ ਦਵਾਈ ਆਰ ਜੀ ਤੌਰ ਤੇ ਮਨੁੱਖ ਨੂੰ ਦੁੱਖ ਤੋਂ ਦੂਰ ਨਹੀਂ ਕਰਦੀ ਦੁੱਖ ਤੇ ਮਨੁੱਖ ਦੇ ਵਿੱਚ ਲੈਣ ਖਿੱਚ ਦਿੰਦੀ ਹੈ ਉਹ ਲੈਣ ਚੁੱਕੀ ਜਾਂਦੀ ਹੈ ਗੋਲੀ ਖਾਦੀ ਫਿਰ ਬਾਕੀ ਫਿਰ ਚੁੱਕੀ ਜਾਂਦੀ ਬਾਕੀ ਉਹ ਫਿਰ ਗੋਲੀਆਂ ਵੱਧਦੀ ਜਾਂਦੀ ਹੈ ਭਾਰ ਇੰਨਾ ਵੱਧਾ ਜਾਂਦਾ ਹੈ ਕਿ ਇੱਕ ਸਮੇਂ ਗੋਲੀਆਂ ਵੀ ਬੇਸਰ ਹੋ ਜਾਂਦੀਆਂ ਤੇ ਬੰਦਾ ਖਾਂਦਾ ਖਾਂਦਾ ਗੋਲੀਆਂ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਸੂਸਾਈਡ ਦੇ ਰੇਟ ਚੈੱਕ ਕਰ ਲਓ ਉਥੇ ਮਾਸ ਸ਼ੂਟਿੰਗ ਚੈੱਕ ਕਰ ਲਓ ਅਮਰੀਕਾ ਕੈਨੇਡਾ ਦੇ ਵਿੱਚ ਤੇ ਮੈਨੂੰ ਇੱਕ ਆਪਣਾ ਸਿੱਖ ਪਿੱਛੇ ਜਿਹਾ ਆਇਆ ਮੈਨੂੰ ਕਹਿੰਦਾ ਵੀ ਆਪਣੇ ਬੱਚਿਆਂ ਨੂੰ ਕਿੱਥੇ ਰੱਖਣਾ ਚਾਹੀਦਾ ਤੇ ਮੈਂ ਕਹਾਂ ਆਈਡਲੀ ਤੇ ਸਰੀਆ ਦੇ ਵਿੱਚ ਬੱਚੇ ਵੱਡੇ ਕਰਨੇ ਚਾਹੀਦੇ ਆ ਜੀ ਇਸ ਸਮੇਂ ਵਿੱਚ ਜਿੱਥੇ ਬੰਬ ਧਮਾਕੇ ਹੋ ਰਹੇ ਆ ਉੱਥੇ ਬੱਚੇ ਵੱਡੇ ਕਰੋ ਬੱਚੇ ਸਾਡੇ ਸੰਘਰਸ਼ਸ਼ੀਲ ਬਣਨਗੇ ਤੇ ਜਿੱਥੇ ਸੁੱਖ ਘਟਿਆ ਉੱਥੇ ਬੱਚੇ ਨੂੰ ਲਿਆਓ ਹੂੰ ਜਿੱਥੇ ਜਿੱਥੇ ਦੁੱਖ ਆ ਨਾ ਮਹਾਰਾਜ ਕਹਿੰਦੇ ਦੁਖਦਾਰੂ ਸੁਖ ਰੋਗ ਪਿਆ ਕਿਸੇ ਵੇਲੇ ਦੁੱਖ ਜਿਹੜਾ ਉਹ दारू ਬਣ ਜਾਂਦਾ ਬੰਦੇ ਦਾ ਸਾਡੀ ਜੀਵਨ ਦੇ ਵਿੱਚ ਆਰਾਮ ਨੇ ਬਹੁਤ ਕੁਝ ਬਹੁਤ ਕੁਝ ਵਿਗਾੜ ਦਿੱਤਾ ਹੈ ਹੈ ਸਾਡੇ ਬਜ਼ੁਰਗਾਂ ਕੋਲੋਂ ਕੀ ਸੀ ਤੁਸੀਂ ਦੱਸੋ ਮੈਨੂੰ ਬਿਲਕੁਲ ਕੀ ਐਸਾ ਸੀ ਉਹਨਾਂ ਕੋਲ ਸਾਡੇ ਸਾਡੇ ਕੋਲ ਤਾਂ ਬਹੁਤ ਕੁਝ ਹੈ ਅਸੀਂ ਅੱਜ ਗੱਡੀਆਂ ਦੇ ਜਾਂਦੇ ਹਾਂ ਸਾਰਾ ਕੁਝ ਕਰਦੇ ਹਾਂ ਤਾਂ ਆਮ ਜਿਹਾ ਮਹਿਗਾ ਉਹਨਾਂ ਨੇ ਉਹਨਾਂ ਦੀ ਵੇਖੇ ਸੜਕ ਵੇਖੀ ਜਿਨ੍ਹਾਂ ਨੇ ਨੰਗੇ ਪੈਰ ਚੱਲ ਕੇ ਸਾਲਾਂ ਬਦੀ ਲੋਕਾਂ ਕੋਲ ਜਾ ਕੇ ਬਿਨਾਂ ਕਿਸੇ ਲਾਚ ਤੋਂ ਬਿਨਾਂ ਕਿਸੇ ਡਾਡਰ ਤੋਂ ਬਿਨਾਂ ਕਿਸੇ ਕੈਮਰੇ ਤੋਂ ਅੱਜ ਕੱਲ੍ਹ ਤਾਂ ਕੈਮਰਾ ਹੀ ਸਾਡੀ ਕਮਜ਼ੋਰੀ ਬਣ ਗਿਆ ਨਾ ਉਹਨਾਂ ਨੇ ਐ 7 ਵਜੇ ਕਹਿ ਕੇ ਤੇ ਸੰਗਤਾਂ 'ਚ ਪ੍ਰਚਾਰ ਕੀਤਾ ਮਹਾਰਾਜ ਦੇ ਨਾਮ ਦਾ ਜਦੋਂ ਸੰਸਾਰ ਤੋਂ ਗਏ ਇਹ ਰੰਜ ਵੀ ਨਹੀਂ ਕੀਤਾ ਵੀ ਅਸੀਂ ਤਾਂ ਸਾਰੀ ਉਮਰ ਕਰਦੇ ਨੇ ਸਾਨੂੰ ਪੁੱਛਿਆ ਕਹਿੰਦੇ ਨਹੀਂ ਅੱਜ ਦੇ ਸਮੇਂ ਦੇ ਵਿੱਚ ਸਾਡੇ ਅੰਦਰ ਕੰਪਲੈਕਸ ਏਡਾ ਵੱਡਾ ਆ ਗਿਆ ਦੀਪ ਨੇ ਇੱਕ ਗੱਲ ਕਹੀ ਸੀ ਕਿ ਸੰਸਾਰ ਤੋਂ ਵੈਲੀਡੇਸ਼ਨ ਲੈਣ ਦੀ ਆਦਤ ਪੈ ਗਈ ਹੈ ਵੈਲੀਡੇਸ਼ਨ ਦੀ ਮਰਥੀ ਪੰਜਾਬੀ ਕਰਦੇ ਵੈਲੀਡੇਸ਼ਨ ਦਾ ਭਾਵ ਸੰਸਾਰ ਸਾਨੂੰ ਮਾਨਤਾ ਜਾਂ ਕਬੂਲੇ ਸੰਸਾਰ ਦੀ ਸੰਸਾਰ ਦੀ ਜਿਹੜੀ ਮਾਨਤਾ ਹੈ ਵੀ ਉਹ ਸਾਡੇ ਲਈ ਇੰਨੀ ਜ਼ਰੂਰੀ ਬਣ ਗਈ ਵੀ ਉਹਦੇ ਚੱਕਰ ਚ ਆਸੀਂ ਆਪਣਾ ਆਪ ਬਦਲਣ ਲੱਗ ਪਏ। ਵੈਸੇ ਤੇ ਬਹੁਤ ਚੀਜ਼ਾਂ 'ਚ ਸੰਸਾਰ ਦੀ માનਤਾ ਜ਼ਰੂਰੀ ਹੁੰਦੀ ਹੈ। ਪਰ ਸਾਡੇ ਤੇ ਇਹ ਸੀ ਵੀ ਜਦੋਂ ਸੰਸਾਰੀ માનਤਾ ਕੀ ਹੈ ਗਲਤ ਉੱਥੇ ਗਲਤ ਸਹੀ ਹੋ ਸਕਦੀ। 사ਤਗੁਰ ਨੇ ਇੱਕ ਸਿਧਾਂਤ ਦਿੱਤਾ ਕਿ ਸਿੱਖਾ ਜਾਂ ਤੇ ਮੇਰੀ ਮਤ ਨੂੰ ਗ੍ਰਹਿਣ ਕਰ ਲੈ। ਮੇਰੀ ਮਤ ਭਾਵ ਗੁਰੂ ਦੀ ਮਤ। ਤੇ ਜਾਂ ਆਪਣੇ ਮਨ ਦੀ ਮਰਜ਼ੀ ਕਰ। ਜਿਹੜੇ ਮਨ ਦੀ ਮਰਜ਼ੀ 'ਚ ਚੱਲਣ ਵਾਲੇ ਸੀ ਉਹ ਮਨਮੁਖ ਖਵਾਏ। ਜਿਹੜੇ ਗੁਰੂ ਦੀ ਮਰਜ਼ੀ 'ਚ ਚੱਲਣ ਵਾਲੇ ਸੀ ਗੁਰਦੇ ਉਹ ਗੁਰਮੁਖ ਖਵਾਏ। ਔਰ ਗੁਰਮੁਖ ਤੇ ਮਨਮੁਖ ਦਾ ਨਖੇੜਾ ਹੋ ਗਿਆ ਹੁਣ ਉਸ ਤੋਂ ਬਾਅਦ ਸਾਡੇ ਤੇ ਇਹ ਧਾਰਨਾ ਚੱਲ ਪਈ ਵੀ ਮੇਰਾ ਰੁੱਸਿਆ ਨ ਕਲਕੀਆਂ ਵਾਲਾ ਜੱਗ ਪਾਵੇਂ ਸਾਰਾ ਰੁੱਸੇ ਹੁਣ ਸਾਰੇ ਜੱਗ 'ਚ ਕੋਣ ਆ ਮਾਂ ਬੇਬੀ ਆ ਜਾਂਦੇ ਪੁੱਤਰ ਵੀ ਆ ਜਾਂਦੇ ਪਰ ਕਲਕੀਆਂ ਵਾਲਾ ਨਹੀਂ ਰੁੱਸਿਆ ਉਹਨੂੰ ਨੀਰਸ ਆਇਆ ਜਾ ਸਕਦਾ ਔਰ ਅੱਜ ਦੇ ਸਮੇਂ ਦੇ ਵਿੱਚ ਸਾਡੀ ਉਲਟੀ ਗੱਲ ਹੈ ਵੀ ਕਲਕੀਆਂ ਵਾਲੋਂ ਕਹਿੰਦੇ ਵੀ ਰੁੱਸ ਜਪੇ ਜੀ ਸਕਦੇ ਆਹ ਕੋ ਭੁਲਾਣਾ ਬੰਦਾ ਨੈਟ ਤੇ 700 ਕਿਲੋਮੀਟਰ ਦੂਰ ਬੈਠਾ ਉਹਨਾਂ ਰੁੱਸੇ ਜੇ ਜਿਨੇ ਮੈਨੂੰ ਵੇਖ ਕੇ ਲਾਇਕ ਤੇ ਕਮੈਂਟ ਕਰਨਾ ਹੈ ਇਹ ਸਾਡੀ ਜੀਵਨ ਦੀ ਅੱਜ ਔਰ ਇਹ ਡੇਂਜਰਸ ਹੈ ਇਹਨੂੰ ਸਾਰੇ ਵਿਗਿਆਨੀ ਵੀ ਮੰਨੀ ਜਾਂਦੇ ਆ ਵੀ ਜਿਹੜੀ ਵੈਲੀਡੇਸ਼ਨ ਜਿਹੜੀ ਮਾਨਤਾ ਦੀ ਇਹ ਭੁੱਖ ਹੈ ਬੰਦੇ ਦੇ ਅੰਦਰ ਇਹ ਇੰਨੀ ਖਤਰਨਾਕ ਹੈ ਵੀ ਉਹਦੇ ਲਈ ਬੰਦਾ ਬਹੁਤ ਕੁਝ ਕਰਨ ਤਰਪਿੰਦਾ ਔਰ ਉਹ ਡਿਪਰੈਸ਼ਨ ਦੀ ਵਜ੍ਹਾ ਵੀ ਉਹ ਬਣਦੀ ਚਿੰਤਾ ਦਾ ਰੋਗ ਇੱਥੋਂ ਪੈਦਾ ਹੁੰਦਾ ਮੈਂ ਦੀਪ ਉਹਨਾਂ ਦੀ ਇੱਕ ਵੀਡੀਓ ਸੁਣ ਰਿਹਾ ਤਾਂ ਸ਼ਾਇਦ ਉਸਮੋਂ ਕਹ ਰਹੇ ਤੇ ਵੀ ਜਿਹੜਾ ਆਪਾਂ ਲੰਗਰ ਲਾ ਕੇ ਵੀ ਉਹ ਕਿਸੇ ਵੀ ਮਾਨਤਾ ਲੰਦੇ ਫਿਰ ਰਹੇ ਆ ਆਪਾਂ ਹਾਂ ਉਹਦਾ ਬੜਾ ਮੈਂ ਸੁਣਿਆ ਤੇ ਉਹਦੇ ਬਾਰੇ ਮੜਾ ਜਾਂ ਥਰੇ ਕਿਆ ਵਿਚਾਰੇ ਦੇਖੋ ਲੰਗਰ ਦਾ ਸਿਧਾਂਤ ਬੜਾ ਪਵਿੱਤਰ ਹੈ ਪਵਿੱਤਰ ਇਹ ਭਾਵ ਹੈ ਵੀ ਅਸੀਂ ਲੰਗਰ ਡਾਂਗ ਦੇ ਜੋਰ ਤੇ ਚਲਾਇਆ ਹੈ ਦੇਗ ਤੇ ਤੇਗ ਫਤੇ ਕੀਤੀ ਹੈ ਦੋ ਤਰੀਕੇ ਦੇ ਬੰਦੇ ਸੇਵਾ ਕਰਦੇ ਸੇਵਾ ਤੇ ਚੱਕਰੀ ਚ ਮਡਲਾ ਫੜ ਕੇ ਆ ਵੀ ਸੇਵਾ ਬਾਦਸ਼ਾਹ ਵੀ ਨੀਮਾ ਹੋ ਕੇ ਕਰਦਾ ਹੈ ਤੇ ਚੱਕਰੀ ਜਿਹੜਾ ਵਾ ਬਾਦਸ਼ਾਹ ਕਰਦਾ ਹੀ ਨਹੀਂ ਕਰਾਉਂਦਾ ਸਿੱਖਾਂ ਨੇ ਪਿਛਲੇ ਲੰਮੇ ਸਮੇਂ ਦੇ ਵਿੱਚ ਹੋਇਆ ਕਿ ਵੀ ਜਦੋਂ ਮਾਰ ਪਈ ਅਕਸਰ ਕੌਮਾਂ 'ਚ ਇਹ ਗੱਲ ਬਣ ਜਾਂਦੀ ਜਦੋਂ ਬਹੁਤ ਮਾਰ ਪਈ ਸਾਨੂੰ ਤੇ ਸਾਨੂੰ ਇਹ ਲੱਗਾ ਵੀ ਕੁਝ ਨਾ ਕੁਝ ਗਲਤ ਕਰ ਰਹੇ ਆ ਆਮ ਆਪੇ ਦੋਸ਼ੀ ਸਵੈ ਦੋਸ਼ ਦੀ ਗੱਲ ਆ ਗਈ ਵਿੱਚ ਸਲਫੇਟ ਆ ਗਈ ਬਹੁਤ ਸਿੱਖਾਂ ਦੇ ਵਿੱਚ ਤੇ ਉਹਨਾਂ ਨੇ ਨਾ ਆਪ 'ਚ ਕਸੂਰ ਲੱਭਣਾ ਸ਼ੁਰੂ ਕਰਤਾ ਔਰ ਉਹ ਜਦੋਂ ਆਪ 'ਚ ਕਸੂਰ ਲੱਭਣਾ ਬੰਦਾ ਸ਼ੁਰੂ ਕਰ ਦਵੇ ਫਿਰ ਉਹ ਦੂਜੇ ਨੂੰ ਖੋਸ਼ ਕਰਨ ਲਈ ਕੁਝ ਨਾ ਕੁਝ ਕਰਦਾ ਹੁਣ ਸਾਡੇ ਬਹੁਤ ਐਸੇ ਸਿਧਾਂਤ ਸੀ ਜਿਹੜੇ ਨਿਰਮਲ ਰੂਪ 'ਚ ਚੱਲਦੇ ਨਿਰਮਲ ਰੂਪ ਤੋਂ ਭਾਵ ਕੀ ਹੈ ਨਿਰਮਲ ਰੂਪ ਤੋਂ ਭਾਵ ਇਹ ਹੈ ਵੀ ਅਸੀਂ ਬਹੁਤ ਵੱਡੀ ਤਾਕਤ ਹੁੰਦੀਆਂ ਉਹ ਸਿਧਾਂਤ ਛੱਡੇ ਨਹੀਂ ਕਿਉਂਕਿ ਉਹ ਦਿਖਾਵੇ ਨਹੀਂ ਸੀ ਉਹ ਸਾਡੇ ਨਿਰਮਲ ਭਾਵ ਚ ਚੱਲਦੇ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਜਦੋਂ ਸੰਸਾਰ ਚ ਸਾਨੂੰ ਮਾਰ ਪਈ ਸਵੈਦੋਸ਼ ਔਰ ਸਵੈਦੋਸ਼ ਦੇ ਵਿੱਚ ਆਪਣੀ ਥੋੜੀ ਬਹੁਤੀ ਜਿਹੜੀ ਕਿਸੇ ਕੋ ਮਾਨਤਾ ਲੈਣ ਲਈ ਪ੍ਰਵਾਨਗੀ ਲੈਣ ਵਾਸਤੇ ਆਪਣੀ ਹੋਣ ਦੀ ਅਸੀਂ ਉਹਨਾਂ ਲੋਕਾਂ ਨੂੰ ਖੁਸ਼ ਕਰਨ ਤੁਰ ਪਏ ਹੂੰ ਉਹਦੇ ਚ ਕਲਾ ਲੰਗਰ ਨਹੀਂ ਉਹਦੇ ਚ ਗੁਰਦੁਆਰੇ ਨੂੰ ਵਿਜ਼ਿਟਿੰਗ ਪਲੇਸ ਬਣਾ ਦੇਣਾ ਘੁੰਮਣ ਫਿਰਨ ਦਾ ਸਾਧਨ ਬਣਾ ਦੇਣਾ ਵੀ ਜਦੋਂ ਦੇਖੋ ਵੀ ਐਂ ਕਹਿਣਾ ਵੀ ਗੁਰਦੁਆਰਾ ਜਿਹੜਾ ਹੈ ਨਾ ਇਹ ਇਸ ਸਿਧਾਂਤ ਠੀਕ ਹੈ ਵੀ ਗੁਰਦੁਆਰੇ ਦੇ ਚਾਰ ਦਰਵਾਜੇ ਚੌਂ ਵਰਨਾਂ ਲਈ ਸਾਂਝਾ ਹੈ ਆ ਸਕਦੇ ਨੇ ਚਾਰੇ ਉੱਥੇ ਪਰ ਉੱਥੇ ਆ ਕੇ ਚਾਰ ਜਿਹੜੇ ਅਗੇ ਨੇ ਉਹ ਆਪਣਾ ਹੁਕਮ ਸੁਣਾ ਕੇ ਨਹੀਂ ਜਾ ਸਕਦੇ ਹੁਕਮ ਸਤਗੁਰ ਦਾ ਸੁਣਨਾ ਹੈ ਅਜ ਦਰਬਾਰ ਸਾਹਿਬ ਚੱਲ ਜਾਓ ਉੱਥੇ ਇਸ ਗੱਲ ਤੇ ਨਹੀਂ ਧਿਆਨ ਦਿੱਤਾ ਜਾ ਰਿਹਾ ਵੀ ਮਰਿਆਦਾ ਕੀ ਹੈ ਇਸ ਗੱਲ ਤੇ ਧਿਆਨ ਦਿੱਤਾ ਜਾਂਦਾ ਵੀ ਇੰਨੇ ਜਿਹੜੇ ਬੰਦੇ ਆਉਂਦੇ ਨੇ ਉਹ ਵੱਖਰੇ ਵੱਖਰੇ ਲੋਕਾਂ ਤੋਂ ਜੀ ਮੈਨੂੰ ਹੈਰਾਨੀ ਹੋਈ ਸੁਣ ਕੇ ਕਹਿੰਦੇ ਵੀ ਦੇਖੋ ਜੀ ਇੰਨੇ ਬੰਦੇ ਆਉਂਦੇ ਆ ਤੇ ਫਿਰ ਉਹਨਾਂ ਦੀ ਕੋਈ ਮਾਨਤਾ ਨਹੀਂ ਮੈਂ ਕਹਾਂ ਮਾਨਤਾ ਦੇ ਦੇ ਬਾਪ ਕੋਲ ਉਹ ਆਏ ਨੇ ਜਿਨੇ ਮਾਨਤਾਵਾਂ ਨੂੰ ਰੱਦ ਕਰਕੇ ਮਾਨਤਾ ਖੜੀ ਕੀਤੀ ਹੈ ਉਹ ਜੀ ਸਦਕੇ ਆਉਣ ਕੋਈ ਰੋਕਦਾ ਨਹੀਂ ਜੇ ਨਾ ਆਉਣਗੇ ਤਾਂ ਫਿਰ ਇਹ ਗੁਰੂ ਘਰ ਬੰਦ ਹੋ ਜੂਗਾ ਮੈਂ ਸਾਡੇ ਅੰਦਰ ਲੋਕਾਂ ਨੂੰ ਖੁਸ਼ ਕਰਨ ਦਾ ਐਡਾ ਵੱਡਾ ਕੀੜਾ ਵੜ ਗਿਆ ਵੀ ਅਸੀਂ ਲੰਗਰ ਦੇ ਸਿਧਾਂਤ ਨੂੰ ਵਿਗਾੜ ਦਿੱਤਾ ਜਿਹੜਾ ਬਾਦਸ਼ਾਹ ਅਕਬਰ ਆਇਆ ਸਤਗੁਰ ਨੇ ਆਖਿਆ ਵੀ ਉਹ ਪੰਗਤ ਲੱਗੀ ਹੈ ਬਾਦਸ਼ਾਹ ਤੂੰ ਆਪਣੀ ਥਾਂ ਤੇ ਹੋਏਗਾ ਇੱਥੇ ਸਾਰੇ ਇੱਕ ਸਮਾਨ ਨੇ ਜੇ ਮੇਰੇ ਦਰਸ਼ਨ ਚਾਹੀਦੇ ਆ ਉੱਥੇ ਬਹਿ ਜਾ ਔਰ ਉਹ ਵੀ ਵਾਕਈ ਬਾਦਸ਼ਾਹ ਸੀ ਉਹ ਬਹਿ ਗਿਆ ਜੀ ਜ਼ਮੀਨ ਤੇ ਬੈਠ ਗਿਆ ਜਿੱਦੇ 3600 ਤਰ੍ਹਾਂ ਦੇ ਭਗਵਾਨ ਦੇ 3600 ਨੌਕਰਾਂ ਨੂੰ ਖਾਣ ਵਾਲਾ ਹੈ بڑے بڑے ਪਲੰਗ ਨੇ ਉਹ ਜ਼ਮੀਨ ਤੇ ਬੈਠਾ ਸਤਿਗੁਰੂ ਨੇ ਦਰਸ਼ਨ ਦੇ ਦਿੱਤੇ ਹੁਣ ਅੱਜ ਦੇ ਸਮੇਂ 'ਚ ਜਿਹੜਾ ਕੋਈ ਵੱਡਾ ਬਾਦਸ਼ਾਹ ਹੁੰਦਾ ਉਹਨੂੰ ਤੇ ਲਾਜ਼ੀ ਲੰਗਰ 'ਚ ਕੁਰਸੀ ਲੱਗ ਜਾਂਦੀ ਉਹਦੇ ਲਈ ਹੈ ਤੇ ਜਿਹੜਾ ਕੋਈ ਗਰੀਬ ਮਾਤਰ ਬੰਦਾ ਹੁੰਦਾ ਉਹਨੂੰ ਵਿਖਾਉਣ ਲਈ ਕੈਮਰੇ ਕੱਢ ਕੇ ਅਸੀਂ ਮੂੰਹ ਜ ਤੋਂ ਦੇ ਫਿਰਦੇ ਆ ਗਦੀ ਕਿਸ ਚੀਜ਼ ਦਾ ਸਾਦਗੀ ਵੀ ਮਾਰ ਦਿੱਤੀ ਸਾਦਗੀ ਤੋਂ ਭਾਵ ਕੀ ਹੈ ਹੁਣ ਲੰਗਰ ਦੇ ਵਿੱਚ ਸਵਾਦ ਦਾ ਕੀ ਮਤਲਬ ਹੈ ਸਵਾਦ ਇੱਕ ਜੀਬ ਦਾ ਸਵਾਦ ਹੈ ਹੁਣ ਸਵਾਦ ਤੇ ਕਹਿੰਦਾ ਵੀ ਐਸੇ ਭਗਵਾਨ ਛਕੀਏ ਜਿਹੜੇ ਭਾਵੇਂ ਸਿਹਤ ਦਾ ਵਿਗਾੜ ਕਰਦੇ ਨੇ ਅਜ ਸਾਰਾ ਸੰਸਾਰ ਇਸੇ ਜੀ ਜੂਝ ਰਿਹਾ ਹੈ 버ਗਰ ਪੀਜੇ ਬੇਸ਼ੱਕ ਅਸੀਂ ਵੀ ਇਹ ਕੰਮ ਕਰਦੇ ਆ ਕਰ ਲੈਨੇ ਪਹਿਲਾਂ ਕਰਦੇ ਆ ਇਹ ਬਹੁਤ ਹੈ ਨਾ ਪਰ ਸਾਨੂੰ ਇਹ ਗੱਲ ਦਾ ਪਤਾ ਹੈ ਵੀ ਇਹ ਗਲਤ ਚੀਜ਼ਾਂ ਹੈ ਸਵਾਦ ਨੇ ਇਹ ਨੁਕਸਾਨ ਕੀਤਾ ਵੀ ਸਾਡੇ ਜੀਵਨ ਦੇ ਵਿੱਚ ਨਾ ਸਿਹਤ ਪੱਖੋਂ ਨਾ ਕਿਸੇ ਪੱਖੋਂ ਨਾ ਪੈਸੇ ਪੱਖੋਂ ਸਾਰਾ ਕੁਝ ਨੁਕਸਾਨ ਕਰਾ ਰਿਆ ਸੀ। ਔਰ ਲੰਗਰ ਦੇ ਵਿੱਚ ਇਹ ਚੀਜ਼ ਨੂੰ ਖਤਮ ਕਰਨਾ ਇਕੱਲਾ ਪੰਗਤ ਨਹੀਂ ਬੈਠਣਾ। ਮਨ ਦੇ ਸਵਾਦ ਨੂੰ ਮਾਰਨਾ। ਵਿਸ਼ੇਸ਼ਤਾਈ ਤੋਂ ਬਚਣਾ। ਉਹ ਸਾਰਾ ਕੁਝ ਅਸੀਂ ਲੰਗਰਾਂ 'ਚ ਕਰਨਾ ਸ਼ੁਰੂ ਕਰ ਦਿੱਤਾ। ਗRAND ਵਾਲੀ ਸਭਾ ਤੇ ਹੁਣ ਬਹੁਤ ਕੁਝ ਥਮੇ ਦੇਖਿਆ ਹੀ ਹੈ ਸਾਰਾ ਕੁਝ ਬਹੁਤ। ਔਰ ਉਹਦੇ 'ਚ ਕੀ ਹੈ? ਵਾਜਾਂ ਦੇ ਦੇ ਕੇ ਵੀ ਸਾਡੇ ਕੋਲ ਸੋਹਣਾ ਲੰਗਰ ਬਣਿਆ ਜੀ। ਤੁਸੀਂ ਸਾਡੇ ਕੋਲ ਆਓ। ਲੰਗਰ ਦਾ ਸਿੱਧਾ ਸਿਧਾਂਤ ਪਤਾ ਕੀ ਹੈ ਲੰਗਰ ਚ ਸਤਗੁਰ ਜੈਰ ਵਰਤਾ ਦੇਣ ਆਪ ਪਹਿਲਾਂ ਸਤਗੁਰ ਨੇ ਛਕਣਾ ਭੋਗ ਲੱਗ ਗਿਆ ਔਰ ਇਹ ਚ ਸ਼ਾਸਤਨ ਵਾਲੀ ਗੱਲ ਵੀ ਨਿਕਲਦੀ ਹੈ ਜਦੋਂ ਕਹਿੰਦੇ ਨੇ ਵੀ ਸ਼ਾਸਤਰ ਜਿਹਨ ਨੂੰ ਲੱਗਦੇ ਮਾੜੇ ਨਹੀਂ ਚੰਗੇ ਲੱਗਦੇ ਸਤਗੁਰ ਨੇ ਸੰਸਾਰ ਚੋਂ ਜਦੋਂ ਸਰੀਰ ਕਾ ਜਾਮਾ ਛੱਡ ਦਿੱਤਾ ਮਹਾਰਾਜ ਨੂੰ ਗੁਰਤਾ ਗੱਦੀ ਦੇ ਦਿੱਤੀ ਗੁਰਗੰਸਾ ਮਹਾਰਾਜ ਨੂੰ ਤੇ ਉਹਨਾਂ ਨੇ ਜਦੋਂ ਫਿਰ ਸਿੱਖਾਂ ਨੇ ਕੋਈ ਭੋਜਨ ਕੋਈ ਸੋਹਣੀ ਚੀਜ਼ ਪੇਸ਼ ਕਰਨੀ ਸਤਗੁਰੂ ਨੇ ਕਿਹਾ ਵੀ ਮੇਰੀ ਜ਼ਬਾਨ ਕਿਰਪਾਨ ਹੈ ਇਹ ਸਵਾਦ ਚੱਖੂਗੀ ਸਤਗੁਰੂ ਨੇ ਉਹ ਭੋਗ ਲੱਗਦਾ ਲੰਗਰ ਦੇ ਵਿੱਚ ਭੋਗ ਜਿਹੜਾ ਸਤਗੁਰੂ ਨੇ ਛਕ ਲਿਆ ਤੇ ਸੇਖੋ ਚ ਸਵਾਦ ਲੱਭਦਾ ਫਿਰ ਵੀ ਮੈਨੂੰ ਇਹ ਚੰਗਾ ਨਹੀਂ ਲੱਗਦਾ ਜਾਂ ਮਾੜਾ ਲੱਗਦਾ ਇਹ ਇਹ ਜਿਹੜੀ ਔਰ ਇਹਨੇ ਕਿੱਡਾ ਕਲੇਸ਼ ਕਰ ਪੈਦਾ ਕੀਤਾ ਵੱਧ ਕੇ ਜੀ ਅਸੀਂ ਪੁਰਾਣੇ ਨੇ ਜਿਵੇਂ ਬਣਾਏ ਅਸੀਂ ਦੂਜਾ ਕੋ ਬਣਾਉਣਾ ਠੀਕ ਬਣਾਓ ਜੀ ਸਤਕੇ ਇਹ ਕੋਈ ਮਾੜੀ ਗੱਲ ਨਹੀਂ ਪਰ ਮੈਨੂੰ ਐ ਲੱਗਦਾ ਕਿ ਜਦੋਂ ਦਿਖਾਵੇ ਲਈ ਸਾਰਾ ਕੁਝ ਸ਼ੁਰੂ ਹੋ ਜਾਂਦਾ ਨਾ ਉਹਦੀ ਨਿਰਮਲਤਾ ਖਤਮ ਹੋ ਜਾਂਦੀ ਔਰ ਜਦੋਂ ਇਹ ਬਿਆਨ ਦੀਪ ਨੇ ਦਿੱਤਾ ਸੀ ਨਾ ਵੀ ਵੈਲੀਡੇਸ਼ਨ ਵਾਸਤੇ ਮਾਨਤਾ ਵਾਸਤੇ ਅਸੀਂ ਲਾਉਂਦੇ ਫਿਰਦੇ ਆ ਉਹ ਬਾਹਰ ਤੇ ਸਾਰਾ ਕੁਝ ਇਦਾਂ ਚੱਲ ਰਿਹਾ ਹੂੰ ਬਾਹਰ ਜੀ ਗੋਰਿਆਂ ਨੂੰ ਬਟ ਕੁਰਸੀਆਂ ਤੇ ਬਿਠਾ ਕੇ ਬੂਟਾਂ ਸਮੇਤ ਉਥੇ ਲੰਗਰ ਚ ਭਾ ਦੇਣਾ ਹੈ ਤੇ ਫਿਰ ਉਹਨਾਂ ਦੇ ਗੱਡੀਆਂ ਪਲੇਟਾਂ ਥਾਲੀਆਂ ਤਿਆਰ ਕਰਕੇ ਵੇਹਾਂ ਉਗਲਿਆਉਣੀਆਂ ਵੀ ਆਸ਼ਕ ਹੋ ਜੀ ਇਹ ਨੌਕਰਾਂ ਵਾਲਾ ਕੰਮ ਹੈ ਔਰ ਨੌਕਰ ਦੇ ਵਿੱਚ ਇੱਕ ਭਾਵ ਹੁੰਦਾ ਇਹ ਸਾਈਕੋਲੋਜੀ ਇਸ ਗੱਲ ਨੂੰ ਮੰਨਦੀ ਹੈ ਉਹ ਕਹਿੰਦੇ ਕਿਸੇ ਨੂੰ ਗੁਲਾਮ ਬਣਾ ਲਿਆ ਨਾ ਕਾਲਿਆਂ ਦੇ ਤੇ ਤਜਰਬੇ ਹੋਏ ਜਦੋਂ ਗੁਲਾਮ ਬਣਾ ਲਿਆ ਉਹਨਾਂ ਨੂੰ ਰੋਜ਼ ਗੋਨੇ ਕੁੱਟਦੇ ਸੀ ਰੋਜ਼ ਜਲੀਲ ਕਰਦੇ ਸੀ ਮਾਰਦੇ ਸੀ ਬਹੁਤ ਜ਼ਿਆਦਾ ਬਿਨਾਂ ਗੱਲ ਤੋਂ ਵੀ ਕਿਸੇ ਰਾਤ ਉੱਠ ਕੇ ਤੇ ਐਵੇਂ ਉਹਨਾਂ ਦੇ ਕੋੜਰੇ ਮਾਰਨੇ ਫਿਲਮਾਂ ਬਣੀ ਪੈਂਖੜ ਪਾਏ ਬਹੁਤ ਬੁਰਾ ਹਾਂ ਹਾਂ ਉਹਨਾਂ ਨੇ ਉਹ ਕਹਿੰਦੇ ਪਰ ਉਹਨਾਂ ਦੇ ਅੰਦਰ ਗੁਲਾਮੀ ਇੰਨੀ ਕਰ ਕਰ ਗਈ ਕਿ ਜਿਹੜਾ ਉਹਨਾਂ ਨੂੰ ਰੋਜ਼ ਕੁੱਟਦਾ ਉਹਦੇ ਮੂੰਹ ਤਾਰੀਫ਼ ਸੁਣਨ ਨੂੰ ਤਰਸਦੇ ਸੀ ਅੱਛਾ ਨੌਕਰ ਦੇ ਮਨ ਦੀ ਦਸ਼ਾ ਹੋਏ ਹੁੰਦੀ ਹੈ ਕਿ ਮਾਲਕ ਜਿਹੜਾ ਜਲੀਲ ਕਰਦਾ ਉਹਨੂੰ ਰੋਜ਼ ਉਹ ਖਾਣਾ ਖਾ ਕੇ ਕਹ ਵੀ ਬਹੁਤ ਸੁਣਾ ਖਾਣਾ ਬਣਾਉਗਾ ਬਹੁਤ ਸਵਾਦ ਆ ਖਾਣਾ ਕਿ ਨੌਕਰ ਦੇ ਮਨ ਦੀ ਦਸ਼ਾ ਹੁੰਦੀ ਹੈ ਸਾਡਾ ਮਨ ਦੀ ਦਸ਼ਾ ਇਹ ਨਹੀਂ ਕਿ ਕੋ ਗੋਰਾ ਆ ਕੇ ਵੀ ਵਾਹ ਜੀ ਸਿੱਖ ਇਨਾ ਲੰਗਰ ਲਾਉਂਦੇ ਨੇ ਮੈਂ ਤਾਂ ਹੈਰਾਨ ਹੋ ਗਿਆ ਗੱਲ ਵੇਖ ਕੇ ਕਿ ਕੋਈ ਫਲਾਣਾ ਕਾਲਾ ਆਖਦੇ ਵੀ ਸਿੱਖ ਤੇ ਬਹੁਤ ਵਧੀਆ ਬੰਦੇ ਨੇ ਮਤਲਬ ਜੇ ਸਾਨੂੰ ਕੋ ਸਾਰੀ ਦੁਨੀਆ ਕੋ ਆਤਵਾਦੀ ਵੀ ਕਹਿ ਦੂਗੇ ਕੀ ਸਾਡੀ ਫਿੱਤੀ ਰਸ ਜੀ ਕੀ ਸਾਨੂੰ ਕਹਦਣਗੇ ਕਿਆ ਨਹੀਂ ਸੱਪ ਦੇ ਬੱਚੇ ਕਹਦਾ ਸਤਗੁਰ ਸਤਗੁਰ ਨੇ ਆਖਿਆ ਭਜੰਗੀ ਨੇ ਹੈ ਸਤਗੁਰ ਨੇ ਕਿਹਾ ਵੀ ਖਾਲਸਾ ਹੀ ਨਾ ਆ ਗਿਆ ਜੇ ਤੁਸੀਂ ਸਭ ਦੇ ਬੱਚੇ ਮੇਰੇ ਪੁੱਤਰ ਉਹ ਕਹਿੰਦੇ ਖਾਲਸਾ ਤੇ ਵੱਡਾ ਨਾ ਆ ਗਿਆ ਕੋਈ ਗੱਲ ਨਹੀਂ ਟੱਕਰੂ ਤੁਹਾਨੂੰ ਅਸੀਂ ਸੰਸਾਰ ਨੇ ਜਦੋਂ ਸਾਡੇ ਤੇ ਟੈਗ ਲਾਏ ਸੰਤਾਂ ਨੂੰ ਕਿਹਾ ਉਹਨਾਂ ਨੇ ਵੀ ਤੁਸੀਂ ਅਤਵਾਦੀ ਉਹ ਕਹਿੰਦੇ ਠੀਕ ਹੈ ਜੀ ਐਦਾਂ ਦੇ ਅਤਵਾਦੀ 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 ਕਹਿ ਲਓ ਅਸੀਂ ਲੋਕਾਂ ਦੇ ਟੈਗਾਂ ਦੀ ਪ੍ਰਵਾਹ ਨਹੀਂ ਕੀਤੀ ਜੀ ਸਿੱਖਾਂ ਨੇ ਕਦੇ ਨਹੀਂ ਕੀਤੀ ਹੈ ਸਿੱਖਾਂ ਨੂੰ ਉਹਨਾਂ ਨੇ ਕਿਹਾ ਵੀ ਇਹ ਕੁੱਤੇ ਨੇ ਦਾਲ ਤਰੀਫਾਂ ਵੀ ਕਰ ਦਿਤੀਆਂ ਸਿੱਖਾਂ ਨੇ ਇਹ ਨਹੀਂ ਕਿਹਾ ਵੀ ਮਤਲਬ ਅਸੀਂ ਮਤਲਬ ਇਹ ਤੁਹਾਡੇ ਟੈਗਾਂ ਦੀ ਪ੍ਰਵਾਹ ਕਰਦੇ ਹਾਂ ਬਿਲਕੁਲ ਭਾਵ ਇਸ ਗੱਲ ਦਾ ਸਿਰਫ ਇੰਨਾ ਹੈ ਕਿ ਜਿੱਦਣ ਮਨ ਚੇ ਮਨਛਾ ਹੈ ਕਿ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਤੇ ਲੰਗਰ ਛਕੋ ਤੇ ਲੰਗਰ ਛਕ ਕੇ ਮੈਂ ਇਦਾਂ ਬੈਠਾ ਹਾਂ ਤੁਹਾਡੇ ਲਿਮੂ ਕਰਕੇ ਵੀ ਹੁਣ ਮੇਰੀ ਤਾਰੀਫ ਕਰੋ ਤੁਸੀਂ ਤੇ ਫਿਰ ਮੇਰਾ ਲੰਗਰ ਲਾਇਆ ਵੀ ਆਰਾਮਦਾ ਤੇ ਤੁਹਾਡਾ ਛਕਿਆ ਵੀ ਇੱਥੇ ਤੇ ਇਹ ਚਾਹੀਦਾ ਵੀ ਭਾਈ ਉਹ ਲੰਗਰ ਹੈ ਤੇ ਨਾ ਛਕਣ ਵਾਲੇ ਦੀ ਜ਼ੁਬਾਨ ਹੈ ਜ਼ਰੂਰਤ ਕਰੇ ਇਸ ਬਾਤ ਚਖਣ ਦਾ ਵਿੱਚੋਂ ਤੇ ਨਾ ਵਰਤੌਣ ਵਾਲੇ ਦੇ ਹੱਥ ਕਰਨਾ ਕੰਨ ਕਰਨਾ ਅੱਖਾਂ ਕਰਨ ਵੀ ਇੱਕ ਸੁਣਨਾ ਨਹੀਂ ਇਹ ਜਿਹੜਾ ਮਾਲਕ ਨਹੀਂ ਛਕ ਲਿਆ ਉਹਦੇ ਪਿੱਛੇ ਬੰਦੇ ਕੌਣ ਹੁੰਦੇ ਯੁਰਤ ਕਰਨ ਵਾਲੇ ਵੀ ਸਵਾਲ ਕਰਦੇ ਨੇ ਤੇ ਸਾਡਾ ਤੇ ਤਾਂ ਵਝਾਵਾਂਗੇ ਕਿ ਕਿਤੇ ਚੱਲ ਜਾਣਾ ਕਿ ਗੁੱਸਾ ਕੀਤਾ ਮੇਰੀ ਗੱਲ ਦਾ ਵੀ ਕਈਆਂ ਨੇ ਪਰ ਮੈਂ ਇਹਦੇ ਸਵਾਲ ਇੰਨਾ ਕੀਤਾ ਵੀ ਭਾਈ ਇਹ ਬੜਾ ਪਵਿੱਤਰ ਸਿਧਾਂਤ ਹੈ ਸਤਗੁਰ ਨੇ ਬਾਦਸ਼ਾਹਾਂ ਨੂੰ ਪੁੰਜੇ ਬਿਠਾਇਆ ਬਿਲਕੁਲ ਅਸੀਂ ਦੇ ਮਤਲਬ ਚੱਕ ਕੇ ਤਖਤ ਲਾਉਣੇ ਸ਼ੁਰੂ ਕਰ ਦਿੱਤੇ ਸੋ ਇਹ ਚੰਗੀ ਗੱਲ ਹੈ ਚਲੋ ਆਪਾਂ ਜਿਹੜੀ ਮੈਨੂੰ ਇੱਥੋਂ ਤੱਕ ਇਦਾਂ ਲੱਗਦਾ ਵੀ ਸਿਧਾਂਤ ਨਹੀਂ ਮਾੜਾ ਸੇਵਾ ਨਹੀਂ ਮਾੜੀ ਕਿਸੇ ਦੀ ਪਰ ਸੇਵਾ ਪਛੇ ਮਨਛਾ ਕੀ ਉਹ ਮਾੜੀ ਹੈ ਪੰਜਾਬ ਦੇ ਵਿੱਚ ਅੱਜ ਕੱਲ ਇੱਕ ਬਹੁਤ ਵੱਡਾ ਮਸਲਾ ਜਿਹੜਾ ਹੈਗਾ ਉਹ ਪੂਰਬੀਆਂ ਵਾਲੇ ਬਹੁਤ ਮੇਂ ਦੇਖ ਰਹੇ ਆ ਫਟੇਕੜ ਸਾਹ ਹੋਇਆ ਸਾਰੇ ਕਿਤੇ ਹੋ ਰਿਹਾ ਲੁਧਿਆਣੇ ਵੀ ਹੋ ਕੇ ਹਟਿਆ ਹਸਤਾਲ ਦੇ ਵਿੱਚ ਤੇ ਮੈਨੂੰ ਇਹਨਾਂ ਸਾਰੀ ਚੀਜ਼ਾਂ ਪਿੱਛੇ ਕਦੇ ਲੱਗਦਾ ਵੀ ਇੱਕ ਜਿਹੜਾ ਪੰਜਾਬ ਦੇ ਵਿੱਚ ਜਮਿਤਰਾ ਬ੍ਰਾਹਮਣਵਾਦ ਦਾ ਗੁਰੂ ਸਾਹਿਬ ਨੇ ਉਸ ਦੇ ਖਿਲਾਫ ਜੰਗ ਲੜੀ ਜੱਟਵਾਦ ਹੈ ਜਿਹੜਾ ਉਹ ਵੀ ਕੁਸ ਦਾ ਬਦਲੇ ਵਰੂਪ ਲੱਗਦਾ ਮੈਨੂੰ ਕਦੇ-ਕਦੇ ਹੋ ਸਕਦਾ ਮੈਂ ਗਲਤ ਹੋਵਾਂ ਇਸ ਤਰ੍ਹਾਂ ਹੁਣ ਜੀਰੀ ਲਾ ਰਹੇ ਆਪਾਂ ਨਾ ਜੀਰੀ ਪੰਜਾਬ ਦੀ ਮੌਤ ਹੈ ਚੋਨਾ ਪਾਣੀ ਹੈ ਫਿਰ ਰੇਸ पे ਜਹਰੀ ਲਾ ਸਾਰਾ ਕੁਝ ਮਤਲਬ ਕਿ ਤਬਾਹ ਕਰ ਰਿਹਾ ਪਾਣੀ ਇਹ ਪਾਣੀ ਫਿਰ ਜੀਰੀ ਲਾਣੇ ਵਾਸਤੇ ਉਹ ਪੂਰਬੀਆਂ ਨੂੰ ਮਤਲਬ ਕਿ ਹਾਰ ਪਾ ਕੇ ਲਿਆਇਆ ਜਾ ਉੱਥੇ ਬਸਾਂ ਜਾਂ ਸਾਰਾ ਕੁਝ ਕਰਾਂ ਤੇ ਮਤਲਬ ਕਿ ਅਜੀਬ ਕਿਸਮ ਕੀ ਇੱਕ ਚੀਜ਼ ਪੈਦਾ ਹੋ ਗਈ ਹੈ ਸਾਰੇ ਕਾਸੇ ਦੇ ਵਿੱਚ ਜਿੰਨੇ ਤੇ ਮੈਂ ਬਾਤ ਕਰਾਂ ਆਪਣੇ ਇਸਾਈ ਮਤਕਾ ਜਿਹੜਾ ਪ੍ਰਭਾਵ ਹੈ ਉਸ ਵਿੱਚ ਬਹੁਤ ਸਾਰਾ ਇਹ ਰੋਲਾ ਪੈਂਦਾ ਕਿ ਗੁਰਦੁਆਰਿਆਂ ਕੇ ਉੱਪਰ ਬਹੁਤ ਗਿਣਤੀ ਤੇ ਜੱਟਵਾਦ ਦਾ ਕਬਜ਼ਾ ਹੈ ਤੇ ਉੱਥੇ ਉਹਨਾਂ ਬੰਦਿਆਂ ਨੂੰ ਅਹਿਸਾਸ ਨਹੀਂ ਹੁੰਦਾ ਇੱਕ ਬਰਾਬਰੀ ਵਾਲਾ ਤੇ ਜਦੋਂ ਕੋਈ ਹੋਰ ਕਹਦੇ ਆ ਵੀ ਆਜੋ ਬਰਾਬਰੀ ਵਾਲਾ ਤਾਂ ਉਧਰ ਨੂੰ ਚਲੇ ਜਾਂਦੇ ਇਹ ਸਾਰਾ ਕੁਝ ਬੜਾ ਇੱਕ ਹੋ ਗਿਆ ਗੁੰਝਲਦਾਰ ਨਹੀਂ ਇਹਦੇ 'ਚ ਨਾ ਦੋ ਚੀਜ਼ਾਂ ਇੱਕ ਜਿਹੜਾ ਵਾਦ ਹੈ ਨਾ ਵਾਦ ਦੇ ਪਿੱਛੇ ਬੜਾ ਕੁਝ ਲੁਕਿਆ ਹੁੰਦਾ ਵਾਦ ਦਾ ਭਾਵ ਹੈ ਵੀ ਇੱਕ ਬਹੁਤ ਤਕੜਾ ਸੰਗਠਨ ਕੋਈ ਗ੍ਰੰਥ ਹੋਵੇ ਜਿਵੇਂ ਮਨੁਸਮ੍ਰਿਤੀ ਹੈ ਮਾਨਸਿਕਤਾ ਵਾਲੀ ਬਾਤ ਕਰ ਸਕਾਂ ਹਾਂ ਹੁਣ ਹੋਇਆ ਕੀ ਹੈ ਪਿਛਲੇ ਲੰਬੇ ਸਮੇਂ 'ਚ ਜੇ ਤੇ ਆਪਾਂ ਡਾਟੇ ਦੀ ਗੱਲ ਕਰੀਏ ਤੇ ਪੰਜਾਬ ਸਭ ਤੋਂ ਵੱਧ ਜ਼ੁਲਮ ਜਟਾਂ ਦੇ ਹੋਇਆ ਮਤਲਬ ਭਾਵੇਂ 84 ਦਾ ਕਰ ਲੀਏ ਜਾਂ ਪਹਿਲਾ ਦਾ ਕਰ ਲੀਏ ਪੰਜਾਬੀ ਮੋਰਚੇ ਦਾ ਕਰ ਲੀਏ ਧਰਮ ਯੁੱਧ ਮੋਰਚੇ ਦਾ ਕਰ ਲੀਏ ਬਹੁਤ ਜਿੰਮੇਦਾਰਾਂ ਦੇ ਜ਼ੁਲਮ ਵੀ ਹੋਇਆ ਪਰ ਉਹਨਾਂ ਨੇ ਜਦੋਂ ਕਿਸੇ ਨੂੰ ਪੇਸ਼ ਕਰਨਾ ਸੀ ਉਹਨਾਂ ਨੇ ਜ਼ਿੰਮੇਦਾਰ ਨੂੰ ਅੱਗੇ ਲਿਆਂਦਾ ਹੁਣ ਦੇਖੋ ਜਿਹੜੇ ਪਾਸਟਰ ਨੇ ਜਿਹੜੇ ਮਗਰ ਲੱਗੇ ਉਹ ਨਹੀਂ ਉਹਨੂੰ ਪਤਾ ਕੌਣ ਨਹੀਂ ਜਿਹੜੇ ਗੱਡੀ ਲਾਏ ਨੇ ਉਹ ਜਟਾਂ ਜੁਗੜਗੜ ਲਾਏ ਕੋਈ ਦਿਓਲ ਬਣਿਆ ਕੋਈ ਫਲਾਣਾ ਬਣਿਆ ਉਹ ਕਿਉਂ ਕਿਉਂਕਿ ਇੱਥੇ ਕਨਫਲਿਕਟ ਖੜਾ ਕਰਨਾ ਸੀ ਸਤਗੁਰ ਨੇ ਬਹੁਤ ਵੱਡੀ ਝੋਟ ਮਾਰੀ ਸਾਰਾ ਕੁਝ ਰਿਵਰਸ ਹੋ ਗਿਆ ਪੁੱਠਾ ਪੈ ਗਿਆ ਜਿਹਾ ਤਾਂ ਉਲਟੀਆਂ ਪੋੜੀਆਂ ਹੋ ਗਏ ਜਿਹਨਾਂ ਨੂੰ ਥੱਲੇ ਰੱਖਦੇ ਸੀ ਉੱਤੇ ਆ ਗਏ ਜਿਹੜੇ ਉੱਤੇ ਸੀ ਉਹ ਥੱਲੇ ਜਾਵੜੇ ਹੈ ਬ੍ਰਾਹਮਣ ਬਾਣੀਆਂ ਨੇ ਪੰਜਾਬ 'ਚ ਇਹੋ ਕੁਝ ਹੋਇਆ ਕੋਈ ਖਮਾਉਂਦਾ ਆਪਣੇ ਆਪ ਨੂੰ ਬ੍ਰਾਹਮਣ ਇੱਥੇ ਆਪਾਂ ਕਹਿੰਦੇ ਨੇ ਉਹ ਹੀ ਬ੍ਰਾਹਮਣ ਹੈ ਨਾ ਇਹ ਇੱਕ ਆਮ ਕਹਾਵਤ ਬਣ ਗਈ ਪਰ ਉਹਦੇ ਵਿੱਚ ਵੀ ਸਤਿਗੁਰ ਨੇ ਇਹ ਵੀ ਆਖਿਆ ਉਹਨਾਂ ਨੇ ਹੀ ਆਵਾਜ਼ ਦਿੱਤੀ ਜੋ ਖੰਡੇ ਵੱਡੇ ਦਾ ਅਮਰ ਤਿਆਰ ਕੀਆ ਕਿਸੇ ਨੂੰ ਨਹੀਂ ਛੱਡਿਆ ਸਾਰਿਆਂ ਨੇ ਗੁਰੂ ਨੇ ਆਵਾਜ਼ ਦਿੱਤੀ ਹੁਣ ਹੋਇਆ ਕੀ ਹੈ ਵੀ 47 ਤੋਂ ਬਾਅਦ ਜਦੋਂ ਇਹ ਸਾਰਾ ਕੁਝ ਬਦਲਿਆ ਤਾਮਝਾਵ ਇੱਥੇ ਉਹਨਾਂ ਨੇ ਜਾਤ ਨੂੰ ਆਫੀਸ਼ੀਅਲੀ ਪਛਾਣ ਲਿਆ ਰੈਕੋਗਨਾਈਜ਼ ਕਰ ਲਿਆ ਵੀ ਇਹ ਜਾਤ ਹੈਗੀ ਆ ਹੁਣ ਉਹਦੇ ਆਧਾਰ ਦੇ ਉੱਤੇ ਜਿਹੜਾ ਸੀ ਔਰ ਵਖਰੇਵਾ ਤੇ ਹੈਗਾ ਹੀ ਹੈ ਇਹਦੇ ਵਿੱਚ ਕੋਈ ਦੋਰ ਨਹੀਂ ਜੇ ਕੋਈ ਬੰਦਾ ਮੁਕਰੇ ਵੀ ਜਾਤ ਦਾ ਕੋਈ ਵਖਰੇਵਾ ਨਹੀਂ ਇੱਥੇ ਵਖਰੇਵੇਂ ਮ ਪੈਦਾ ਕਿਨੇ ਕੀਤਾ ਇਹ ਸਵਾਲ ਸਿੱਖੀ ਨੇ ਤੇ ਇਹਦਾ ਬੜਾ ਵਿਰੋਧ ਕੀਤਾ ਮਹਾਰਾਜ ਨੇ ਤੇ ਵੀ ਕਿਹਾ ਵੀ ਮਤਲਬ ਇਹ ਇਹ ਫਿਰ ਇਹ ਜਿਹੜੇ ਇੱਕ ਬਾਟੇ 'ਚ ਨਹੀਂ ਅੰਮ੍ਰਿਤ ਛਕਣਾ ਚਾਹੁੰਦੇ ਇਹਨਾਂ ਸਾਡਾ ਕੀ ਸਬੰਧ ਹੋ ਸਕਦਾ ਕੋਈ ਸਬੰਧ ਨਹੀਂ ਸਾਡਾ ਗੁਰ ਨੇ ਦਰਕਾਰਾ ਕਿ ਕੱਢੇ ਨਹੀਂ ਉਹ ਸਾਰੇ ਪਰ ਅੱਜ ਦੇ ਸਮੇਂ ਦੇ ਵਿੱਚ ਕੋਜ ਤੇ ਇੱਥੇ ਵਿਤਕਰਾ ਹੈ ਪਰ ਸਭ ਤੋਂ ਵੱਡਾ ਪ੍ਰੋਪਾਗੈਂਡਾ ਹੈ ਜਦੋਂ ਆਪਾਂ ਕਹਿੰਦੇ ਨਾ ਕੋਈ ਯੂਨੀਵਰਸਲ ਆਇਡੈਂਟੀਟੀ ਦੀ ਗੱਲ ਹੈ ਕੰਬਰੇਲਾ ਟਰਮ ਖੜੀ ਕਰਨੀ ਹੈ ਕੋ ਛਤਰੀ ਵਾਲੀ ਹੁਣ ਦਲਿਤ ਸ਼ਬਦ ਹੈ ਜਿਹੜਾ ਉਹ ਸ਼ਬਦ ਪ੍ਰੋਬਲੈਮੈਟਿਕ ਕਿਉਂ ਬਣ ਗਿਆ ਉਹ ਇਸ ਕਰਕੇ ਪ੍ਰੋਬਲੈਮੈਟਿਕ ਬਣ ਗਿਆ ਦਲਿਤ ਸ਼ਬਦ ਮੁਸ਼ਕਲ ਆਲਾ ਵੀ ਯੂਪੀ ਦੇ ਵਿੱਚ ਜਿਹੜਾ ਦਲਿਤ ਹੈ ਬਿਹਾਰ 'ਚ ਜਿਹੜਾ ਦਲਿਤ ਹੈ ਰਾਜਸਥਾਨ 'ਚ ਜਿਹੜਾ ਦਲਿਤ ਹੈ ਉਹਦੀ ਦਸ਼ਾ ਬਹੁਤ ਮਾੜੀ ਹੈ ਔਰ ਪੰਜਾਬ ਦੇ ਵਿੱਚ ਜਿਹੜਾ ਹੈ ਉਹਦੀ ਨਹੀਂ ਮਾੜੀ ਪਰ ਜਦੋਂ ਇੱਕ ਕੜੀ ਜੋੜ ਲੈਂਦੇ ਨਾ ਆਪਾਂ ਵੀ ਸਾਰੇ ਇੱਕ ਹਾਂ ਉਦੋਂ ਫੇ ਸਾਰੇ ਇੱਕ ਦੂਜੇ ਦੀਆਂ ਮੁਸ਼ਕਲਾਂ ਨੂੰ ਆਪਣੀ ਸਮਝਣ ਲੱਗ ਪੈਂਦੇ ਆ ਪੰਜਾਬ 'ਚ ਪਿਛਲੇ ਸਮੇਂ 'ਚ ਕੀ ਹੋਇਆ ਵੀ ਜੇ ਤੁਸੀਂ ਡਾਟਾ ਕੱਢ ਲਓ ਤੇ ਬਹੁਤ ਘੱਟ ਐਂਟੀ ਦਲਤ ਕ੍ਰਾਈਮ ਹੋਏ ਆ ਬਹੁਤ ਘੱਟ ਰੇਅਰਲੀ ਕਿਤੇ ਹੋਏ ਉਹਦੇ ਚ ਵੀ ਕੀ ਅੱਗੇ ਸੱਚਾਈ ਕੀ ਨਹੀਂ ਆ ਪਹੁੰਚ ਨਹੀਂ ਜਾਂਦੇ ਆ ਬਸ ਮੰਨ ਲੀਏ ਵੀ ਜਿੰਨੇ ਹੋਏ ਜੈਨੂਨੀ ਆ ਸਾਰੇ ਸਾਰੇ ਸਹੀ ਆ ਪਰ ਪ੍ਰੋਪਾਗੈਂਡਾ ਜੇ ਖੱਬੇ ਪੱਖੀਆਂ ਨੇ ਕਰਨਾ ਤੇ ਉਹਨਾਂ ਨੇ ਕਹਣਾ ਪੰਜਾਬ ਚ ਜਾਤੀਵਾਦ ਬਹੁਤ ਹੈ ਜੀ ਜੇ ਕਿਸੇ ਨੇ ਕਰਨਾ ਤੋਂ ਪੰਜਾਬ ਚ ਬਹੁਤ ਕੁਝ ਹੈ ਹਾਲਾਂਕਿ ਜਾਤੀਵਾਦ ਕਿੱਥੇ ਨਿਕ ਪੈਦਾ ਹੋ ਰਿਹਾ ਮੈਨੂੰ ਅੱਜ ਤੱਕ ਉਹ ਗੁਰੂ ਘਰ ਨਹੀਂ ਲੱਭਾ ਜਿਹੜਾ ਗੁਰੂ ਘਰ ਹੋਵੇ ਜਿੱਥੇ ਪੁੱਛਣਾ ਜਾਂਦਿਆਂ ਪੁੱਛਿਆ ਜਾਂਦਾ ਵੀ ਤੁਹਾਡੀ ਜਾਤ ਕੀ ਹੈ ਜੀ ਜਿੱਥੇ ਵਿਤਕਰਾ ਕੀਤਾ ਜਾਂਦਾ ਹੋਵੇ ਵਿਤਕਰਾ ਕਮੇਟੀਆਂ 'ਚ ਜ਼ਰੂਰ ਹੈਗਾ ਹੁਣ ਕਮੇਟੀ ਦੇ ਵਿੱਚ ਤੇ ਅਸੀਂ ਆਪ ਪਰੇਸ਼ਾਨ ਆ ਵੀ ਜਿਹੜਾ ਮੋਨਾ ਕੋਨਾ ਬੰਦਾ ਹੈ ਸ਼ਰਾਬੀ ਹੈ ਮੜੀ ਹੈ ਉਹਦਾ ਕਮੇਟੀ 'ਚ ਕੀ ਕੰਮ ਹੈ ਔਰ ਜਿਹੜਾ ਬੰਦਾ ਆਪ ਗੁਰੂ ਦੇ ਆਸ਼ੀਂ 'ਚ ਚੱਲ ਰਿਹਾ ਉਹ ਕਿਸੇ ਨੂੰ ਜਾਤੀ ਵਿਤਕਰਾ ਕਰਦਾ ਹੋਵੇ ਤੇ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਅਸੀਂ ਤਾਂ ਕਹਿੰਦੇ ਵੀ ਅਸੀਂ ਤਾਂ ਗੁਰੂ ਘਰ ਉਹਨਾਂ ਕੋਲ ਜਾਦ ਕਰਾਉਣੇ ਪਰ ਸਾਨੂੰ ਮੈਨੂੰ ਐ ਲੱਗਦਾ ਵੀ ਜਿਹੜਾ ਅੱਜ ਦੇ ਸਮੇਂ 'ਚ ਜਿਹੜਾ ਉਧਰ ਜਾਣਾ ਅਸਾਈਆਂ ਹਲ ਇਹ ਜਾਤੀ ਪਾਤੀ ਮਸਲਾ ਨਹੀਂ ਹੈਗਾ। ਹੂੰ। ਪੰਜਾਬ ਦੇ ਵਿੱਚ ਪਹਿਲਾਂ ਤੇ ਇਹ ਝੂਠਾ ਪ੍ਰਭਾਵ ਖੜਾ ਕੀਤਾ ਕਿ ਵਿਤਕਰਾ ਬਹੁਤ ਵੱਡਾ ਹੈ। ਇਹ ਝੂਠਾ ਪ੍ਰਭਾਵ ਹੈ। ਦੂਜਾ ਮੈਂ ਕਹਿੰਨਾ ਵੀ ਮੌਜੂਦਾ ਸਮੇਂ ਦੇ ਵਿੱਚ ਵਿਤਕਰਾ ਹੁੰਦਾ ਵੀ ਹੋਵੇ। ਸਤਿਗੁਰ ਨੇ ਕੀਤਾ ਵਿਤਕਰਾ? ਹੂੰ। ਬੰਦਿਆਂ ਨੇ ਕੀਤਾ ਨਾ। ਬਿਲਕੁਲ। ਤੇ ਸਤਿਗੁਰ ਨੂੰ ਧੋਖਾ ਦੇ ਕੇ ਕਿਉਂ ਜਾਣਾ ਫਿਰ? ਅਸੀਂ ਜੰਗ ਕਿਉਂ ਨਹੀਂ ਲੜਦੇ? ਆ ਸਾਨੂੰ ਸਤਿਗੁਰ ਨੇ ਸ਼ਸਤਰ ਘੱਟ ਬਖਸ਼ੇ। ਕਿ ਸਾਨੂੰ ਸਤਿਗੁਰੂ ਨੇ ਕੋਈ ਹੁਕਮ ਵਖਰਾ ਲਾ ਦਿੱਤਾ ਵੀ ਤੁਸੀਂ ਵਖਰਾ ਮੰਨਣਾ ਅਸੀਂ ਵਖਰਾ ਮੰਨਣਾ ਸੋ ਇਸ ਕਰਕੇ ਜਿੱਥੇ ਵਿਤਕਰਾ ਹੁੰਦਾ ਵਾ ਗੁਰੂ ਦਾ ਹੁਕਮ ਉੱਥੇ ਲਾਗੂ ਹੋਣਾ ਚਾਹੀਦਾ ਔਰ ਪਰ ਇਹਦੀ ਆੜ ਦੇ ਵਿੱਚ ਪੰਜਾਬ 'ਚ ਆਪਾਂ ਉਹ ਮਾਹੌਲ ਨਾ ਖੜਾ ਕਰੀਏ ਜਿਹੜੇ ਮਾਹੌਲ ਨੇ ਅੱਗੇ ਵੀ ਸਾਡਾ ਆਪਸੀ ਨੁਕਸਾਨ ਕਰਾਇਆ ਉਹਨਾਂ ਸਾਈਆਂ ਨੇ ਕੀ ਕੀਤਾ ਜਿਨ੍ਹਾਂ ਨੇ ਦੁਨੀਆ ਦੇ ਉੱਤੇ ਰੰਗ ਦੇ ਆਧਾਰ ਤੇ ਵਿਤਕਰਾ ਕੀਤਾ ਹੋਵੇ ਮਸਾਲਾਂ ਖੜੀਆਂ ਕਰ ਦਿੱਤੀਆਂ ਹੁਣ ਕਤਲੀਆਂ ਆਉਂਦੀਆਂ ਹੈ ਛੋੜੇ ਛੋੜੇ ਬੱਚੇ ਮਾਰ ਦਿੱਤੇ ਹੁਣ ਕਿਚ ਮਾਫੀ ਵੀ ਮੰਗੀ ਤੇ ਮਾਪਿਓ ਬੱਚੇ ਮਤਲਬ ਹੋਣ ਵੀ ਜਿਹੜੇ ਸਰੀਰਕ ਸ਼ੋਸ਼ਣਾਂ ਦੀ ਖਬਰਾਂ ਢਾਈ ਢਾਈ ਲੱਖ ਬੱਚਿਆਂ ਨਾਲ ਕੋਈ ਛੋਟੀ ਜੀ ਗੱਲ ਹੈ ਢਾਈ ਲੱਖ ਬੱਚਿਆਂ ਨਾਲ ਸਰੀਰਕ ਸ਼ੋਸ਼ਣ ਹੋ ਜਾਵੇ ਯੂਰਪ ਦੇ ਵਿੱਚ ਉਹ ਬੰਦੇ ਇੱਥੇ ਆਣ ਕੇ ਕਹਿ ਰਹੇ ਵੀ ਅਸੀਂ ਤੁਹਾਨੂੰ ਬਰਾਬਰਤਾ ਦੇਵਾਂਗੇ ਮੇਰਾ ਇੱਕੋ ਹੀ ਸਵਾਲ ਹੁੰਦਾ ਪੋਪ ਅੱਜ ਤੱਕ ਕੋ ਕੋ ਬਣਿਆ ਜਿਹੜਾ ਗੋਰਾ ਨਾ ਹੋਵੇ ਜਾਂ ਬਣ ਸਕਦਾ ਅੱਗੇ ਸਾਰੇ ਗੋਰੇ ਬਾਣੀ ਨਹੀਂ ਸਕਦਾ ਅੱਗੇ ਉਹਨਾਂ ਆਪਣਾ ਸ਼ਹਿਰ ਬਣਾ ਲਿਆ ਮਗਰ ਉਹਦੇ ਤੇ ਕਿਸ ਨੂੰ ਵੜਦੇ ਨਹੀਂ ਕੋਈ ਦੂਜੇ ਬੰਦੇ ਨੂੰ ਔਰ ਇੱਥੇ ਆਣ ਕੇ ਕ੍ਰਿਸਚੀਅਨਿਟੀ ਇੱਕ ਟੂਲ ਬਣਿਆ ਰਿਹਾ ਇੱਕ ਸਾਧਨ ਬਣਿਆ ਰਿਹਾ ਕੌਮਾਂ ਨੂੰ ਗੁਲਾਮ ਕਰਨ ਦਾ ਜੇ ਕੋਈ ਜਾਤ ਪਾਤ ਨੂੰ ਖਤਮ ਕਰ ਸਕਦਾ ਤੇ ਉਹ ਸਿੱਖੀ ਹੈ ਔਰ ਸਿੱਖੀ ਨੇ ਕਰਕੇ ਦਿਖਾਇਆ ਮਹਾਰਾਜ ਨੇ ਬਰਾਬਰ ਬਿਠਾ ਕੇ ਦਿਖਾਇਆ ਬੰਦੇ ਔਰ ਨੀਵੇਂ ਨੂੰ ਉੱਚੇ ਕਰਕੇ ਦਿਖਾਇਆ ਉੱਚੇ ਨੂੰ ਨੀਵੇਂ ਕਰਕੇ ਬਿਠਾਇਆ ਇਹ ਸਤਗੁਰ ਦਾ ਹੁਕਮ ਚੱਲਿਆ ਇਸ ਧਰਤੀ ਦੇ ਉੱਤੇ ਹੁਣ ਬ੍ਰਾਹਮਣ ਨੇ ਇੱਕ ਬੜੀ ਸਾਜ਼ਿਸ਼ ਰਚੀ ਬ੍ਰਾਹਮਣ ਨੇ ਕਿਉਂਕਿ ਇੱਥੇ ਜੱਟਾਂ ਦੀ ਡੋਮਿਨੈਂਸ ਇਦਾਂ ਤਾਂ ਨਹੀਂ ਪੈਦਾ ਹੋਗੀ ਇਦਾਂ ਤਾਂ ਨਹੀਂ ਹੁਣ ਬਰਾਣਾ ਦਾ ਮਹਾਰਾਜ ਨੇ ਜਫਰਨਾਮੇ 'ਚ ਵੀ ਜ਼ਿਕਰ ਕੀਤਾ ਇਹ ਨਹੀਂ ਹੁੰਦਾ ਵੀ ਤੁਸੀਂ ਆਪਣੀ ਹਸਤੀ ਨੂੰ ਖਤਮ ਕਰਨਾ ਜਿੱਦਾਂ ਸਾਡੇ ਲਈ ਤੇ ਇਹ ਜ਼ਰੂਰੀ ਹੈ ਵੀ ਅਸੀਂ ਊਚ ਨੀਚਤਾ ਨੂੰ ਖਤਮ ਕਰ ਦੇਣਾ ਜੇ ਕੋਈ ਕਹਵੇ ਵੀ ਭਾਈ ਮੈਂ ਰੰਗਰੇਟਾ ਸਿੱਖਿਆ ਵਧੀਆ ਗੱਲ ਹੈ ਇੱਕ ਪਛਾਣ ਹੈ ਸਤਿਗੁਰ ਦੇ ਸਾਰੀ ਫਲਵਾੜੀ ਦੇ ਵਿੱਚ ਫੁੱਲ ਨੇ ਵਖੇ ਵਖੇ ਜੇ ਕੋਈ ਕਹਦੂ ਕਿ ਮੈਂ ਜਾਣਾ ਸਕੇਂ ਕਿ ਅਖਰ ਆ ਜੂਗੀ ਆਖਰ ਕੋਈ ਨਹੀਂ ਪਰ ਉੱਥੇ ਇੱਕ ਧਰ ਨੂੰ ਜਾਲਮ ਬਣਾ ਕੇ ਪੇਸ਼ ਕੀਤਾ ਜਾਂਦਾ ਔਰ ਦੂਜੀ ਕੌਣ ਹੈ ਦੇਖੋ ਕੇ ਪੀ ਐਸ ਗਿੱਲ ਜਟਾਂ ਜੀ ਆਉਂਦਾ ਕੋਈ ਜੱਟ ਉੱਠ ਕੇ ਅਜੇ ਤੱਕ ਕਹਿੰਦਾ ਸੁਣਿਆ ਤੁਸੀਂ ਵੀ ਕੇ ਪੀ ਐਸ ਗਿੱਲ ਗੇਲਾਂ ਨੇ ਕਦੀ ਤੁਹਾਨੂੰ ਆਣ ਕੇ ਕਿਹਾ ਵੀ ਸਾਡਾ ਵੀ ਗਿੱਲ ਭਰਾ ਵਾ ਤੇ ਤੁਸੀਂ ਮਾੜਾ ਨਾ ਬੋਲਿਆ ਕਰੋ ਬੇੰਤ ਸੌਣ ਜਾਟੀ ਸੀ ਤੇ ਜਿਹੜੇ ਸੋਧਣ ਵਾਲੇ ਉਹ ਵੀ ਤਰੇ ਫਿਰਦੇ ਸੀ ਉਧਰ ਨੂੰ ਸੁੱਕੇ ਤੇ ਨਾ ਕਿਤੇ ਇੱਥੇ ਇੱਕ ਮੈਂ ਕਹਿੰਦਾ ਦੋਵੇਂ ਚੀਜ਼ਾਂ ਮਾੜੀਆਂ ਜਾਤ ਦਾ ਅਹੰਕਾਰ ਮਾੜਾ ਤੇ ਹੀਣਤਾ ਵੀ ਬਹੁਤ ਮਾੜੀ ਅਹੰਕਾਰ ਤੇ ਜਿਹੜਾ ਵਾ ਉਹ ਤੇ ਭੰਨਿਆ ਜਾ ਸਕਦਾ ਹੀਣਤਾ ਦਾ ਕੀ ਕਰੋਗੇ ਤੁਸੀਂ ਹੂੰ ਅਿੱਥੇ ਹੁਣ ਸਿੰਘ ਆਉਂਦੇ ਨੇ ਸਾਨੂੰ ਨਹੀਂ ਪਤਾ ਵੀ ਕੌਣ ਕਿਹੜੀ ਜਾਤ ਦਾ ਨਾ ਅਸੀਂ ਪੁੱਛਨੇ ਕੋਈ ਪੇਪਰ ਥੋੜੀ ਲਾਤਾ ਸਰਟੀਫਿਕੇਟ ਵੀ ਇਹਨਾਂ ਨੂੰ ਪੁੱਛਣਾ ਔਰ ਅਸੀਂ ਇਹ ਗੱਲ ਕਹਿਨੀ ਆ ਵੀ ਬੰਦਾ ਜਿਹੜਾ ਕਾਬਲ ਹੋਊਗਾ ਉਹ ਅੱਗੇ ਆਜੂ ਸਾਰੇ ਸਾਰੀਆਂ ਚੀਜ਼ਾਂ ਲੰਘ ਕੇ ਤੇ ਜਿਹੜਾ ਨਾ ਕਾਬਲ ਹੋਇਆ ਤੇ ਉਹ ਭਾਵੇਂ ਆਪਣੇ ਜੱਟ ਵਾਲੀ ਜਿਹੜੇ ਸਰਟੀਫਿਕੇਟ ਚੁੱਕੀ ਫਿਰੇ ਵੀ ਮੈਂ ਫਲਾਣਾ ਵਾਂ ਮੈਂ ਬ੍ਰਾਹਮਣ ਆ ਮੈਂ ਜੱਟ ਆ ਮੈਂ ਖੱਤਰੀ ਆ ਇੱਥੇ ਕੁਝ ਨਹੀਂ ਇੱਥੇ ਮਹਾਰਾਜ ਨੇ ਸਾਰਿਆਂ ਨੂੰ ਬਰਾਬਰਤਾ ਦੇ ਦਿੱਤੀ ਹੈ ਪਰ ਆਪਾਂ ਪ੍ਰੋਪਾਗੈਂਡ ਦੇ ਜਲੀ ਫਸਣਾ ਆਪਾਂ ਆਪਣੀਆਂ ਮੁਸ਼ਕਲਾਂ ਦਾ ਹੱਲ ਜ਼ਰੂਰ ਕਰਨਾ ਜਿੱਥੇ ਕੋਈ ਵਿਤਕਰਾ ਹੁੰਦਾ ਅਸੀਂ ਤੇ ਆਪਣੇ ਤੌਰ ਤੇ ਜੋਗਸ਼ ਹੁੰਦਾ ਕਰੀਦਾ ਪਰ ਅਸੀਂ ਆਪਣੀ ਇਹਨਾਂ ਆਪਸੀ ਮਸਲਿਆਂ ਨੂੰ ਕਾਮਰੇਡਾਂ ਦਾ ਐਕਟਿਵਿਜ਼ਮ ਨਹੀਂ ਬਣ ਦੇਣਾ ਉਹ ਐਕਟਿਵਿਜ਼ਮ ਕਿਹੜਾ ਵਾ ਵੀ ਨਾਰਾ ਲਾ ਦੇਣਾ ਪ੍ਰੋਪੋਗੈਂਡਾ ਕਰ ਲੈਣਾ ਕਰਨਾ ਕੁਛ ਨਹੀਂ ਰਾਜਸਥਾਨ ਚ ਯਾਦ ਠੀਕ ਕਰ ਲਈ ਉਹਨਾਂ ਨੇ ਘੋੜੀ ਚੜ੍ਹਦੇ ਉੱਤੇ ਬੰਦਾ ਮਾਰ ਦੇਣਾ ਤੇ ਇੱਥੇ ਤੇ 사ਤਗੁਰ ਨੇ ਘੋੜਿਆਂ ਵਾਲੇ ਬਣਾਤਾ ਸਾਰਿਆਂ ਨੇ ਮੁੱਛਾ ਰੱਖਣ ਤੇ ਬੰਦਾ ਮਾਰ ਦੇਣਾ 사ਤਗੁਰ ਨੇ ਕਿਹਾ ਮੁੱਛਾ ਕਿਉਂ ਕਢੀ ਦਾੜੇ ਪ੍ਰਕਾਸ਼ ਕਰੋ ਵੱਡੇ ਵੱਡੇ ਸ਼ਸ਼ਤਰ ਰੱਖਣ ਤੇ ਬੰਦਾ ਮਾਰ ਦੇਣਾ ਇੱਥੇ ਸ਼ਸ਼ਤਰ ਦਾ ਹੁਕਮ ਦਿੱਤਾ ਵੀ ਜਿਹੜਾ ਨਹੀਂ ਰੱਖਦਾ ਸਮ ਉਹਦੀ ਸੌੜ ਲਾਓ ਕਿਤੇ ਵੀ ਜਿਹੜਾ ਕੋ ਸੇਕੋ ਖੇਤਰ ਨਾਲ ਰੱਖੇ ਉਹਦਾ ਵਿਰੋਧ ਹੋਣਾ ਚਾਹੀਦਾ ਤੇ ਉਥੇ ਜਿੱਥੇ ਮੁਸ਼ਕਲ ਹੈ ਜਾਤ ਪਾਤ ਦੀ ਉਥੇ ਤੁਸੀਂ ਸੁਣਿਆ ਕੋਈ ਜਾ ਕੇ ਕਾਮਰੇਡਾਂ ਨੇ ਮੋਰਚਾ ਲਾਇਆ ਉਤਰਨਾ ਕੋਈ ਨਹੀਂ ਲਾਉਂਦਾ ਪੰਜਾਬ ਦੇ ਵਿੱਚ ਕਿਉਂ ਔਰ ਇਹ ਨਾ ਦੁਨੀਆ ਭਰ ਦੇ ਉਤੇ ਇੱਕ ਫੈਨੋਮਨਾ ਵਾਪਰਿਆ ਵੀ ਉਹ ਕਹਿੰਦੇ ਵੀ ਜਿਹੜਾ ਲੈਫਟ ਹੈ ਲੈਫਟ ਨੂੰ ਚਾਹੀਦੇ ਆ ਪਰਫੈਕਟ ਵਿਕਟਮ ਪਾਵ ਸੰਪੂਰਨ ਕਿਸਮ ਦੇ ਜਿਹੜੇ ਲਤਾੜੇ ਹੋਏ ਲੋਕ ਉਹ ਖੱਬੇ ਪੱਖੀ ਕੀ ਕਹਿੰਦੇ ਆ ਵੀ ਤੁਸੀਂ ਕੁੱਟ ਖਾਓ ਕੋਟਖਾ ਗੀ ਲੰਮੇ ਪੈਜੋ ਲੰਮੇ ਪੈ ਕੇ ਸਾਨੂੰ ਆਵਾਜ਼ ਦਿਓ ਵੀ ਆਓ ਜੀ ਇਨਕਲਾਬ ਲੈ ਕੇ ਆਓ ਹੁਣ ਤੇ ਜਦੋਂ ਤੁਸੀਂ ਇਦਾਂ ਕੂਕੋਗੇ ਉਦੋਂ ਅਸੀਂ ਆਵਾਂਗੇ ਤੇ ਅਸੀਂ ਤੁਹਾਨੂੰ ਇਨਕਲਾਬ ਲਿਆ ਕੇ ਦਵਾਂਗੇ ਹੁਣ ਸਿੱਖ ਕਹਿੰਦਾ ਵੀ ਡਿੱਗਦੇ ਪਏ ਆਂ ਕੁੱਟ ਖਾ ਰਹੇ ਆਂ ਤੁਹਾਡੇ ਗਾੜੀ ਕੂਕ ਲਈਏ ਕੂਕ ਸਤਗੁਰੂ ਅੱਗੇ ਲਾਵਾਂਗੇ ਤੇ ਸਤਗੁਰੂ ਨੇ ਸ਼ੈਤਾਨ ਵੀ ਬਖਸ਼ਿਆ ਅਸੀਂ ਪਰਫੈਕਟ ਵਿਕਟਮ ਬਣਦੇ ਨਹੀਂ ਔਰ ਖੱਬੇ ਪੱਖੀਆਂ ਦੀ ਸਭ ਤੋਂ ਵੱਡੀ ਮੁਸ਼ਕਲ ਇਹ ਆ ਵੀ ਉਹਨਾਂ ਨੂੰ ਇਹ ਗੱਲ ਬਹੁਤ ਤੰਗ ਕਰਦੀ ਵੀ ਇਨਕਲਾਬ ਦਾ ਠੇਕਾ ਅਸੀਂ ਚੁੱਕੀ ਫਿਰਦੇ ਆਂ ਸੰਸਾਰ ਪੱਧਰ ਦਾ ਇਹ ਕਿਹੜੀ ਕੌਮ ਹੈ ਕਿਹੜੇ ਲੋਕ ਨੇ ਜਿਹੜੇ ਆਪਣੇ ਸਿਰ ਤੇ ਬਿਸੇਰੀ ਸਾਰਾ ਕੁਝ ਕਰੀ ਜਾਂਦੇ ਨੇ ਇਹਨਾਂ ਨੂੰ ਮਾਰ ਪੈਂਦੀ ਐ ਸਾਨੂੰ ਬਾਜ਼ ਨਹੀਂ ਦਿੰਦੇ ਇਹਨਾਂ ਨੂੰ ਮਾਰ ਪੈਂਦੀ ਐ ਕਹਿੰਦੇ ਨੇ ਵੀ ਦੇਖੋ ਜੀ ਸਾਨੂੰ ਤੇ ਹੁਣ ਇਨਕਲਾਬ ਹੀ ਬਚਾਊਗਾ ਸਾਨੂੰ ਹੁਣ ਉਹ ਬਚਾਊਗਾ ਲੈਲ ਨਾਨਕ ਕੇ ਮਾਰਕਸ ਬਚਾਊਗਾ ਇਹ ਆਪਣੇ ਸਰਵ ਸੇਦ ਤੋਰੀ ਫਿਰਦੇ ਵੀ ਅਸੀਂ ਸੋ ਇਸ ਕਰਕੇ ਉਹਨਾਂ ਲੋਕਾਂ ਦੀਆਂ ਬੜੀਆਂ ਮੁਸ਼ਕਲਾਂ ਖੜੀਆਂ ਕੀਤੀਆਂ ਆਪਾਂ ਮੈਂ ਐਲਾਨੀਆਂ ਤੌਰ ਤੇ ਗੱਲ ਕਹਿਣਾ ਵੀ ਸਿੱਖ ਚ ਜਾਤ ਦਾ ਹੰਕਾਰ ਤਹਿਣਤਾ ਦੋਵੇਂ ਮਾੜੀ ਐ ਜਿਹੜਾ ਕੋਈ ਸਾਡੇ ਸਾਹਮਣੇ ਵਿਤਕਰਾ ਕਰੂ ਅਸੀਂ ਤੋਂ ਦਾ ਇਲਾਜ ਕਰਾਂਗੇ ਹਾਂ ਤੇ ਜਿਹੜਾ ਵਿਤਕਰਸ ਹੋਊਗਾ ਉਹਦਾ ਵੀ ਕਰਨਾ ਚਾਹੀਦਾ ਤੁਹਾਨੂੰ ਕੀ ਘਟ ਬਖਸ਼ਿਆ ਮਹਾਰਾਜ ਨੇ ਇੱਥੇ ਕੋਈ ਰੰਗਰੇਟਾ ਸਿੱਖਿਆ ਕੋਈ ਕੋਈ ਵੀ ਆ ਕੋਈ ਰਵਦਾਸੀਆ ਸਿੱਖਿਆ ਕੋਈ ਆਪਣਾ ਰਾਮ ਗੜੀਆ ਸਿੱਖਿਆ ਕੀ ਘਟ ਕੇ ਨੇ ਬਖਸ਼ਿਆ ਮਹਾਰਾਜ ਸਾਰੇ ਹੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਸਾਰਾ ਕੁਝ ਬਰਾਬਰ ਬਖਸ਼ਿਆ ਜਿਹੜਾ ਜ਼ੁਲਮ ਕਰੂਗਾ ਸਾਡੇ ਲਈ ਉਹਦੀ ਨਾਂ ਤੇ ਜਾਤ ਉਹਦੀ ਵੇਖਣੀ ਹੈ ਤੇ ਜਿਹੜਾ ਕੋਈ ਕਾਮ ਕਾਮਲੀ ਚੜਦੀ ਕਲਾ ਦਾ ਕਰੂ ਨਾ ਉਹਦੀ ਜਾਤ ਵੇਖੀ ਜਾਣੀ ਸਾਰਿਆਂ ਦਾ ਸਭ ਕੁਝ ਬਰਾਬਰ ਹੀ ਆ ਚਲੋ ਖੈਰ ਮੈਂ ਪਸ ਇੱਕ ਸਵਾਲ ਇਹ ਜਿਹੜਾ ਮਸਲਾ ਚੱਲ ਰਿਹਾ ਜਿਸ ਤਰ੍ਹਾਂ ਫੂਰਬੀ ਵਾਲੀ ਬਾਤ ਚੱਲਾ ਚੰਡੀਗੜ੍ਹ ਮਾਰੀ ਬੋਲੀ ਕੇ ਠਾਈ ਪਿੰਡ ਉਜਾੜ ਕੇ ਬਸਾਇਆ ਹੂੰ ਹੂੰ ਪਿਛਲੀ ਜਿਹੜੀ ਮਰਦਮਸ਼ਮਰੀ ਹੋਈ ਉੱਥੇ ਉਹਨਾਂ ਨੇ ਇੰਨੀ ਬਾਹਰ ਗਈ ਵਾਦੀ ਲੈ ਕੇ ਬਾੜਤੀ ਕਿ 86% ਬੰਦਿਆਂ ਨੇ ਪਿਛਲੀ ਮਰਦਮਸ਼ਮਰੀ ਦੇ ਵਿੱਚ ਆਪਣੀ ਬੋਲੀ ਹਿੰਦੀ ਲਿਖਾਈ ਚੰਡੀਗੜ੍ਹ ਕੇ ਵਿੱਚ ਚੰਡੀਗੜ੍ਹ ਚ ਮਤਲਬ ਕਿ ਮਾਰਾ ਦਾਵਾ ਜੇ ਉਹ ਵਾਦੀ ਕੇ ਲਿਖਾਜ ਕਰ ਜਦੋਂ ਕਿਤੇ ਪੇਸ਼ ਹੋਏਗਾ ਤਾਂ ਦਾਵਾ ਹੀ ਖਤਮ ਹੋ ਗਿਆ ਇਸ ਤਰ੍ਹਾਂ ਲੱਗਦਾ ਨਹੀਂ ਪੰਜਾਬ ਦੇ ਵਿੱਚ ਵੀ ਜੋ ਆਬਾਦੀ ਆ ਰਹੀ ਥਾਂ ਲੱਗਦਾ ਵੀ ਦਿੱਲੀ ਦੇ ਪਿੱਛੇ ਬਹੁਤ ਚੀਜ਼ਾਂ ਐ ਜਿਹੜੀਆਂ ਇਹ ਸਾਰਾ ਇਧਰ ਨੂੰ ਕਰ ਰਹ देखो एक ना दो चीजें एक तो ਤੁਹਾਨੂੰ ਸਦਾ ਮਾਰ ਦੇਣਾ ਹੈ ਟੈਂਕਾਂ ਤੋਪਾਂ ਚਾੜ ਕੇ ਤੁਹਾਡੇ ਤੇ ਤੁਹਾਡਾ ਕਤਲੇਆਮ ਕਰਨਾ ਜਿਹੜਾ ਉਹ ਨਾ ਕਰਕੇ ਵਿਖਿਆ ਦੂਜਾ ਇਹ ਆ ਵੀ ਤੁਹਾਡੇ ਅੰਦਰ ਵੜ ਕੇ ਤੁਹਾਡੀਆਂ ਨਸਲਾਂ ਨੂੰ ਬਦਲ ਦੇਣਾ ਉਹ ਕਿਵੇਂ ਹੁੰਦਾ ਹੁਣ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਰੋਜ਼ਗਾਰ ਨਾ ਦੇਣਾ ਪਹਿਲਾਂ ਪੰਜਾਬ ਦੇ ਵਿੱਚ ਇੱਕ ਪੂਰੀ ਦੀ ਪੂਰੀ ਕੌਮ ਨੂੰ ਨਸ਼ਿਆਂ 'ਚ ਪਾ ਦੇਣਾ ਚਿੱਟੇ ਦਾ ਇੱਥੇ ਕਾਰੋਬਾਰ ਸ਼ੁਰੂ ਕਰਾਉਣਾ ਲਾਜ਼ਮ ਜੀ ਗੱਲ ਹੈ ਵੀ ਜਿਹੜਾ ਇੱਕ ਜਿੱਥੇ ਇੱਕ ਸਥਾਪਤ ਧਿਰ ਹੁੰਦੀ ਕੋਈ ਵੀ ਉਹ ਬਾਹਰੋਂ ਆਉਣ ਵਾਲਿਆਂ ਨੂੰ ਸੌਖੀ ਹੁੰਦੀ ਹੈ ਆਰਥਿਕ ਪੱਖੋਂ ਵੀ ਵੈਸੇ ਵੀ ਸਮਾਜ ਦੇ ਵਿੱਚ ਪ੍ਰਭਾਵ ਪੱਖੋਂ ਵੀ ਔਰ ਜਦੋਂ ਕੋਈ ਕ੍ਰੀਤੀ ਆਉਂਦੀ ਹੈ ਤੇ ਉਹਨਾਂ ਨੂੰ ਪਹਿਲਾਂ ਲੱਗਦੀ ਹੈ ਹੁਣ ਸਾਡੀ ਦੇ ਉੱਤੇ ਜ਼ੁਲਮ ਹੋਇਆ ਬਹੁਤ ਵੱਡੇ ਪੱਧਰ ਦਾ ਸਰੀਰਕ ਉਸ ਤੋਂ ਬਾਅਦ ਵੈਸੇ ਹੀ ਬੰਦਾ ਮਾਰਖਾਨ ਤੋਂ ਬਾਅਦ ਸ਼ਰਾਬਲ ਤੁਰ ਪੈਂਦਾ ਹੁੰਦਾ ਹੈ ਅਸੀਂ ਚਿੱਟੇ ਵਾਲੀ ਵੀ ਤੁਰਪੇ ਸਾਰਾ ਕੁਝ ਹੋਇਆ ਪਰ ਉਹਨਾਂ ਨਾਲ ਦੀ ਨਾਲ ਇੱਕ ਪਾਲਿਸੀ ਤਿਆਰ ਕੀਤੀ ਵੀ ਇਹਨਾਂ ਨੂੰ ਛੇਰਾਂ ਨੂੰ ਗਿੱਦੜਾਂ ਦੇ ਨਾਲ ਵੱਡਾ ਕਰੋ ਇੱਕ ਸ਼ੇਰ ਕੁੱਤਿਆਂ ਜਾਂ ਗਿੱਦੜਾਂ ਚ ਵੱਡਾ ਹੋਵੇ ਉਹ ਆਪਣੀ ਬਿਰਤੀ ਭੁੱਲ ਜਾਂਦਾ ਅੱਜ ਸਾਡੇ ਬੱਚੇ ਜਿਹੜੇ ਆ ਉਸ ਮਾਹੌਲ ਚ ਪੜ ਰਹੇ ਆ ਜਿੱਥੇ ਉਹਨਾਂ ਨੂੰ ਐ ਲੱਗਦਾ ਵੀ ਪੰਜਾਬ ਸਿੱਖਾਂ ਕੱਲਿਆਂ ਦਾ ਨਹੀਂ ਇੱਥੇ ਤਾਂ ਹੋਰ ਬਹੁਤ ਲੋਕ ਫਿਰਦੇ ਆ ਜੀ ਛੱਡੇ ਘਰਾਂ 'ਚ ਕੰਮ ਕਰਨ ਵਾਲੇ ਬੰਦੇ ਪੂਰਬੀ ਨੇ ਇਹ ਨਹੀਂ ਵੀ ਸਾਡੇ ਲੋਕਾਂ ਨੂੰ ਕੰਮ ਨਹੀਂ ਆਉਂਦਾ ਜਿਨ੍ਹਾਂ ਨੂੰ ਕੰਮ ਆਉਂਦਾ ਉਹਨੇ ਨਾਲ ਚ ਟੀਕੇ ਲੱਗੇ ਨੇ ਹੈ ਉਹ ਕਹਿੰਦੇ ਕਦੇ ਸੁੱਖੇ ਦੀ ਬੂਟੀ 'ਚ ਪਏ ਨੇ ਮੁੱਦੇ ਮੂੰਹ ਉਹਨਾਂ ਨੂੰ ਪਤਾ ਨਹੀਂ ਕੁਝ ਕੀ ਹੋ ਰਿਹਾ ਜਿਨ੍ਹਾਂ ਨੇ ਕੰਮ ਕਰਨਾ ਸੀ ਅੱਧੇ ਇੱਥੋਂ ਨਿਕਲ ਕੇ ਬਾਹਰ ਹੁਣ ਮਜਬੂਰੀ ਆ ਕੰਮ ਤੇ ਚੱਲਣਾ ਹੀ ਚੱਲਣਾ ਹੈ ਔਰ ਉਹਨਾਂ ਨੇ ਇੱਥੇ ਬਕਾਇਦਾ ਤੌਰ ਤੇ ਬੰਦਿਆਂ ਨੂੰ ਲਿਆ ਕੇ ਉਹਨਾਂ ਨੂੰ ਫੈਸਿਲੀਟੇਟ ਕੀਤਾ ਔਰ ਉਹ ਹੋਇਆ ਕਿ ਉਹਦੇ ਨਾਲ ਸਰਕਾਰੀ ਸਕੂਲਾਂ 'ਚ ਪੜਨ ਵਾਲੇ ਬੱਚੇ ਪੂਰਬੀਆ ਨੇ ਸੰਸਾਰ ਦੇ ਉੱਤੇ ਪਦਾਰਥਵਾਦ ਦਾ ਜੋਗ ਹੈ ਸੰਸਾਰ ਦੇ ਉੱਤੇ ਜਿਹੜਾ ਪੂੰਜੀਵਾਦ ਹੈ ਜਿਹਨੂੰ ਆਮ ਕਹਿੰਦੇ ਨੇ ਪੂੰਜੀਵਾਦ ਦੇ ਵਿੱਚ ਉਹਨਾਂ ਨੇ ਸਮਾਨ ਵੇਚਣਾ ਜਿਨ੍ਹਾਂ ਦੀ ਗਿਣਤੀ ਵੱਧ ਗਈ ਉਹਨਾਂ ਦਾ ਸਮਾਨ ਵਿਕਣਾ ਸ਼ੁਰੂ ਹੋ ਜਾਣਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਇੰਨੇ ਭਈਆ ਆਣ ਕੇ ਰਹਿਣ ਲੱਗ ਪਏ ਇੱਥੇ ਆ ਬੋਲੀ ਵਰਤੋ ਤੇ ਤੁਹਾਡਾ ਕੰਮ ਚੱਲਦਾ ਹੋ ਜਾ ਪਰ ਮੈਂ ਇਸ ਕਰਕੇ ਇਹ ਗੱਲ ਕਹਿਣਾ ਪੂਰਬੀਆਂ ਦੀ ਇੱਥੇ ਐਂਟਰੀ ਬੈਨ ਹੋਣੀ ਚਾਹੀਦੀ ਹੈ ਕਈ ਉਹਨੇ ਇਹ ਗੱਲ ਬਹੁਤ ਜ਼ੁਲਮ ਵਾਲੀ ਲੱਗਦੀ ਹੈ ਵੀ ਦੇਖੋ ਚ ਨੇ ਬੰਦ ਕਰਿਆ ਵਾ ਦੇਖੋ ਹਿਮਾਚਲ ਨੇ ਸਾਰੇ ਕਿਤੇ ਹਿਮਾਚਲ ਨੇ ਬੰਦ ਕਰ ਰਿਹਾ ਮਹਾਰਾਸ਼ਟਰ ਨੇ ਕੀ ਕੁਛ ਕੀਤਾ ਪਾਨੂੰ ਪਤਾ ਨਹੀਂ ਗੁਜਰਾਤ ਨੇ ਰਾਤੋਂ ਰਾਤ ਕੱਢਿਆ ਸਾਰਿਆਂ ਨੂੰ ਉਹੀ ਗੱਲ ਖਬਰਾਈ ਸੀ 50000 ਪੂਰਬੀਆਂ ਨੂੰ ਕੱਢ ਦਿੱਤਾ ਰਾਤ ਨੂੰ ਪਿੱਛੇ ਮੈਂ ਕਰੋਨਾ ਮੈਂ ਇੱਕ ਖਬਰ ਪੜ੍ਹੀ ਉਹ ਮੇਰੇ ਕੋਲ ਮੈਂ ਫੋਟੋ ਵੀ ਖਿੱਚੀ ਸੀ ਵੀ ਪੂਰਬੀਏ ਭਈ ਇਹ ਕਹਿ ਰਹੇ ਵੀ ਮਾਨੂੰ ਗੁਜਰਾਤ ਮਾ ਕਟਾਈ ਕਰੀ ਹਿੰਦੀ ਬੋਲਣੇ ਕਰਕੇ ਕਹਿੰਦੇ ਉਹਨੇ ਕਟਾਈ ਕਰੀ ਗੁਜਰਾਤੀਆਂ ਨੇ ਵੀ ਇਹ ਕਰ ਰਹੇ ਆ ਅੱਜ ਕੱਲ ਵੀਡੀਓ ਆ ਫਤਿਹਗੜ ਸਾਹਿਬ ਹਾਂ ਇੱਕ ਭਈਆ ਉੱਠ ਕੇ ਕਹਿ ਰ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਕਿਸੇ ਦੀ ਯੁਰਤ ਹੈ ਇਹ ਗੱਲ ਕਰਨ ਦੀ ਪਰ ਕਿਉਂ ਹੈ ਉਹਨਾਂ ਨੇ ਗੁੰਡਾਗਰਦੀ ਕੀਤੀ ਸ਼ਰਾਬ ਪੀ ਕੇ ਸਿੱਖਾਂ ਦੀਆਂ ਪੱਗਾਂ ਰੋਲੀਆਂ ਤੇ ਅਖੌਤੀ ਕਾਲੀ ਜਿਹੜੇ ਨੇ ਇਹ ਜਾ ਕੇ ਭਈਆਂ ਕੋਲ ਮਾਫੀ ਮੰਗਣ ਡੇ ਨੇ ਮੈਂ ਇੱਕ ਵੀਡੀਓ ਮੈਂ ਉਹ ਮੁੰਡੇ ਉੱਥੇ ਕਿ ਦੱਸ ਰਹੇ ਆ ਕਿਥੇ ਵੱਡਾ ਸਾਫ ਕਾਲਜ ਕਿ ਪਿੱਛੇ ਕੁਝ ਹੋਇਆ ਤਾਂ ਤੇ ਜਦੋਂ ਉਹਨਾਂ ਨੇ ਸ਼ਿਕਾਇਤ ਕਰੀ ਤਾਂ ਉਹ ਪ੍ਰਿੰਸੀਪਲ ਨੇ ਉਹਨਾਂ ਨੂੰ ਅੰਦਰ ਕਰਾ ਦਿੱਤਾ ਪੁਲਿਸ ਇਦਾਂ ਇੱਕ ਥਾਂ ਤੇ ਨਹੀਂ ਹੋਇਆ ਇਦਾਂ ਲੁਧਿਆਣੇ ਦੇ ਵਿੱਚ ਆਮ ਹੈ ਹੈ ਹੁਣ ਇਹਦਾ ਹੱਲ ਸਰਕਾਰਾਂ ਦੇ ਕਰ ਨਹੀਂ ਰਹੀਆਂ ਮੈਂ ਇਹ ਗੱਲ ਕਹਿਣਾ ਵੀ ਦੇਖੋ ਜਦੋਂ ਸੂਬੇ ਬੋਲੀ ਦੇ ਆਧਾਰ ਤੇ ਵੰਡੇ ਗਏ ਬੋਲੀ ਦੇ ਆਧਾਰ ਤੇ ਅਕਸਰ ਆ ਜਾ ਕੇ ਵੰਡ ਹੋਈ ਹੈ ਫਿਰ ਸਾਡੇ ਕੋਲ ਅਧਿਕਾਰ ਹੈ ਵੀ ਅਸੀਂ ਭਈ ਆਪਣੀ ਬੋਲੀ ਦੇ ਵਿੱਚ ਕਿਸੇ ਦੀ ਜਿਹੜੀ ਹੈ ਸਾਜ਼ਿਸ਼ ਬਰਦਾਸ਼ਤ ਨਹੀਂ ਕਰਦੇ ਕਿਸੇ ਦਾ ਜਿਹੜਾ ਵਾ ਆਗਮਨ ਬਰਦਾਸ਼ਤ ਨਹੀਂ ਕਰਦੇ ਵੀ ਕੋਈ ਬਾਹਰੋਂ ਆ ਜਾਵੇ ਆ ਕੇ ਸਾਡੇ ਦੇ ਵਿੱਚ ਇਨਫਿਲਟ੍ਰੇਟ ਕਰੇ ਤੇ ਉਹ ਕਰਕੇ ਤੇ ਸਾਡਾ ਨਾਸ ਕਰੇ ਸੋ ਅਸੀਂ ਇਹ ਕੰਮ ਕਰਨਾ ਹੈ ਕਿ ਕਾਨੂੰਨ ਬਣਾਓ ਦੋ ਚੀਜ਼ਾਂ ਇੱਕ ਤੇ ਪੰਜਾਬ ਦੇ ਵਿੱਚ ਜਿਹਦੀਆਂ ਤਿੰਨ ਪੀੜੀਆਂ ਨਹੀਂ ਰਹੀਆਂ ਉਹਨੂੰ ਰੈਸ਼ ਨਹੀਂ ਮਿਲ ਸਕਦੀ ਆਧਾਰ ਕਾਰਡ ਨਹੀਂ ਬਣ ਸਕਦਾ ਦਾ ਪੰਜਾਬ ਦਾ ਵੋਟਰ ਆਈਡੀ ਕਾਰਡ ਨਹੀਂ ਬਣ ਸਕਦਾ ਹੁਣ ਹਿੰਦੁਸਤਾਨ ਦੇ ਵਿੱਚ ਮਣਾਮਣੀ ਲੋਕ ਨੇ ਆਬਾਦੀ ਓਵਰਕਰਾਊਡਡ ਹੈ ਸਾਰਾ ਕੁਝ ਇਹਨਾਂ ਵਾਸਤੇ ਕੀ ਫਰਕ ਪੈਂਦਾ ਵੀ 50 ਲੱਖ ਬੰਦਾ ਲੈ ਕੇ ਪੰਜਾਬ ਚ ਬਾਦਲ ਹੂੰ ਭੁੱਖਾ ਨੰਗਾ ਸਾਰਾ ਕੁਝ ਚੱਲ ਰਿਹਾ 50 ਲੱਖ ਬੰਦਾ ਪੰਜਾਬ ਪਰ ਪੰਜਾਬ ਵਾਸਤੇ ਬੜਾ ਫਰਕ ਪੈਂਦਾ ਵੀ 50 ਲੱਖ ਬੰਦਾ ਜਿਹੜਾ ਸਾਡੇ ਸਭਿਆਚਾਰ ਦਾ ਵਿਰੋਧੀ ਜਿਨ੍ਹਾਂ ਨਾਲ ਸਾਡੀ ਜੰਗ ਚੱਲਦੀ ਏ ਜਮਨਾਪਾਰ ਵਾਲਿਆਂ ਨਾਲ ਉਹ ਆਣ ਕੇ ਸਾਡੇ ਚ ਬਹਿ ਗਿਆ ਉਹਨੇ ਇਹ ਆਣ ਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਤੇ ਸਿੱਖਾਂ ਦਾ ਦਾਵਾ ਕਿਉਂ ਨਹੀਂ ਦਾਵਾ ਸਿੱਖਾਂ ਦਾ ਪੰਜਾਬ ਤੇ ਜਦੋਂ ਪੰਜਾਬ ਦੇ ਤੇ ਦਾਵਾ ਕਿਉਂ ਹੈ ਸਿੱਖਾਂ ਦਾ ਮੁਸਲਮਾਨਾਂ ਨੇ ਚੁਣਿਆ ਪਾਸਤਨ ਪੰਜਾਬ ਹਿੰਦੂਆਂ ਨੇ ਜਦੋਂ ਵੋਟ ਪਾਈ ਬਾਅਦ ਚ ਪਰ ਉਹਨਾਂ ਨੇ ਕਿਹਾ ਤਾਂ ਵੀ ਸਾਡੀ ਮਾਂ ਬੋਲੀ ਹਿੰਦੀ ਹੈ ਬੇਸ਼ੱਕ ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਇੱਥੇ ਪੰਜਾਬੀ ਹੁੰਦੇ ਨੇ ਪੰਜਾਬੀ ਇਹਨਾਂ ਸਾਨੂੰ ਕੋਈ ਮੁਸ਼ਕਲ ਨਹੀਂ ਅੱਜ ਵੀ ਕੋਈ ਮੁਸਲਮਾਨ ਹੋਵੇ ਕੋਈ ਹਿੰਦੂ ਹੋਵੇ ਸਾਨੂੰ ਪਰ ਦਾਵਾ ਪੰਜਾਬ ਤੇ ਸਿੱਖਾਂ ਦਾ ਹੀ ਹੈ ਕਿਉਂਕਿ ਅਸੀਂ ਇਹ ਸਾਰਾ ਕੁਝ ਆਪਣੇ ਪਿੰਡ ਜੜੀ ਜਾਂ ਤੁਸੀਂ ਚੰਡੀਗੜ੍ਹ ਬਰ ਦੱਸਿਆ ਪਿੰਡ ਅਜਾੜੀਏ ਪਿੰਡ ਅਜਾੜ ਕੇ ਤੇ ਉੱਥੇ ਮੱਛਲੀ ਵਸਣਾ ਆੜੇ ਆਣਗੇ ਮਹਾਲੀ ਦੇ ਵਿੱਚ ਬੋਰਡ ਲੱਗਾ ਕਲੋਨੀ ਬਣੀ ਬਿਲਕੁਲ ਉੱਥੇ ਵੀ ਇਹ ਸਾਰੀ ਹਿਮਾਚਲ ਵਾਲੀ ਹੈ ਉੱਥੇ ਲੱਗਿਆ ਵੀ ਇੱਥੇ ਹਿਮਾਚਲ ਤੋਂ ਬਿਨਾਂ ਕਿਸੇ ਬੰਦੇ ਨੂੰ ਇੱਥੇ ਘਰ ਨਹੀਂ ਮਿਲ ਸਕਦਾ ਪੰਜਾਬ ਦੇ ਬੱਚੇ ਉਹ ਅਸੀਂ ਫੋਨ ਕੀਤਾ ਉਹਨਾਂ ਨੂੰ ਵੀ ਪੁੱਤਰੋ ਬੋਰਡ ਇਹ ਵੀ ਲੱਗ ਸਕਦਾ ਵੀ ਇੱਥੇ ਪੰਜਾਬ ਤੋਂ ਬਾਹਰ ਕਿਸੇ ਨੂੰ ਜ਼ਮੀਨ ਨਹੀਂ ਮਿਲ ਸਕਦੀ ਤੇ ਇਹ ਲਾਉਣਾ ਪੈਣਾ ਤਾਂ ਜੇ ਅਸੀਂ ਤੁਹਾਡੇ ਇਲਾਜ ਕਰਨਾ ਸ਼ੁਰੂ ਕਰਤਾ ਹੈ ਔਰ ਹੁਣ ਦੇਖੋ ਸਰਕਾਰ ਦੀ ਜ਼ਿੰਮੇਵਾਰੀ ਸੀ ਪਹਿਲੀ ਤੇ ਗੱਲ ਇਹ ਆ ਵੀ ਗੁਰੂ ਗੋਬਿੰਦ ਸਿੰਘ ਰਫਾਇਨਰੀ ਇੱਥੇ ਹੈਗੀ ਆ ਉੱਥੇ ਉਹ ਦੱਸ ਦਿਆ ਵੀ ਸਿਕਿਉਰਿਟੀ ਗਾਰਡ ਸਿੱਖ ਨੇ ਬਾਕੀ ਸਾਰਾ ਬੰਦਾ ਬਾਹਰੋਂ ਲੈ ਕੇ ਬਿਠਾਇਆ ਇੱਕ ਪਾਸੇ ਸਾਡੇ ਨੌਜਵਾਨ ਪੀ ਐਚ ਡੀਆ ਕਰਕੇ ਐਮ ਬੀਏ ਕਰਕੇ ਮਾਸਟਰਸ ਡਿਗਰੀਆਂ ਕਰਕੇ ਸੜਕਾਂ ਦੇ ਕੋਟ ਖਾ ਰਹੇ ਨੇ ਸਰਕਾਰਾਂ ਕੋਲ ਰੋਜ਼ ਪੱਗਾਂ ਲਵਾ ਰਹੇ ਨੇ ਆਪਣੀਆਂ ਪੈਣਾ ਚੁੰਨੀਆਂ ਆਪਣੀ ਗਲਾਂ 'ਚ ਭਾਗਦਰੀ ਫਿਰਦੀਆਂ ਨੇ ਦੂਜੇ ਪਾਸੇ ਪੰਜਾਬ ਦੇ ਵਿੱਚ ਗੁਰਗੋਬਨ ਸਿੰਘ ਦੇ ਨਾਂ ਤੇ ਰਫਾਇਨਰੀ ਹੋਵੇ ਤੇ ਉੱਥੇ ਕਿਸੇ ਸਿੱਖ ਨੂੰ ਮੌਕਾ ਨ ਦਿੱਤਾ ਜਾਵੇ ਪੰਜਾਬੀ ਨੂੰ ਮੌਕਾ ਨ ਦਿੱਤਾ ਜਾਵੇ ਜੀਰੇ ਫੈਕਟਰੀ ਦਾ ਵੀ ਹਾਲ ਹੈ ਪਰसों ਮੈਂ ਇੰਟਰਵਿਊ ਸੁਣਦਾ ਸੀ ਉਹ ਚੈਨਲ ਵਾਲੇ ਮਤਲਬ ਬਗਾਊ ਜੀ ਚੈਨਲ ਤੁਰੇ ਫਿਰਦੇ ਉੱਥੇ ਹੂੰ ਅੱਜ ਜਿਹੜੇ ਸਮੇਂ 'ਚ ਸ਼ਰਾਬ ਦੀ ਫੈਕਟਰੀ ਨੂੰ ਸੱਚਾ ਸਾਬਤ ਕਰਨ ਲਈ ਚੈਨਲ ਅੰਦਰ ਜਾ ਜਾ ਰਿਪੋਰਟਿੰਗ ਕਰ ਰਿਹਾ ਵੀ ਦੇਖੋ ਜੀ ਕਿੰਡੀ ਸੋਹਣੀ ਫੈਕਟਰੀ ਹੈ ਤੇ ਕਾਨੂੰਨ ਉਹ ਉੱਥੇ ਜਿਹੜਾ ਬੰਦਾ ਗਾੜੀ ਸਾਰਾ ਕੁਝ ਦੱਸ ਰਿਹਾ ਉਹ ਬੰਦਾ ਪੰਜਾਬ ਦਾ ਨਹੀਂ ਉਹ ਬੰਦਾ ਤੇ ਮੈਨੂੰ ਇਹ ਗੱਲ ਦੀ ਹਰਾਨੀ ਆਉਂਦੀ ਹੈ ਵੀ ਜਾਂ ਤੇ ਇਹ ਗੱਲ ਲਾਨੀਆ ਤੌਰ ਤੇ ਸਰਕਾਰ ਕਹਿੰਦਾ ਵੀ ਪੰਜਾਬ ਦੇ ਲੋਕ ਨੇ ਨਕਮੇ ਇਹਨਾਂ ਕੋਈ ਕੰਮ ਨਹੀਂ ਹੁੰਦਾ ਪਰ ਉਹ ਗੱਲ ਝੂਠੀ ਉਹਦਾ ਸਾਬਤ ਹੁੰਦੀ ਵੀ ਜਦੋਂ ਪੀ ਐਚ ਡੀ ਵਾਲੇ ਬੰਦੇ ਸਾਡੇ ਚਪੜਾਸੀ ਦੀਆਂ ਨੌਕਰੀਆਂ ਅਪਲਾਈ ਕਰਦੇ ਫਿਰਦੇ ਵਿਚਾਰੇ ਪੀ ਐਚ ਡੀ ਕਿਤੇ ਛੋਟੀ ਜੀ ਗੱਲ ਕਰ ਲੈਣੀ ਹੂੰ ਮਤਲਬ ਮੈਨੂੰ ਲੱਗਦਾ ਵੀ ਜਿੰਨੀ ਕੁ ਉਮਰ ਚ ਪੀ ਐਚ ਡੀ ਹੁੰਦੀ ਉੰਨੀ ਉਮਰ ਚ ਪਹਿਲਾਂ ਲੋਕ ਦਾਦੇ ਬਣ ਜਾਂਦੇ ਤੇ ਅੱਜ ਦੇ ਸਮੇਂ ਚ ਉਹ ਪੜਾਈ ਹੁੰਦੀ ਵਿਆਹ ਵੀ ਹੁੰਦਾ ਨਹੀਂ ਉਹਨਾਂ ਦਾ ਇੱਕ ਪਾਸੇ ਤੁਰੇ ਫਿਰਦੇ ਨੇ ਉਹ ਬੰਦੇ ਵਿਚਾਰੇ ਜਿਹੜੇ ਨੇ ਉਹ jobਾਂ ਕਰ ਰਹੇ ਜਿਹੜੇ ਅਨਪੜ੍ਹ ਨੂੰ ਵੀ ਮਿਲ ਸਕਦੀਆਂ ਤੇ ਦੂਜੇ ਪਾਸੇ ਜੇ ਕੋਈ ਮੈਨੇਜਰ ਲਾਉਣਾ ਕੋਈ ਬਾਹਰੋਂ ਬੰਦਾ ਲਾਉਣਾ ਕੋਈ ਵੀ ਕਿਸਮ ਦਾ ਉਹਨਾਂ ਬਾਹਰੋਂ ਲਿਆ ਕੇ ਲਾਉਣਾ ਹੁਣ ਇਹ ਏਡਾ ਡੇਂਜਰਸ ਮਸਲਾ ਏਡਾ ਖਤਰਨਾਕ ਮਸਲਾ ਹੈ ਵੀ ਜਦੋਂ ਉਹਨਾਂ ਦੀ ਗਿਣਤੀ ਵੱਧ ਗਈ ਹੈ ਔਰ ਉਹ ਗੁੰਡਾਗਰਦੀ ਕਰਦੇ ਨੇ ਪੰਜਾਬ ਦਾ ਇੱਕ ਵੱਖਰਾ ਮਾਹੌਲ ਹੁਣ ਇਹਦੀ ਇੱਕ ਸਿੱਧੀ ਜੀ ਐਗਜ਼ਾਮਪਲ ਹੈ ਵੀ ਸੰਤ ਜਰਨੈਲ ਸਿੰਘ ਭਿੰਡਰਾਲੇ ਹਿੰਦੁਸਤਾਨੀਆਂ ਲਈ ਰਕਸ਼ਸ ਹੋ ਸਕਦੇ ਸਾਡੇ ਲਈ ਸੰਤ ਬਿਲਕੁਲ ਪੰਜਾਬ ਦੇ ਵਿੱਚ ਇੱਕ ਕੰਪਨੀ ਖੁੱਲੀ ਹੋਵੇ ਔਰ ਕੰਪਨੀ 'ਚ ਜਦੋਂ ਇੱਕ ਆਪਣਾ ਕਾਮਕਾਰ ਦੇ ਸੱਜਣ ਮਿੱਤਰ ਬਣਦੀ ਹੈ ਤਾਂ ਉਹਦੇ 'ਚ ਰਾਜਨੀਤਿਕ ਗੱਲਾਂ ਵੀ ਹੁੰਦੀਆਂ ਪਾਰਟੀਆਂ ਦੇ ਉੱਤੇ ਬਹਿਸਲ ਸੇਵ ਹੁੰਦਾ ਪੰਜਾਬ ਦੀ ਧਰਤੀ ਦੇ ਉੱਤੇ ਮੋਗੇ ਦੇ ਲਾਗੇ ਆਣ ਕੇ ਕੋਈ ਬੰਦਾ ਕਹੇ ਪੂਰਬੀਆ ਵੀ ਸੰਤ ਭਿੰਡਰਾਲੇ ਨੂੰ ਮਾੜਾ ਬੋਲੇ ਤੇ ਉਸ ਧਰਤੀ ਤੇ ਬੈਠਾ ਬੰਦਾ ਬਰਦਾਸ਼ਤ ਕਰੂਗਾ ਗੱਲ ਨਹੀਂ ਕਰੂਗਾ ਅਸੀਂ ਬਾਲ ਠਾਕਰੇ ਨੂੰ ਨਹੀਂ ਮੰਨਦੇ ਪਰ ਬੰਬੇ ਜਾ ਕੇ ਬਾਲ ਠਾਕਰੇ ਦੇ ਰੋਚ ਬੋਲਿਆ ਜਾ ਸਕਦਾ ਉਹਨਾਂ ਦੇ ਸਾਹਮਣੇ ਹਰ ਬੰਦਾ ਆਪਣੀ ਧਰਤੀ ਦਾ ਨਾਇਕ ਹੁੰਦਾ ਸਾਡੇ ਕਨਫਲਿਕਟ ਕਿਉਂ ਖੜੇ ਹੋ ਰਿਹਾ ਵੀ ਇਹ ਭਈਏ ਆਉਂਦੇ ਨੇ ਸਾਡੇ ਸ਼ਹੀਦਾਂ ਨੂੰ ਮਾੜਾ ਬੋਲਦੇ ਨੇ ਨੌਜਵਾਨ ਉਲਝਦੇ ਨੇ ਤੇ ਫਿਰ ਇਹਨਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਇਹ ਗੁੰਡਾਗਰਦੀ ਕਰਦੇ ਨੇ ਅੱਗੇ ਔਰ ਪ੍ਰਸ਼ਾਸਨ ਆ ਜਾ ਕੇ ਇਹਨਾਂ ਦੀ ਸਹਾਇਤਾ ਕਰਦਾ ਫਤਿਹਗੜ੍ਹ ਸਾਹਿਬ ਵਾਲੇ ਮਸਲੇ ਦੇ ਵਿੱਚ ਸਾਰਾ ਕੁਝ ਪ੍ਰਸ਼ਾਸਨ ਨੇ ਇਹ ਪਤਾ ਕੀ ਕੀਤਾ ਆਪਣੇ ਬੰਦਿਆਂ ਦੇ ਬਿਆਨ ਨਹੀਂ ਲੈ ਉਹਨਾਂ ਬੰਦਿਆਂ ਦਾ ਮੈਡੀਕਲ ਟੈਸਟ ਨਹੀਂ ਕਰਾਇਆ ਸ਼ਰਾਬ ਅਲਾਉਡ ਹੈ ਨਹੀਂ ਹੈਗੀ ਤੰਬਾਕੂ ਉੱਥੇ ਇਜਾਜ਼ਤ ਨਹੀਂ ਅਸੀਂ ਸਿਰਫ ਇਹ ਗੱਲ ਕੀਤੀ ਸੀ ਵੀ ਇਹਨਾਂ ਬੰਦਿਆਂ ਦਾ ਸਾਰਿਆਂ ਦਾ ਮੈਡੀਕਲ ਕਰਾਓ ਪੀ ਭਾਈ ਜਿਹੜੇ ਬੰਦੇ ਲੜਾਈ 'ਚ ਸ਼ਾਮਲ ਨੇ ਵਿਦਿਆਰਥੀ ਨੇ ਹੁਣ ਆ ਜਾ ਕੇ ਅਸੀਂ ਅਣਖੀ ਲੋਕ ਆ ਗੈਰਤਮੰਦ ਲੋਕ ਆ ਅਸੀਂ ਇਹ ਗੱਲ ਭਾਈ ਬਰਦਾਸ਼ਤ ਨਹੀਂ ਕਰ ਸਕਦੇ ਕੋ ਸਾਡੇ ਵਿਰਸੇ ਨੂੰ ਕੋ ਵਾਰਸਤ ਨੂੰ ਕੋ ਟਿਚਣਾ ਕਰੇ ਉਹ ਵੀ ਉਹ ਬੰਦਾ ਜਿਹੜਾ ਤਮਾਕੂ ਖਾਣਾ ਹੋਵੇ ਤੇ ਜਿਹਨੂੰ ਅਸੀਂ ਘਰ ਤੋਂ 10 ਫੁੱਟ ਦੂਰ ਰੱਖੀਦਾ ਤਮਾਕੂ ਖਾਣ ਕਰਕੇ ਮੈਂ ਤਾਂ ਅਗਰਕੇ ਪੰਜਾਬੀਆਂ ਨੂੰ ਬੇਨਤੀ ਕੀਤੀ ਸੀ ਵੀ ਭਾਈ ਜੇ ਕਦੇ ਦੁਕਾਨ ਤੋਂ ਕੁਝ ਲੈਣਾ ਹੋਵੇ ਬਿਲਕੁਲ ਤੇ 10 ਕਿਲੋਮੀਟਰ ਵੱਧ ਸਫ਼ਰ ਕਰੋ ਤੇ ਵੇਖੋ ਵੀ ਜਿਹੜਾ ਆਪਣਾ ਕੋਈ ਕਟੋ-ਕਟੇ ਦੇ ਪਰੋਸਾਵਾਂ ਥੋਕ ਕੇ ਤੇ ਨਹੀਂ ਦੇਂਡਾ ਤੁਹਾਨੂੰ ਕੁਝ ਇਹ ਇਹ ਪੂਰਬੀ ਵਾਲਾ ਮਸਲਾ ਤੇ ਦੇਖੋ ਬਹੁਤ ਜਿੱਦਣ ਤੁਸੀਂ ਕਰਨਾ ਤਾਂ ਦਾ ਵਿਰੋਧ ਤੇ ਹੋਣਾ ਪਰ ਇਹ ਵਿਰੋਧ ਤੁਹਾਨੂੰ ਸਖਤੀ ਕਰਨੀ ਪੈਣੀ ਉਹ ਤੋਂ ਬਿਨਾ ਕੋਈ ਇਹਦਾ ਹੱਲ ਨਹੀਂ ਹੈਗਾ ਸਰਕਾਰਾਂ ਪਾਲਿਸੀ ਦੇ ਤਹਿਤ ਸਿੱਖਾਂ ਦੀ ਆਬਾਦੀ ਘਟਾਉਣ ਨੂੰ ਸਾਰਾ ਕੁਝ ਕਰ ਰਹੀ ਹੈ ਚੰਡੀਗੜ੍ਹ ਮਾ ਕਰਿਆ ਉਹਨਾਂ ਨੇ ਮੈਂ ਦੱਸ ਰਿਹਾ ਤੁਹਾਨੂੰ ਹਮ ਮਾਰੀ ਬੱਦੀ ਹੈ ਨਹੀਂ 86% ਦੀ ਹਿੰਦੀ ਹੈ ਹੁਣ ਪੰਜ ਦਾਵਾ ਕਰੇ ਹੋਰ ਬੰਦੇ ਹਿੰਦੀ ਹੈ ਆ ਉਹ ਉਹ ਵਾਲੀ ਕੇ ਵਾਲੇ ਅੱਜ ਤੇ ਅੱਜ ਤੇ ਅਸੀਂ ਵਿਰੋਧ ਕਰ ਲਾਂਗੇ ਕੱਲ ਨੂੰ ਕਿਵੇਂ ਕਰਾਂਗੇ ਆਉਣ ਵਾਲੀ ਨਸਲ ਸਾਡੀ ਕਿਵੇਂ ਕਰੂਗੀ ਮਤਲਬ ਦਾਵਾ ਤੇ ਤਾਂ ਹੀ ਹੈ ਨਾ ਇਜ਼ਰਾਈਲੀਆਂ ਨੇ ਦਾਵਾ ਕੀਤਾ ਜਮੀਨਾਂ ਖਰੀਦੀਆਂ ਸੀ ਜਮੀਨਾਂ ਦੇ ਆਧਾਰ ਤੇ ਹੁਣ ਇੱਥੇ ਸਾਡੇ ਬੰਦੇ ਜਮੀਨਾਂ ਵੇਚ ਵੇਚ ਜਾਈ ਜਾਂਦੇ ਜਮੀਨਾਂ ਖਰੀਦ ਕੋਣ ਰਿਹਾ ਇੱਥੇ ਸਾਡੇ ਬੰਦਿਆਂ ਦੀ ਜਮੀਨਾਂ ਯੂਪੀ ਬਿਹਾਰ ਦੇ ਲੋਕਾਂ ਨੇ ਕੇ ਖਰੀਦ ਰਹੇ ਨੇ ਉੱਥੇ ਰਾਜਪੁਰੇ ਦੇ ਨੇੜੇ ਜਿਹੜਾ ਰਵੀ ਸ਼ੰਕਰ ਹੈ ਉਸਨੇ ਕਈ ਸੌ ਕਿੱਲਾ ਜ਼ਮੀਨ ਖਰੀਦੀ ਤੇ ਸਿਰ ਸ਼ਹਿਰ ਬਸਾ ਰਿਹਾ ਆ ਆਰਐਸ ਸਾਡਾ ਦੇਖੋ ਹੁਣ ਉਹਦਾ ਉਹਦਾ ਨੁਕਸਾਨ ਸਾਨੂੰ ਕੀ ਹੋਣਾ ਹੈ ਵੀ ਕੱਲ ਨੂੰ ਉਹਨਾਂ ਨੇ ਗੁੰਡਾਗਰਦੀ ਕਰਨੀ ਹੈ ਔਰ ਉਹ ਗੁੰਡਾਗਰਦੀ ਦੇ ਵਿੱਚ ਕਿਸੇ ਇੱਕ ਜ਼ਿਮੀਦਾਰਨਾ ਜਾਂ ਕਿਸੇ ਨਾ ਵੀ ਪੰਗਾ ਪੈਣਾ ਉਹਨਾਂ ਦਾ ਔਰ ਉਹ ਪੰਗੇ ਦੇ ਵਿੱਚ ਕਟਮਾਰ ਹੋਣੀ ਹੈ ਫਿਰ ਇੱਥੇ ਲੜਾਈ ਝਗੜਾ ਵਾਪਰ ਫਿਰ ਇਹਨਾਂ ਨੇ ਕਿਹਾ ਵੀ ਸਿੱਖ ਗੁੰਡਾਗਰਦੀ ਕਰਦੇ ਜਿੱਦਨ ਅਸੀਂ ਡੰਡਾ ਚੱਕ ਲਿਆ ਤੇ ਅਸੀਂ ਛਤਰ ਕਾਇਮ ਕਰ ਲਿਆ ਉਹਦਨੇ ਸਾਡੇ ਮੈਂ ਅੱਜ ਵੀ ਸਰਕਾਰ ਨੂੰ ਇਹ ਗੱਲ ਕਹੀ ਨਾ ਕਿ ਤੁਸੀਂ ਜੇ ਹਿਮਾਚਲ ਦੇ ਵਿੱਚ ਇਹ ਕਾਨੂੰਨ ਹੈ ਕੋਈ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਕੋਈ ਘਰ ਨਹੀਂ ਬਣਾ ਸਕਦਾ ਆਪਣਾ ਹੈ ਤੇ ਫਿਰ ਅਸੀਂ ਕੋਈ ਸ਼ਾਂਵਲਾਟ ਪੰਜਾਬ ਕੋਈ ਧਰਤੀ ਕੋ ਸ਼ਾਂਤ ਲਟ ਹੈਗੀ ਆ ਵੀ ਇੱਥੇ ਜਿਹਦਾ ਜ਼ਿਕਰ ਦਾ ਮੂੰਹ ਚੁੱਕ ਕੇ ਆਵੇ ਸਵੇਰ ਨੂੰ ਪੰਜਾਬਵਾਂ ਦੀ ਟਿਕਟ ਲੈ ਕੇ ਤੇ ਇਹ ਕਹਿੰਦਾ ਤੁਸੀਂ ਬਾਹਰ ਜਾਂਦੇ ਜੋ ਹੁਣ ਇਹਨਾਂ ਨੂੰ ਦੱਸੋ ਵੀ ਬਾਹਰ ਅਸੀਂ ਤਾਂ ਜਾਂਦੇ ਪੰਜਾਬਵਾਂ ਦੀ ਟਿਕਟ ਲੈ ਕੇ ਸਟੇਸ਼ਨ ਤੇ ਇੱਕ ਬੈਗ ਚੁੱਕ ਕੇ ਤੇ ਬਾਹਰ ਚਲ ਜਾਈਦਾ ਕੈਨੇਡਾ ਅਸੀਂ ਕੈਨੇਡਾ ਜਾਂਦੇ ਆ ਪਹਿਲੀ ਤੇ ਉਹਦੀ ਵਜ੍ਹਾ ਹੈ ਵੀ ਸਾਡੇ ਨਾਲ ਇੱਥੇ ਕਤਲੇਆਮ ਹੋ ਰਿਹਾ ਹੈ ਦੁਨੀਆ ਭਰ ਦੇ ਵਿੱਚ ਸਾਰੇ ਲੋਕ ਕਤਲੇਆਮ ਵਾਲੇ ਉਹ ਵੱਸਦੇ ਨੇ ਬਾਹਰ ਜਾ ਕੇ ਪਰ ਆ ਸਾਡੇ ਵੱਸਣ ਦੀ ਕੀਮਤ ਕੀ ਹੈ ਅਸੀਂ ਜੀਵਨ ਭਰ ਦੀ ਤਿੰਨਾਂ ਪੀੜ੍ਹੀਆਂ ਦੀ ਕਮਾਈ ਲਾ ਕੇ ਬਾਹਰ ਜਾਂਦੇ ਆ ਉਥੇ ਲੱਖਾਂ ਡਾਲਰ ਸਰਕਾਰਾਂ ਨੂੰ ਟੈਸਟ ਟੈਕਸ ਦੇ ਕੇ ਫਿਰ ਪੀਆਰ ਲੈਂਦੇ ਔਰ ਉਹਦੇ ਚ ਅਜੇ ਇੱਥੇ ਹੁੰਨੇ ਆ ਪੰਜਾਬ ਚ ਤੇ ਉਹ ਮੰਗ ਕਰਦੇ ਨੇ ਵੀ ਸਾਡੀ ਬੋਲੀ ਸਿੱਖੋ ਭਾਈ ਪਹਿਲਾਂ ਹੂੰ ਬਿਲਕੁਲ ਇੱਥੇ ਉਹਦੇ ਵਿਜਾ ਲੱਗਣਾ ਨਹੀਂ ਲੱਗਣਾ ਬਾਅਦ ਦੀ ਗੱਲ ਹੈ ਉਹ ਕਹਿੰਦੇ ਵੀ ਸਾਡੀ ਬੋਲੀ ਸਿੱਖਣ ਤੇ ਲੱਖਾਂ ਰੁਪਏ ਖਰਚ ਕਰੋ ਹੁਣ ਤੁਸੀਂ ਮੈਨੂੰ ਦੱਸੋ ਜੁਪੀ ਤੋਂ ਬੈਠਾ ਬੰਦਾ ਬਿਹਾਰ ਤੋਂ ਪੰਜਾਬੀ ਬੋਲਦਾ ਉਹ ਇੱਥੇ ਆਣ ਕੇ ਦੂਜਿਆਂ ਨੂੰ ਕਹਿੰਦਾ ਵੀ ਸਾਡੇ ਨਾਲ ਇੱਥੇ ਰੇੜੀ ਇੱਥੇ ਲਾਈ ਆ ਰਗੀਏ ਦੇ ਲਾਗੇ ਤੇ ਰੇੜੀ ਦੇ ਉੱਤੇ ਹਿੰਦੀ ਚ ਲਿਖਿਆ ਹੈ ਤੇ ਮੈਂ ਤਾਂ ਫਿਰ ਕਹਿਣਾ ਹੀ ਆ ਲੋਕਾਂ ਨੂੰ ਵੀ ਇਹ ਤਾਂ ਅਸੀਂ ਸਮਾਨ ਕੋਈ ਖਰੀਦ ਜਿਹਨੂੰ ਸਾਡੀ ਮਾਂ ਬੋਲੀ ਏਡੀ ਬੋਲੀ ਲੱਗਦੀ ਹੈ ਉਹਦੇ ਨਾਲ ਸਾਡਾ ਕਾਰੋਬਾਰ ਕਰਨ ਦਾ ਕੀ ਕੰਮ ਹੈ ਬਿਲਕੁਲ ਸੋ ਬਹੁਤ ਮਿਹਰਬਾਨੀ ਚੜਦੀ ਕਲਾ ਭਾਈ ਜੀ ਤੇ ਉਹ ਮੈਂ ਪਹਿਲਾਂ ਸ਼ਬਦ ਬਾਤ ਰੇ ਭਾਉ ਸ਼ਬਦ ਤਾਂ ਮੈਂ ਵਿਚਾਰ ਨਹੀਂ ਛੱਡ ਗਏ ਵਸੇ ਸ਼ਬਦ ਦਾ ਨੂੰ ਹੋ ਰਿਹਾ ਨਾ ਜਿ ਤਰਾ ਮਾਡਰਨਿਟਿਵ ਕਰ ਦਿੰਦੀ ਹੈ ਬਹੁਤ ਸ਼ੁਕਰਾਨਾ ਤੁਹਾਨੂੰ ਟਾਈਮ ਦੇਆ ਚੜਦੀ ਕਲਾ ਤੇ ਸਿਆਲਾ ਬਹੁਤ ਦੁਪਹਿਰੀ ਹੈ ਤੇ ਜਿਨ੍ਹਾਂ ਨੇ ਭਾਈ ਅੱਜ ਮਾਝੇ ਤੇ ਮੈਂ ਤਾਂ ਉਰੇ ਆਪਣੀ ਬੋਲੀ ਸੁਣਾਈ ਤੇ ਪਾਉਨਾ ਕੀ ਬੋਲੀ ਸੁਣੀ ਮੱਝ ਕੇ ਆਪਣੇ ਜਿਵੇਂ ਲੈ ਜਾਈ ਬਾਤ ਕਰ ਰਹੇ ਤੇ ਕੀ ਹੋਣ ਲਿਆ ਕੀ ਕਰਨ ਲਿਆ ਬੜੇ ਕਮਾਨ ਤੇ ਲੱਫ ਜਾ ਹੂੰ ਸੋ ਬਹੁਤ ਬਹੁਤ ਸ਼ੁਕਰਾਨਾ ਜੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ